ਹਾਂਜੀ ਅੱਜ ਮੈਂ ਆਪ ਜੀ ਨੂੰ ਨਾਗਰਿਕ ਸ਼ਾਸਤਰ ਦੀ ਤਿਆਰੀ ਕਰਵਾਉਣ ਜਾ ਰਿਹਾ ਹਾਂ ਇਸ ਵਿੱਚ ਉਹ ਪ੍ਰਸ਼ਨ ਲੈ ਗਏ ਹਨ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਇਹਨਾਂ ਪ੍ਰਸ਼ਨਾਂ ਤੋਂ ਇਲਾਵਾ ਹੋਰ ਕੋਈ ਵੀ ਪ੍ਰਸ਼ਨ ਜੋ ਹੈ ਐਗਜ਼ਾਮ ਦੇ ਵਿੱਚ ਨਹੀਂ ਆਉਂਦਾ ਇਹ ਜੋ ਮੈਂ ਨੋਟਸ ਆਪ ਖੁਦ ਤਿਆਰ ਕੀਤੇ ਹਨ ਇਹ ਨੋਟਸ ਜੇਕਰ ਆਈਐਸ ਦੇ ਵੀ ਕੋਈ ਤਿਆਰੀ ਕਰਦਾ ਹੈ ਉਹ ਵੀ ਪੜੇਗਾ ਤਾਂ ਡੈਫੀਨਿਟਲੀ ਜਿਹੜਾ ਉਹਦੇ ਵਿੱਚ ਨਾਗਰਿਕ ਸ਼ਾਸਤਰ ਵਾਲਾ ਪੋਰਸ਼ਨ ਹੈ ਉਸ ਦਾ 101% ਕਲੀਅਰ ਹੋਵੇਗਾ ਕਿਉਂਕਿ ਇਹਦੇ ਵਿੱਚ ਕੁਐਸਚਨ ਹੀ ਇਸ ਤਰ੍ਹਾਂ ਦੇ ਤਿਆਰ ਕੀਤੇ ਗਏ ਹਨ ਅ ਆਪਾਂ ਨੂੰ ਜਦੋਂ ਕੋਈ ਵਿਅਕਤੀ ਆਈਐਸ ਵਗੈਰਾ ਦੀ ਦੀ ਤਿਆਰੀ ਕਰਦਾ ਹੈ ਤਾਂ ਉਸ ਨੂੰ ਸਿਰਫ ਜਿਹੜੇ ਨੋਟਸ ਆ ਗਏ ਜਾਂ ਤਾਂ ਹਿੰਦੀ ਦੇ ਵਿੱਚ ਮਿਲਦੇ ਹਨ ਜਾਂ ਫਿਰ ਇੰਗਲਿਸ਼ ਦੇ ਵਿੱਚ ਇਹ ਮੈਂ ਨੋਟਸ ਪੰਜਾਬੀ ਦੇ ਵਿੱਚ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜੇ ਸ਼ਬਦ ਹੈ ਪੰਜਾਬੀ ਦੇ ਵਿੱਚ ਹੀ ਲਿਖੇ ਜਾਣ ਤਾਂ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਨੋਟਸ ਨੂੰ ਇਹਦੇ ਵਿੱਚੋਂ ਮੈਂ ਕੁਝ-ਕੁਝ ਮੁੱਖ ਗੱਲਾਂ ਹੀ ਬੋਲਾਂਗਾ ਬਾਕੀ ਦੀਆਂ ਗੱਲਾਂ ਜੇਕਰ ਆਪਨੇ ਉਹਰੇ ਵਿੱਚੋਂ ਨੋਟ ਕਰਨੀਆਂ ਹਨ ਤਾਂ ਤੁਸੀਂ ਇਸ ਵੀਡੀਓ ਨੂੰ ਸਟਾਪ ਕਰਕੇ ਨੋਟ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਆਪਣੀ ਕਾਪੀ ਤੇ ਵੀ ਲਿਖ ਸਕਦੇ ਹੋ ਤਾਂ ਪਹਿਲਾਂ ਦੇਖੋ ਆਪਣਾ ਜਿਹੜਾ ਕੁਐਸਚਨ ਹੈ ਉਹ ਸ਼ੁਰੂ ਹੁੰਦਾ ਹੈ 1773 ਇਹ ਇੱਕ ਰੈਗੂਲੇਟਿੰਗ ਐਕਟ ਸੀਗਾ ਸਭ ਤੋਂ ਪਹਿਲਾ ਐਕਟ ਜਿਹੜਾ ਭਾਰਤ ਦੇ ਵਿੱਚ ਹੈਗਾ ਉਹ ਇਹੀ ਪਾਸ ਹੋਇਆ ਸੀ ਇਹ ਕਿਰੇ ਵਾਸਤੇ ਸੀਗਾ ਭਾਰਤ ਦੀ ਜਿਹੜੀ ਭਾਰਤ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਆਈ ਸੀ ਉਹਦੇ ਕੰਮ ਨੂੰ ਨਿਯੰਤਰਿਤ ਕਰਨ ਲਈ ਸੀਗਾ ਠੀਕ ਹੈ ਜੀ ਬਾਕੀ ਤੁਸੀਂ ਜਿਹੜਾ ਇਹ ਇਸ ਦੀ ਜੇ ਕੋਈ ਡਿਟੇਲ ਦੇਖਣੀ ਹੈ ਤੁਸੀਂ ਇਹ ਦੇਖ ਸਕਦੇ ਹੋ ਦੇਖੋ ਇਹ ਆ ਦੇਖੋ ਇਸ ਤੇ ਬੰਗਾਲ ਦਾ ਜਿਹੜਾ ਗਵਰਨਰ ਜਨਰਲ ਹੈ ਲਾਰਡ ਹੈਸਟਿੰਗ ਹੋਰੇ ਬਾਰੇ ਵੀ ਲਿਖਿਆ ਗਿਆ ਠੀਕ ਹੈ ਤੇ ਹੋਰ ਵੀ ਇਹਦੇ ਵਿੱਚ ਗੱਲਾਂ ਦੇਖੋ ਲਿਖੀਆਂ ਗਈਆਂ ਫਿਰ ਦੇਖੋ ਅਗਲਾ ਜਿਹੜਾ ਐਕਟ ਸੀਗਾ ਉਹ ਇਹ ਰੈਗੂਲੇਟਿੰਗ ਐਕਟ ਹੈ ਫਿਰ ਅਗਲਾ ਐਕਟ ਜਿਹੜਾ ਹੈਗਾ 1754 ਵਿੱਚ ਪਿਟਸ ਇੰਡੀਆ ਐਕਟ ਜੋ ਹੈਗਾ ਉਹ ਜੋ ਹੈ ਉਹ ਲਾਗੂ ਹੋਇਆ ਸੀਗਾ ਤੇ ਉਹ ਰੀਆਂ ਕੀ ਕੀ ਸ਼ਰਤਾਂ ਸੀਗੀਆਂ ਦੇਖੋ ਆ ਦੋ ਸ਼ਰਤਾਂ ਦੇਖੋ ਰੀਆਂ ਲਿਖੀਆਂ ਹੋਈਆਂ ਨੇ ਉਸ ਤੋਂ ਬਾਅਦ 1793 ਦੇ ਵਿੱਚ ਚਾਟਰ ਐਕਟ ਆਸ ਹੋਇਆ ਸੀਗਾ ਹੁਣ ਦੇਖੋ ਇਸ ਤੋਂ ਬਾਅਦ ਦੇਖੋ ਚਾਰ ਟਰੈਕਟ ਪਾਸ ਹੋਣੇ ਸ਼ੁਰੂ ਹੋ ਗਏ ਸੀ ਤੇ 20-20 ਸਾਲਾਂ ਬਾਅਦ ਜੋ ਹੈਗੇ ਚਾਰ ਟਰੈਕਟ ਪਾਸ ਹੁੰਦੇ ਸੀ ਆ ਦੇਖੋ ਚਾਰ ਟਰੈਕਟ 1793 ਫਿਰ ਅਗਲਾ ਦੇਖੋ ਚਾਰ ਟਰੈਕਟ 1813 ਫਿਰ ਅਗਲਾ 1833 ਫਿਰ ਆ ਦੇਖੋ ਅਗਲਾ ਸੋ ਅਗਲਾ ਜੋ ਹੈਗਾ 1855 ਇਹ ਵੀ ਚਾਰ ਟਰੈਕਟ ਹੈ ਦੇਖੋ ਫਿਰ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਅਗਲਾ ਨੈਕਸਟ ਚਾਰ ਟਰੈਕਟ ਸੀਗਾ ਉਹ 53 ਤੋਂ ਬਾਅਦ ਸਿੱਧਾ 1858 ਦੇ ਵਿੱਚ ਹੀ ਪਾਸ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ 1873 ਦਾ ਐਕਟ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ ਫਿਰ ਅਗਲਾ ਹੈ ਸ਼ਾਹੀ ਉਪਾਦੀ ਅਧਿਨਿਯਮ 1876 ਇਸਵੀ ਵਿੱਚ ਪਾਸ ਕੀਤਾ ਗਿਆ ਤੇ ਇਸ ਦੇ ਵਿੱਚ ਉਪਾਦੀਆਂ ਦੀ ਦੇਖੋ ਘੋਸ਼ਣਾ ਜੋ ਹੈ ਕੀਤੀ ਗਿਆ ਦੇਖੋ 28 April 1876 ਨੂੰ 76 ਨੂੰ ਇਹ ਘੋਸ਼ਣਾ ਦੁਆਰਾ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਫਰਮ ਮਤਲਬ ਕਿ ਜਿਹੜੀ ਉਹਰੀ ਉਸ ਨੂੰ ਕੋਸ਼ਿਸ਼ ਕਰ ਦਿੱਤਾ ਗਿਆ ਵੀ ਉਹ ਜਿਹੜੀ ਹੈਗੀ ਮਹਾਰਾਣੀ ਨੂੰ ਮਤਲਬ ਕਿ ਆਪਾਦੀ ਦਾ ਇੱਥੇ ਦੇ ਦਿੱਤੀ ਗਈ ਉਸ ਤੋਂ ਬਾਅਦ ਦੇਖੋ 1909 ਈਸਵੀ ਦੇਖੋ ਭਾਰਤ ਦਾ ਸ਼ਾਸਨ ਜਿਹੜਾ ਇਸ ਐਕਟ ਰਾਹੀਂ ਚਲਾਇਆ ਗਿਆ ਮਤਲਬ ਕਿ ਇਹ ਸੀਗਾ ਮਾਰਲੋ ਮਿੰਟੋ ਸੁਧਾਰ ਦੇ ਨਾਮ ਨਾਲ ਇਹ ਐਕਟ ਜਿਹੜਾ ਹੈਗਾ ਉਹ ਜਾਣੇ ਜਾਂਦਾ ਹੈ ਫਿਰ 1919 ਦਾ ਠੀਕ ਹੈ ਭਾਰਤ ਸ਼ਾਸਨ ਐਕਟ ਜਿਹੜਾ ਫਿਰ ਉਸ ਵਾਂਗ ਹੀ ਕਾਨੂੰਨ ਚੱਲਣ ਲੱਗਿਆ ਫਿਰ ਆ ਦੇਖੋ ਸਭ ਤੋਂ ਇੰਪੋਰਟੈਂਟ ਐਕਟ ਤੇ 1935 ਦਾ ਐਕਟ ਠੀਕ ਹੈ ਇਹ ਪਾਸ ਕੀਤਾ ਗਿਆ ਜਿਹੜਾ 1935 ਦਾ ਐਕਟ ਹੈ ਜਿਹੜਾ ਆਪਣਾ ਸੰਵਿਧਾਨ ਬਣਿਆ ਹੋਇਆ ਹੈ ਅ ਅੱਧੇ ਤੋਂ ਵੱਧ ਸੰਵਿਧਾਨ 1935 ਦੇ ਐਕਟ ਤੋਂ ਹੀ ਲਿਆ ਗਿਆ ਹੈ ਤੇ ਉਸ ਤੋਂ ਬਾਅਦ 1947 ਦਾ ਭਾਰਤੀ ਸੁਤੰਤਰਤਾ ਐਕਟ ਠੀਕ ਹੈ ਇਸ ਦੇ ਵਿੱਚ ਕਦੋਂ ਉਸ ਨੂੰ ਆਜ਼ਾਦ ਕੀਤਾ ਜਾਏਗਾ ਇਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਸਨ ਅੱਗੇ ਦੇਖੋ ਭਾਰਤੀ ਸੰਵਿਧਾਨਿਕ ਸਭਾ ਇੱਥੋਂ ਸਭ ਤੋਂ ਵੱਧ ਇੰਪੋਰਟੈਂਟ ਕੁਐਸ਼ਨ ਸਟਾਰਟ ਹੋ ਜਾਂਦੇ ਹਨ ਜਿਹੜੇ ਉੱਪਰ ਵਾਲੇ ਕੁਐਸ਼ਨ ਸੀ ਜੇ ਕਿਸੇ ਨੇ ਆਪਣਾ ਮਨ ਲਗਾ ਕੇ ਉਹਨਾਂ ਚੋਂ ਵੀ ਕੁਝ ਹੋਰ ਡਿਟੇਲ ਜਾਣਣੀ ਹੈ ਤੇ ਉੱਪਰ ਸਾਰਾ ਦੇਖੋ ਲਿਖਿਆ ਹੋਇਆ ਹੈ ਤੇ ਜਿਹੜੇ ਆਪਣੇ ਆਮ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛੇ ਜਾਂਦੇ ਆ ਉਹ ਇਹਨਾਂ ਇੱਥੋਂ ਜੋ ਆਪਾਂ ਹੁਣ ਸ਼ੁਰੂ ਕਰਨ ਲੱਗੇ ਆ ਇੱਥੋਂ ਪੁੱਛੇ ਜਾਂਦੇ ਆ ਤੇ ਇਹ ਜਿਹੜਾ ਸੀਗਾ ਵੀ ਭਾਰਤੀ ਸੁਵਿਧਾਨ ਸਭਾ ਇਹਦੇ ਬਾਰੇ ਪੁੱਛਿਆ ਜਾਂਦਾ ਹੈ ਗਠਨ ਪੁੱਛ ਲੈਂਦੇ ਆ ਦੇਖੋ 1946 ਨੂੰ ਹੋਇਆ ਸੀਗਾ ਠੀਕ ਹੈ ਇਸ ਦੇ ਵਿੱਚ ਕੁੱਲ ਮੈਂਬਰਾਂ ਦੀ ਦੇਖੋ ਗਿਣਤੀ ਪੁੱਛ ਲੈਂਦੇ ਆ 399 ਸੀਗੀ ਤੇ ਬ੍ਰਿਟਿਸ਼ ਪ੍ਰਾਂਤਾਂ ਦੀ 292 ਸੀਗੀ ਜਿਹੜੇ ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧ ਸਨ ਚਾਰ ਚੀਫ ਕਮਿਸ਼ਨਰਸ ਸਨ ਤੇ 93 ਦੇਖੋ ਦੇਸੀ ریاستਾਂ ਦੇ ਪ੍ਰਤੀਨਿਧੀ ਸਨ ਠੀਕ ਹੈ ਇਹਨਾਂ ਨੂੰ ਟੋਟਲ ਨੂੰ ਮਿਲਾ ਕੇ 399 ਬਣ ਜਾਂਦੀ ਹੈ ਸੰਖਿਆ ਇਹ ਜਿਹੜੀ ਸੰਵਿਧਾਨ ਸਭਾ ਚੋਣਾਂ ਉਹ ਜਿਹੜਾ ਇਹ ਰਹਾ ਹੈਗਾ ਜੁਲਾਈ 1946 ਚ ਕੀਤਾ ਗਿਆ ਸੀਗਾ ਤੇ ਇਹ ਬਾਕੀ ਉਹ ਹੀ ਮੈਂਬਰਾਂ ਦੀ ਸੰਖਿਆ ਆ ਗਈ ਤੇ ਪਹਿਲੀ ਬੈਠਕ ਪੁੱਛ ਲੈਂਦੇ ਆ ਇਹ ਬਹੁਤ ਵਾਰੀ ਕੁਐਸਚਨ ਪੁੱਛਦੇ ਆ ਪਹਿਲੀ ਬੈਠਕ ਕਦੋਂ ਹੋਈ ਸੀ 9 ਦਸੰਬਰ 1946 ਚ ਹੀ ਪਹਿਲੀ ਬੈਠਕ ਹੋਈ ਸੀ ਤੇ ਬਜ਼ੁਰਗ ਵਿਅਕਤੀ ਪੁੱਛ ਲੈਂਦੇ ਆ ਸਭ ਤੋਂ ਬਜ਼ੁਰਗ ਵਿਅਕਤੀ ਸਭਾ ਦਾ ਕਿਹਨੂੰ ਚੇਅਰਮੈਨ ਚੁਣਿਆ ਗਿਆ ਸੀ ਡਾਕਟਰ ਸਤਿੰਦਰ ਨਾਥ ਸਿਨਾ ਠੀਕ ਹੈ ਇਹਨੂੰ ਚੇਅਰਮੈਨ ਚੁਣਿਆ ਗਿਆ ਸੀ ਦੇਖ ਕੇ ਇਹ ਵੀ ਕਈ ਵਾਰੀ ਪੋਸ਼ਨ ਕੁਸਚਨ ਹੁੰਦਾ ਕਿ ਕਿਹੜੀ ਦੇਸੀ रियासत ਜਿਹੜੀ ਹੈਗੀ ਆ ਉਹ ਇਸ ਸੰਵਿਧਾਨ ਸਭਾ ਵਿੱਚ ਸ਼ਾਮਲ ਨਹੀਂ ਹੋਈ ਸੀ ਇਹ ਬਹੁਤ ਇੰਪੋਰਟੈਂਟ ਕੁਸਚਨ ਹੈ ਤੇ ਹైదరాబాద్ ਆ ਦੇਖੋ ਜੀ ਉਹਦਾ ਨਾਮ ਉਸ ਤੋਂ ਬਾਅਦ ਸੰਵਿਧਾਨ ਸਭਾ ਜੋ ਬ੍ਰਿਟਿਸ਼ ਪ੍ਰਾਂਤਾਂ ਦੇ 96 ਪ੍ਰਤੀਨਿਧਨ ਦਾ ਵਿਭਾਜਨ ਸੰਪਰਦਾਇਕ ਆਧਾਰ ਤੇ ਕੀਤਾ ਗਿਆ ਸੀਗਾ ਠੀਕ ਹੈ 213 ਆਮ ਸੀਗੇ ਤੇ 79 ਮੁਸਲਮਾਨ ਸੀਗੇ ਅਤੇ ਚਾਰ ਜਿਹੜੇਰ ਵਿੱਚ ਸਿਕ ਸੀਗੇ ਇਹ ਦੇਖੋ ਫੁੱਲ ਡਿਟੇਲਿੰਗ ਆਪਾਂ ਇਹਨਾਂ ਕੁਐਸਚਨਲ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਹਿਲੇ ਵਿੱਚ ਦੱਸਿਆ ਹੈ ਆਈਐਸ ਲੈਵਲ ਦੇ ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤਾਂ ਕਿ ਸੰਵਿਧਾਨ ਸਭਾ ਦੇ ਵਿੱਚ ਇਹ ਜਿਹੜੇ ਮੈਂ ਤੁਹਾਨੂੰ ਕੁਐਸਚਨ ਕਰਵਾ ਰਿਹਾ ਇਸ ਤੋਂ ਬਿਨਾ ਕੋਈ ਕੁਐਸਚਨ ਨਹੀਂ ਆ ਸਕਦਾ ਸੰਵਿਧਾਨ ਸਭਾ ਦਾ ਮੈਂਬਰ ਚ ਅਨੁਸੂਚਿਤ ਜਾਤੀਆਂ ਦੇ ਮੈਂਬਰ ਪੁੱਛ ਲੈਂਦਾ ਕਿੰਬੜੀ 33 ਸੀਗਾ ਜੀ 33 ਮੈਂਬਰ ਸੀਗੇ ਇਹ ਵੀ ਕੁਐਸਚਨ ਪੁੱਛ ਲੈਂਦਾ ਵੀ ਮਹਿਲਾ ਮੈਂਬਰ ਕਿੰਨੀਆਂ ਸਨ ਤੇ 12 ਜਿਹੜੀਆਂ ਇਹਦੇ ਚ ਮਹਿਲਾਵਾਂ ਮੈਂਬਰਸ ਹਨ ਤੇ ਫਿਰ ਪੁੱਛ ਲੈਂਦੇ ਆ ਵੀ ਇਸ ਦੀ ਜਿਹੜੀ ਹੈਗੀ ਆ ਮਤਲਬ ਕਿ ਦੂਜੀ ਸਭਾ ਕਦੋਂ ਹੋਈ ਜਾਂ ਪੁੱਛ ਲੈਂਦੇ ਆ ਵੀ ਰ지ਂਦਰਨਾਥ ਰ지ਂਦਰ ਪ੍ਰਸ਼ਾਦ ਜੀ ਕਦੋਂ ਇਸ ਦੇ ਸਥਾਈ ਚੇਅਰਮੈਨ ਬਣੇ ਤਾਂ ਉਹ ਹੈ ਜੀ ਇਹਦਾ ਅਨਸਰ 11 ਦਸੰਬਰ 1946 ਨੂੰ ਤੇ ਆ ਦੇਖੋ ਸਭਿਦਾਨ ਸਭਾ ਦੀ ਕਾਰਵਾਈ 13 ਦਸੰਬਰ 1946 ਨੂੰ ਜਵਾਲਨ ਨਹਿਰੂ ਦੁਆਰਾ ਪੇਸ਼ ਕੀਤੀ ਗਈ ਠੀਕ ਹੈ ਇਹ ਪੁੱਛ ਲੈਂਦੇ ਆ ਵੀ ਕਾਰਵਾਈ ਕਦੋਂ ਸ਼ੁਰੂ ਹੋਈ ਅਗਲਾ ਹੈ ਬੀ ਐਨ ਰਾਓ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ ਦੇ ਰੂਪ ਤੇ ਵਿਚਾਰ ਕਰਨ ਲਈ ਸੰਵਿਧਾਨ ਸਭਾ 29 ਅਗਸਤ 1947 ਨੂੰ ਇੱਕ ਸੰਕਲਪ ਪਾਸ ਕਰਕੇ ਮਤਲਬ ਕਿ ਪੂਰਵ ਸੰਰੂਪ ਸੁਭਿਤੀ ਦਾ ਸਗਠਨ ਕੀਤਾ ਗਿਆ ਠੀਕ ਹੈ ਤਾਂ ਦੇਖੋ ਇਸ ਦੇ ਜਿਹੜੇ ਚੇਅਰਮੈਨ ਸੀਗੇ ਕੌਣ ਸੀਗੇ ਡਾਕਟਰ ਪੀ ਮਰਾਓ ਅੰਬੇਦਕਰ ਜੀ ਸਨ ਇਹ ਹੁਣ ਇਹ ਤੁਸੀਂ ਕਦੇ ਵੀ ਕਨਫਿਊਜ਼ ਨਹੀਂ ਕਰਨਾ ਡਾਕਟਰ ਭੀਮrao ਅੰਬੇਦਕਰ ਜਿਹੜੀ ਖੜੜਾ ਕਮੇਟੀ ਹੈ ਉਹਦੇ ਚੇਅਰਮੈਨ ਨੇ ਠੀਕ ਹੈ ਸਰੂਪ ਮਤਲਬ ਕਿ ਸਮਿਤੀ ਵੀ ਕਹਿ ਸਕਦੇ ਹੋ ਤੇ ਇਹ ਇਹ ਸ਼ਬਦ ਵੀ ਤੁਸੀਂ ਵਰਤ ਸਕਦੇ ਹੋ ਤੁਸੀਂ ਕਨਫਿਊਜ਼ ਨਹੀਂ ਕਰ ਲੈਣਾ ਕਿ ਮਤਲਬ ਕਿ ਓਵਰ ਆਲ ਮਤਲਬ ਕਿ ਚੇਅਰਮੈਨ ਕੌਣ ਹੈ ਤੇ ਜਿਹੜਾ ਇਹਨਾਂ ਚ ਅੱਗੇ ਕਮੇਟੀਆਂ ਸਿਗੀਆਂ ਤੇ ਕਮੇਟੀਆਂ ਦੇ ਵਿੱਚੋਂ ਜਿਹੜੇ ਇਹ ਕਮੇਟੀ ਹੈ ਖੜੜਾ ਕਮੇਟੀ ਉਸ ਦੇ ਚੇਅਰਮੈਨ ਸੀਗੇ ਡਾਕਟਰ ਪੀਮਰਾਓਂ ਅੰਬੇਦਕਰ ਇਹ ਅਕਸਰ ਹੀ ਕਨਫਿਊਜ਼ ਕਰ ਲਿਆ ਜਾਂਦਾ ਕੁਐਸਚਨ ਤੇ ਇਸ ਸਮਤੀ ਇਸ ਸਮਤੀ ਦੇ ਦੇਖੋ 7 ਮੈਂਬਰ ਸੀਗੇ ਸੰਵਿਧਾਨ ਸਭਾ ਦਾ ਸਭਾ ਵਿੱਚ ਅੰਬੇਦਕਰ ਦੀ ਚੋਣ ਪੱਛਮੀ ਬੰਗਾਲ ਤੋਂ ਕੀਤੀ ਗਈ ਸੀਗੀ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਵੈਸੇ ਇਹ ਕੁਐਸਚਨ ਆਈ ਹੈ IAS ਲੈਵਲ ਦਾ ਵੀ ਦੋਸਤੋ ਜੀ ਜਿਹੜੇ ਪੀਮਰਾਓਂ ਅੰਬੇਦਕਰ ਜੀ ਸੀਗੇ ਉਹਨਾਂ ਦੀ ਚੋਣ ਕਿਹੜੀ ਕਿੱਥੋਂ ਕੀਤੀ ਗਈ ਸੀ ਤੇ ਪੱਛਮੀ ਬੰਗਾਲ ਦੁਆਰਾ ਉਹਨਾਂ ਦੀ ਜਿਹੜੀ ਉੱਥੋਂ ਜਿਹੜੀ ਉਹਨਾਂ ਦੀ ਚੋਣ ਉਹ ਕੀਤੀ ਗਈ ਸੀ ਉਸ ਤੋਂ ਬਾਅਦ ਹੈ ਦੇਸ਼ ਦਾ ਵੰਟਾਂਦਰਾ ਜਦੋਂ ਹੋਇਆ ਤੇ ਇਸ ਸੰਵਿਧਾਨ ਸਭਾ ਦੀ ਕੁੱਲ ਮੈਂਬਰ 324 ਨਿਸ਼ਚਿਤ ਕੀਤੀ ਗਈ ਸੀ ਜਿਨ੍ਹਾਂ ਵਿੱਚ ਦੇਸ਼ੀ ਰਾਜਸਥਾਨ ਦੇ ਤੇ 235 ਮੈਂਬਰ ਆ ਰਹਿ ਗਏ ਸਨ ਪਹਿਲਾਂ ਤੁਹਾਨੂੰ ਦੱਸਿਆ ਨਾ 399 ਮੈਂਬਰ ਸੀਗੇ ਤਾਂ ਇਦਾਂ ਦੇਖੋ ਜਦੋਂ ਫਿਰ ਵੰਡ ਹੋਣੀ ਸੀ ਫਿਰ ਉਦੋਂ ਮਤਲਬ ਕੀ ਜਿਹੜੇ ਮੈਂਬਰ ਹੈਗੇ ਉਹ ਕੱਟ ਗਏ ਆ ਅਹ ਦੇਖੋ ਵਿਚਾਰ ਕਰਨ ਤੋਂ ਬਾਅਦ ਪੂਨਾ ਵਿਚਾਰ ਹੋਣ ਤੋਂ ਬਾਅਦ 21 ਫਰਵਰੀ ਨੂੰ 48 ਨੂੰ ਸੁਵਿਧਾਨ ਸਭਾ ਨੂੰ ਨੇ ਆਪਣੀ ਜਿਹੜੀ ਹੈਗੀ ਰਿਪੋਰਟ ਪੇਸ਼ ਕੀਤੀ ਹੈ ਠੀਕ ਹੈ ਪੁੱਛ ਲੈਂਦੇ ਕਦੋਂ ਰਿਪੋਰਟ ਪੇਸ਼ ਕੀਤੀ ਹੈ ਦੇਖੋ ਜੀ ਜਿਹੜੀ ਹੈਗੀ ਹੈ ਪਹਿਲੀ ਬੈਠਕ 4 ਨਵੰਬਰ ਤੋਂ ਲੈ ਕੇ 9 ਨਵੰਬਰ 1948 ਤੱਕ ਚੱਲੀ अच्छा फिर आगे है तीसरी बैठक देखो जोडी हैगी है 14 नवंबर 26 तो लेगे 1949 तक चली संविधान सभा ਦੇ 248 ਮੈਂਬਰ ਮੌਜੂਦ ਸੀਗੇ اچھا ਸੰਵਿਧਾਨ ਸਭਾ ਦੀ ਨਿਰਮਾਣ ਦੀ ਪ੍ਰਕਿਰਿਆ ਲਈ કુલ ਕਿੰਨਾ ਸਮਾਂ ਲੱਗਿਆ ਇਹ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਤਾਂ ਇਹਦਾ ਜਿਹੜਾ ਆਨਸਰ ਹੈ 2 ਸਾਲ 11 ਮਹੀਨੇ 18 ਦਿਨ ਲੱਗੇ ਸੀਗੇ ਸੰਵਿਧਾਨ ਸਭਾ ਲਈ ਆ ਦੇਖੋ ਜੋ ਸੰਵਿਧਾਨ ਸਭਾ ਬੈਠਕਾਂ ਬੁਲਾਈਆਂ ਗਈਆਂ ਕਿੰਨੀਆਂ ਬਹਿਸਾਂ ਹੋਈਆਂ ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ ਕਈ ਵਾਰੀ 114 ਵਾਰੀ ਜੋ ਬਹਿਸ ਹੋਈ ਤੇ ਸੰਖਿਆ ਲਿਖੀ ਹੋਈ ਹੈ ਵੀ ਕਿੰਨੀ ਕਿੰਨੀ ਜੜੀ ਹੈਗੀ ਧਨ ਰਾਸ਼ੀ ਜੜੀ ਹੈ ਇਸ ਵਿੱਚ ਉਹ ਲੱਗੀ ਦੇਖੋ 3 ਲੱਖ 96729 ਰੁਪਏ ਜੜੇ ਹੈਗੇ ਇਸ ਦੇ ਉੱਤੇ ਜੜੇ ਹੈਗੇ ਖਰਚ ਆਏ ਜਿਗੇ ਕਦੋਂ ਇਹਨੂੰ ਪਾਸ ਕੀਤਾ ਗਿਆ ਦੇਖੋ 26 ਨਵੰਬਰ 1949 ਨੂੰ ਜਿਹੜਾ ਇਹਨੂੰ ਪਾਸ ਕੀਤਾ ਗਿਆ ਦੇਖੋ ਇਹ ਤੁਹਾਨੂੰ ਕਵੈਸਚਨ ਜਿਹੜਾ ਹੈਗਾ ਆ ਜਾਂਦਾ ਹੈ ਇੱਥੇ ਬਹੁਤ ਵਿਅਕਤੀ ਕਨਫਿਊਜ਼ ਕਰ ਲੈਂਦੇ ਨੇ ਪਾਸਕਦੋ ਕੀਤਾ ਗਿਆ ਤੇ ਲਾਗੂ ਕਰੋ ਕੀਤਾ ਗਿਆ ਇਹ ਹੁਣ ਪਾਸ ਕਰਨ ਦੀ ਮੈਂ ਡੇਟ ਦੱਸੀ ਹੈ 26 ਨਵੰਬਰ 1949 ਇਹ ਲਾਗੂ ਜਿਹੜਾ ਹੋ ਗਿਆ ਉਹ 26 ਜਨਵਰੀ 1950 ਨੂੰ ਲਾਗੂ ਹੋਇਆ ਤੇ ਉਸ ਤੋਂ ਬਾਅਦ ਦੇਖੋ ਬਹੁਤ ਹੀ ਵਧੀਆ ਢੰਗ ਦੇ ਨਾਲ ਮੈਂ ਇਸ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਬੜਾ ਧਿਆਨ ਨਾਲ ਦੇਖਣਾ ਇੱਥੇ ਹੀ ਕੁਐਸਚਨ ਪੁੱਛਿਆ ਜਾਂਦਾ ਹੈ ਇਹ ਕੁਐਸਚਨ ਕੀ ਹੈ ਉਸ ਸਮੇਂ ਦੇਖੋ ਇਸ ਵਿੱਚ ਕਿੰਨੇ ਭਾਗ ਸਨ ਕਿੰਨੇ ਮਦਰ ਗਿਆਨ ਅਨੁਸ਼ੇਧ ਸਨ ਨਾਲ ਦੇ ਨਾਲ ਹੁਣ ਕਿੰਨੇ ਨੇ ਨਾਲ ਦੇ ਨਾਲ ਹੁਣ ਕਿੰਨੇ ਨੇ ਇਹ ਮੈਂ ਨਾਲ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਵੇਂ ਨੰਬਰ ਕੁਐਸਚਨ ਚ ਮੈਂ ਕਵਰ ਕੀਤਾ ਹੈ ਅ ਦੇਖੋ ਜੀ ਇਸ ਦੇ ਵਿੱਚ 22 ਪਹਿਲਾ ਭਾਗ ਸਨ 395 ਅਨੁਸ਼ੇਧ ਸਨ ਤੇ 8 ਅਨੁਸੂਚੀਆਂ ਸਨ ਤੇ ਆ ਦੇਖੋ ਵਰਤਮਾਨ ਸਮੇਂ ਦੇ ਵਿੱਚ ਵਰਤਮਾਨ ਸਮੇਂ ਚ ਨਾਲ ਹੀ ਕਵਰ ਕਰਤਾ ਦੇਖੋ 448 ਅਨੁਸ਼ੇਧ ਨੇ 25 ਭਾਗ ਬਣ ਗਏ ਜੀਰੇ ਹੁਣ ਤੇ 12 ਅਨੁਸੂਚੀਆਂ ਹੋ ਗਈਆਂ ਸਵਿਧਾਨਿਕ ਸੋਧ ਦੇਖੋ ਉੱਪਰ ਕੋਈ ਸਵਿਧਾਨਿਕ ਸੋਧ ਨਹੀਂ ਹੋਈ ਸੀ ਉਹ ਸ਼ੁਰੂ ਦਾ ਟਾਈਮ ਸੀ ਹੁਣ ਇਹਦੇ ਵਿੱਚ 101 ਜਿਹੜੀਆਂ ਸੋਧਾਂ ਉਹ ਹੋ ਚੁੱਕੀਆਂ ਨੇ ਤੇ 14 ਮਾਰਚ 2019 ਨੂੰ 101 ਜਿਹੜੀ ਸੋਧ ਹੋ ਗਈ ਹੈ ਉਹ ਇਸ ਡੇਟ ਨੂੰ ਹੋਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਦੇਖੋ ਸਵਿਧਾਨ ਸਭਾ ਦੀ ਅੰਤਿਮ ਬੈਠਕ ਇਹ ਹੁਣ ਦੇਖੋ ਅੰਤਿਮ ਬੈਠਕ ਪੁੱਛ ਲੈਂਦੇ ਨੇ 24 ਜਨਵਰੀ 1950 ਨੂੰ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਦੇਖੋ ਇਹ ਸੰਵਿਧਾਨਿਕ ਸਭਾ ਦੁਆਰਾ ਡਾਕਟਰ ਜਿਹੜੇ ਹੈਗੇ ਆ ਰਜਿੰਦਰ ਪ੍ਰਸਾਦ ਜੀ ਨੂੰ ਪਹਿਲਾ ਰਾਸ਼ਟਰਪਤੀ ਜਿਹੜਾ ਹੈਗਾ ਉਹ ਉਹਨਾਂ ਨੂੰ ਚੁਣਿਆ ਗਿਆ ਸੀਗਾ ਉਸ ਤੋਂ ਬਾਅਦ ਹੈਗਾ ਕੈਬਨਟ ਮਿਸ਼ਨ ਦੇ ਮੈਂਬਰ ਸਨਸਫੋਰਡ ਕ੍ਰਿਪਸ ਲਾਰਡ ਐਥਿਕ ਲਾਰੈਂਸ ਅਤੇ ਏ ਬੀ ਅਲੈਗਜ਼ੈਂਡਰ ਸਨ ਠੀਕ ਹੈ ਇਹ ਵੀ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਅੱਗੇ ਹੈਗਾ 26 ਜੁਲਾਈ 1947 ਨੂੰ ਗਵਰਨਰ ਜਨਰਲ ਨੇ ਪਾਕਿਸਤਾਨ ਦੇ ਲਈ ਪਾਕਿਸਤਾਨ ਸਭਾ ਜਿਹੜੀ ਹੈਗੀ ਹੈ ਸੰਵਿਧਾਨ ਸਭਾ ਦਾ ਕੋਸ਼ਣਾ ਕੀਤੀ ਗਈ ਠੀਕ ਹੈ 26 ਜੁਲਾਈ 1947 ਨੂੰ ਹੁਣ ਦੇਖੋ ਜੀ ਇਹਦੇ ਵਿੱਚ ਸੰਵਿਧਾਨ ਸਭਾ ਦੇ ਦੀਆਂ ਪ੍ਰਮੁੱਖ ਜਿਹੜੀਆਂ ਕਮੇਟੀਆਂ ਸਨ ਤੇ ਉਹਨਾਂ ਦੇ ਦੇਖੋ ਚੇਅਰਮੈਨ ਕੌਣ ਸਨ ਆਹ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਿਹੜੇ ਡਾਕਟਰ ਪੀਮਰਾ ਉਮੀਦਵਾਰ ਸਨ ਉਹ ਜਿਹੜੀ ਹੈਗੀ ਹੈ ਦੇਖੋ ਚੌਥੇ ਨੰਬਰ ਦੇ ਠੀਕ ਹੈ ਸਮਿਤੀ ਹੈ ਜਿਹੜੀ ਖੜਲਾ ਕਮੇਟੀ ਜਿਹਨੂੰ ਆਪਾਂ ਕਹਿੰਨੇ ਉਹਦੇ ਜਿਹੜੇ ਹੈਗੇ ਚੇਅਰਮੈਨ ਸੀਗੇ ਆ ਦੇਖੋ ਜਿਹੜੇ ਸੰਚਾਲਨ ਸਮਿਤੀ ਜਿਹੜੇ ਸਾਰੇ ਕੀ ਨੂੰ ਸੰਚਾਲਨ ਕਰ ਰਹੇ ਸੀ ਉਹਦੇ ਜਿਹੜੇ ਹੈਗੇ ਚੇਅਰਮੈਨ ਜਿਹੜੇ ਹੈਗੇ ਉਹ ਡਾਕਟਰ ਰਜਿੰਦਰ ਪ੍ਰਸ਼ਾਦ ਜੀ ਸੀਗੇ ਠੀਕ ਹੈ ਸੰਗ ਸੰਵਿਧਾਨ ਸਮਿਤੀ ਆ ਦੇਖੋ ਪੰਡੇ ਜਵਾਲਨ ਲਹਿਰੂ ਜੀ ਸਨ ਪ੍ਰਾਂਤਿਕ ਸੰਵਿਧਾਨਿਕ ਸਮਿਤੀ ਸਰਦਾਰ ਵੱਲਾ ਭਾਈ ਪਟੇਲ ਠੀਕ ਹੈ ਇਹ ਮੈਚ ਆ ਉੱਥੇ ਨੰਬਰ ਵਾਲੀ ਤੁਹਾਨੂੰ ਦੱਸ ਹੀ ਚੁੱਕੇ ਆ ਸੰਘ ਜਿਹੜੀ ਸ਼ਕਤੀ ਸਮਿਤੀ ਹੈ ਬੰਟਾ ਜਵਾਲਨਾ ਲਹਿਰੂ ਠੀਕ ਹੈ ਇਹ ਵਿੱਚੋਂ ਦੇਖੋ ਸੰਵਿਧਾਨਿਕ ਸਭਾ ਤੋਂ ਜੋ ਸੰਵਿਧਾਨਿਕ ਸਭਾ ਦੇ ਕੁਐਸਚਨ ਮੰਨਦੇ ਆ ਇਹਨਾਂ ਤੋਂ ਬਿਨਾ ਹੋਰ ਕੁਐਸਚਨ ਕੋਈ ਸੰਵਿਧਾਨਿਕ ਸਭਾ ਬਣਦਾ ਹੀ ਨਹੀਂ ਹੈ ਜੇ ਤੁਸੀਂ ਇਹਨੇ ਕੁਐਸਚਨ ਹੈ ਜਿਹੜਾ ਮੈਂ ਦੱਸੇ ਨੇ ਇਹਦੇ ਵਿੱਚ ਇਹਨੇ ਤੁਸੀਂ ਕੁਐਸਚਨ ਕਵਰ ਕਰ ਲੈਂਦੇ ਹੋ ਤਾਂ ਇਸ ਤੋਂ ਬਿਨਾ ਕੋਈ ਕੁਐਸਚਨ ਇਹਦੇ ਵਿੱਚ ਨਹੀਂ ਬਣਦਾ ਅੱਗੇ ਆਪਾਂ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਉਦੇਸ਼ ਅਤੇ ਬਸਾਵਨਾ ਇਹ ਜੋ ਦੇਖੋ ਪ੍ਰਸਤਾਵਨਾ ਦੇਖੋ ਜਿਹਨੂੰ ਆਪਾਂ ਪ੍ਰੈਮਬਲ ਕਹਿੰਦੇ ਹਾਂ ਸੰਵਿਧਾਨਿਕ ਸਭਾ ਸੰਵਿਧਾਨ ਦੀ ਦੇਖੋ ਇਸ ਨੂੰ ਕੁੰਜੀ ਕਿਹਾ ਜਾਂਦਾ ਹੈ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਹੈ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਹੈ ਇਹਦਾ ਆਨਸਰ ਤੇ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਆ ਇਹਨਾਂ ਸਵਿਧਾਨਿਕ ਜਿਹੜੀ ਇਹ ਹੈ ਕਦੋਂ ਇਹਦੇ ਵਿੱਚ ਸੋਧ ਕੀਤੀ ਗਈ ਕਦੋਂ ਇਸ ਨੂੰ ਲਾਗੂ ਕੀਤਾ ਗਿਆ ਦੇਖੋ ਇਹਦੇ ਵਿੱਚ ਇਹ ਦੇਖੋ ਕੁਐਸਚਨ ਨੰਬਰ 4 ਜਿਹੜਾ ਬੜਾ ਇੰਪੋਰਟੈਂਟ ਹੈ 42ਵੀਂ ਸਵਿਧਾਨਿਕ ਸੋਧ 1976 ਈਸਵੀ ਦੁਆਰਾ ਇਸ ਵਿੱਚ ਸਮਾਜਵਾਦੀ ਧਰਮ ਨਿਰਪੱਖ ਅਤੇ ਰਾਸ਼ਟਰ ਦੀ ਅਖੰਡਤਾ ਸ਼ਬਦ ਜਿਹੜੇ ਆ ਗਿਆ ਜੋੜੇ ਗਏ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਉਸ ਤੋਂ ਬਾਅਦ ਅੱਗੇ ਹੈ ਭਾਰਤੀ ਸੰਵਿਧਾਨ ਦੇ ਵਦੇਸ਼ੀ ਸਟੂਡ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ 1935 ਦਾ ਐਕਟ ਸੀਗਾ ਉਸ ਦੇ ਵਿੱਚੋਂ ਸਾਰਾ ਸੁਵਿਧਾਨ ਜਿਹੜਾ ਹੈਗਾ ਲਿਖਿਆ ਗਿਆ ਪਰ ਇਸ ਦੇ ਕੁਝ ਵਿਦੇਸ਼ੀ ਸੋਰਸਾਂ ਤੋਂ ਵੀ ਵਿਦੇਸ਼ਾਂ ਦੇ ਜਿਹੜੇ ਸੁਵਿਧਾਨ ਹੈ ਵੱਖਰੇ ਵੱਖਰੇ ਦੇਸ਼ਾਂ ਹੋਰ ਦੇਸ਼ਾਂ ਦੇ ਸੁਵਿਧਾਨ ਹੈ ਉਹਨਾਂ ਤੋਂ ਵੀ ਕੁਝ ਗੱਲਾਂ ਇਹਦੇ ਵਿੱਚ ਲਈਆਂ ਗਈਆਂ ਕਿਹੜੇ ਦੇਸ਼ ਤੋਂ ਕਿਹੜੀ ਗੱਲ ਲਈ ਗਈ ਤੁਸੀਂ ਇਹਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇੱਥੇ ਤੁਸੀਂ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਇਹਦੇ ਬਾਰੇ ਅ ਥੋੜਾ ਇਹ ਦੱਸਾਂਗਾ ਕਿਉਂਕਿ ਫਿਰ ਜੋ ਜੇ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਣ ਲੱਗਿਆ ਤਾਂ ਇਹ ਜੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਇਸ ਕਰਕੇ ਦੇਖੋ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਰਿਹਾ ਤੇ ਬਾਕੀ ਜਿਹੜੀਆਂ ਗੱਲਾਂ ਤੁਸੀਂ ਇਸ ਤਰ੍ਹਾਂ ਜਿਵੇਂ ਮੈਂ ਹੁਣ ਇੰਸਟਾ ਇੱਥੇ ਰੋਕਿਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਇਹ ਵੀਡੀਓ ਨੂੰ ਇਸ ਤਰ੍ਹਾਂ ਰੋਕ ਕੇ ਤੁਸੀਂ ਕਾਪੀ ਪੈਨਸਲ ਨਾਲ ਤੁਸੀਂ ਨੋਟ ਵੀ ਕਰ ਸਕਦੇ ਹੋ ਦੇਖੋ ਸੁਵਿਧਾ ਜਿਹੜੇ ਸੰਯੁਕਤ ਰਾਜ ਅਮਰੀਕਾ ਤੋਂ ਦੇਖੋ ਕੀ ਕੀ ਲੈ ਗਿਆ ਮੌਲਿਕ ਅਧਿਕਾਰ ਲੈ ਗਏ ਨਿਆਂਇ ਪੁਨਰ ਆਵ ਲੋਕਾਂ ਦੀ ਜਿਹੜੀ ਹੈਗੀ ਹੈ ਵਿਵਸਥਾ ਉਰ ਤੋਂ ਲਈ ਗਈ ਹੈ ਨਿਆਇਪਾਲਕ ਦੀ ਸੁਤੰਤਰਤਾ ਜਿਹੜੀ ਹੈਗੀ ਆ ਉਹ ਉਸ ਤੋਂ ਲਈ ਗਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਜੱਜ ਨੂੰ ਹਟਾਉਣਾ ਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਅਨਯੁਕਤੀ ਵਗੈਰਾ ਉਹਨਾਂ ਨੂੰ ਇਸ ਤਰ੍ਹਾਂ ਪਾਏ ਕਰ ਸਕਦੇ ਆ ਉਹ ਲੈ ਗਿਆ ਅ ਦੇਖੋ ਬ੍ਰਿਟੇਨ ਤੋਂ ਕੀ ਕੀ ਲੈ ਗਿਆ ਸੰਸਦ ਜਿਹੜੀ ਹੈਗੀ ਹੈ ਇਹ ਕੈਰੀ ਨਾਗਰਿਕਤਾ ਲਈ ਗਈ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਲਈ ਹੋਈਆਂ ਦੇਖੋ ਆਇਰਲੈਂਡ ਦੇਖੋ ਅ ਨਹੀਂ ਤੇ ਨਿਰਦੇਸ਼ਕ ਦੇ ਸਿਧਾਂਤ ਜਿਹੜੇ ਹੈਗੇ ਆ ਇਸ ਦੇ ਤੋਂ ਲਏ ਗਏ ਆ ਠੀਕ ਹੈ ਜੀ ਅ ਉਸ ਤੋਂ ਬਾਅਦ ਅੱਗੇ ਦੇਖੋ ਅ ਆਸਟ੍ਰੇਲੀਆ ਜਿਹੜਾ ਹੈਗਾ ਉਸ ਤੋਂ ਕੀ ਕੀ ਲਿਆ ਗਿਆ ਅ ਅ ਪ੍ਰਸਤਾਵਨਾ ਦੀ ਭਾਸ਼ਾ ਜਿਹੜੀ ਹੈਗੀ ਹੈ ਉਸ ਤੋਂ ਸੰਵਰਤੀ ਸੂਚੀ ਕੇਂਦਰ ਰਾਜ ਵਿਚਕਾਰ ਸਬੰਧ ਅ ਸ਼ਕਤੀਆਂ ਦੀ ਵੰਡ ਵਗੈਰਾ ਇਹ ਜਿਹੜੀ ਇਸ ਤੋਂ ਲਈ ਗਈ ਹੈ ਦੇਖੋ ਜਰਮਨੀ ਤੋਂ ਕੀ ਲਿਆ ਗਿਆ ਜਰਮਨੀ ਨੂੰ ਤੋਂ ਦੇਖੋ ਸੰਕਟ ਕਾਲੀ ਨ ਜਿਹੜੀਆਂ ਅ ਸ਼ਕਤੀਆਂ ਰਾਸ਼ਟਰਪਤੀ ਵਰਤਦਾ ਉਹ ਕਿਵੇਂ ਵਰਤਣੀਆਂ ਉਹ ਲਿਆ ਗਿਆ ਤੇ ਬਾਕੀ ਡਿਟੇਲਿੰਗ ਤੁਸੀਂ ਨਾਲ ਨਾਲ ਦੇਖ ਸਕਦੇ ਹੋ ਉਸ ਤੋਂ ਬਾਅਦ ਦੇਖੋ ਕਿ ਹੈ ਕੈਨੇਡਾ ਕੈਨੇਡਾ ਤੋਂ ਕੀ ਹੈ ਸੰਘਾਤਮਿਕ ਵਿਵਸਥਾ ਜਿਹੜੀ ਹੈਗੀ ਹੈ ਉਹ ਲਈ ਗਈ ਹੈ ਰਾਜਪਾਲ ਦੀ ਨਿਯੁਕਤੀ ਕਿਵੇਂ ਕਰਨੀ ਹੈ ਉਹ ਜਿਹੜਾ ਲਿਆ ਗਿਆ ਦੇਖੋ ਦੱਖਣੀ ਅਫਰੀਕਾ ਦੱਖਣੀ ਅਫਰੀਕਾ ਬੜਾ ਇੰਪੋਰਟੈਂਟ ਹੈ ਇੱਥੋਂ ਜਿਹੜਾ ਹੈਗਾ ਲਿਆ ਗਿਆ ਸੰਵਿਧਾਨਿਕ ਸੋਧ ਦੀ ਪ੍ਰਕਿਰਿਆ ਜਿਹੜੀਆਂ ਸੋਧਾਂ ਜਿਵੇਂ ਤੁਹਾਨੂੰ ਦੱਸੀਆਂ ਵੀ ਹੁਣ 101ਵੀਂ ਸੋਧ ਜਿਹੜੀ ਹੈਗੀ ਆ ਉਹ ਹੋ ਚੁੱਕੀ ਹੈ ਇਹ ਉਹ ਜਿਹੜੀਆਂ ਸੋਧਾਂ ਕਿਵੇਂ ਕਰਨੀਆਂ ਕਿੰਨੇ ਉਹਦੇ ਵਿੱਚ ਮੈਂਬਰਾਂ ਦੀ ਗਿਣਤੀ ਚਾਹੀਦੀ ਹੈ ਇਹ ਸਾਰੀ ਡਿਟੇਲਿੰਗ ਜਿਹੜੀ ਹੈਗੀ ਹੈ ਇਸ ਦੇ ਵਿੱਚ ਲਈ ਗਈ ਹੈ ਉਸ ਤੋਂ ਬਾਅਦ ਅੱਗੇ ਹੈਗਾ ਰੂਸ ਮੌਲਿਕ ਕਰਤਵ ਠੀਕ ਹੈ ਜਿਵੇਂ ਮੌਲਿਕ ਅਧਿਕਾਰ ਤੁਹਾਨੂੰ ਦੱਸਿਆ ਅਮਰੀਕਾ ਤੋਂ ਲੈ ਕੇ ਤਾਂ ਮੌਲਿਕ ਕਰਤਵ ਜਿਹੜੇ ਹੈਗੇ ਆਪਣੇ ਉਹ ਉਹ ਜਿਹੜੇ ਹੈਗੇ ਰੂਸ ਤੋਂ ਲੈ ਕੇ ਆਸ ਤੋਂ ਅੱਗੇ ਜਪਾਨ ਤੋਂ ਵੀ ਲਿਆ ਗਿਆ ਹੈ ਕੁਝ ਉਹ ਹੈ ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ ਮਤਲਬ ਕਿ ਕਿਸ ਵਿਧੀ ਦੇ ਨਾਲ ਕਿਹੜੀ ਪ੍ਰਕਿਰਿਆ ਕਰਨੀ ਹੈ ਉਹ ਸਾਰਾ ਇਹਦੇ ਵਿੱਚ ਜਿਹੜਾ ਹੈਗਾ ਉਹ ਲਿਆ ਆ ਗਿਆ ਦੇਖੋ ਲਾਸਟ ਵਿੱਚ ਮੈਂ ਤੁਹਾਨੂੰ ਲਾਈਨ ਇਹਦੇ ਵਿੱਚ ਲਿਖੀ ਹੋਈ ਹੈ ਭਾਰਤੀ ਸੰਵਿਧਾਨ ਦੇ ਅਨੇਕ ਦੇ ਦੇਸੀ ਅਤੇ ਵਿਦੇਸ਼ੀ ਸੋਰਸਾਂ ਪਰ ਭਾਰਤੀ ਸੰਵਿਧਾਨ ਦੇ ਅਨੇਕਾਂ ਅਧਿਕਾਰ ਪ੍ਰਭਾਵ ਭਾਰਤੀ ਸ਼ਾਸਨ ਐਕਟ ਉਹ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਇਹ 1935 ਦਾ ਹੀ ਹੈ ਦੇਖੋ 193595 ਇਹਦੇ ਵਿੱਚੋਂ ਤੋਂ ਦਸਿਆ 3595 ਜਿਹੜੇ ਨੇ ਉਹ ਅਨਸ਼ੇਦ ਹੈ 250 ਅਨਸ਼ੇਦ ਅਜਿਹੇ ਹਨ ਜਿਹੜੇ ਕਿ 1935 ਦੇ ਐਕਟ ਤੋਂ ਹੀ ਲਈ ਗਏ ਠੀਕ ਹੈ 250 ਅਨਸ਼ੇਦ ਦੇਖ ਲਓ ਉੱਥੋਂ ਹੀ ਲੈ ਲਏ ਗਏ ਆ ਤਾਂ ਇਸ ਕਰਕੇ ਇਹ ਤੁਹਾਨੂੰ ਮੈਂ ਡਿਟੇਲਿੰਗ ਦੇ ਵਿੱਚ ਜ਼ਿਆਦਾ ਨਹੀਂ ਜਾ ਰਿਹਾ ਤੇ ਮੈਂ ਤੁਹਾਨੂੰ ਉੱਪਰ ਉਹ ਦੱਸ ਰਿਹਾ ਹਾਂ ਤੁਸੀਂ ਇਸ ਨੂੰ ਮਤਲਬ ਕਿ ਇਸ ਤਰ੍ਹਾਂ ਰੋਕ ਕੇ ਇਸ ਤਰ੍ਹਾਂ ਦੇਖੋ ਇਹਨੂੰ ਇਸ ਤਰ੍ਹਾਂ ਵੱਡਾ ਵੀ ਕੀਤਾ ਜਾ ਸਕਦਾ ਹੈ ਤਾਂ ਇਸ ਨੂੰ ਇਸ ਤਰ੍ਹਾਂ ਵੱਡਾ ਕਰਕੇ ਤੁਸੀਂ ਇਸ ਦੀ ਇਸ ਨੂੰ ਇਸ ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਉਹ ਤੁਸੀਂ ਨੋਟ ਕਰ ਸਕਦੇ ਹੋ ਦੇਖੋ ਅੱਗੇ ਹੈ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਦੇਖੋ ਪਹਿਲੀ ਅਨੁਸੂਚੀ ਚ ਕੀ ਲਿਖਿਆ ਹੋਇਆ ਜੀ ਦੂਜੀ ਚ ਕੀ ਲਿਖਿਆ ਹੋਇਆ ਹੈ ਤੀਜੀ ਚ ਕੀ ਲਿਖਿਆ ਹੋਇਆ ਹੈ ਚੌਥੀ ਪੰਜਵੀਂ ਠੀਕ ਹੈ ਜਿਹੜੀਆਂ ਜਿਹੜੀਆਂ ਇਹਦੇ ਚ ਦੇਖੋ ਮੇਨ ਇੰਪੋਰਟੈਂਟ ਸਿਗੀਆਂ ਉਹ ਮੈਂ ਇਹਦੇ ਚ ਲਿਖੀਆਂ ਹੋਈਆਂ ਨੇ ਠੀਕ ਹੈ ਸੱਤਵੀਂ ਵੀ ਇੰਪੋਰਟੈਂਟ ਹੈ ਤਾਂ ਇਹਨਾਂ ਨੂੰ ਤੁਸੀਂ ਇੱਥੋਂ ਜਿਹੜਾ ਹੈਗਾ ਪੜ੍ਹ ਸਕਦੇ ਹੋ ਦੇਖੋ ਜਿਹੜੀ ਪਹਿਲੀ ਅਨੁਸੂਚੀ ਹੈ ਇਸ ਵਾਸਤੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਇਸ ਵਿੱਚ ਭਾਰਤੀ ਸੰਘ ਦੇ 28 ਰਾਜ ਤੇ ਸੱਤ ਕੇਂਦਰ ਸ਼ਾਸਿਤ ਖੇਤਰਾਂ ਦਾ ਉਲੇਖ ਕੀਤਾ ਗਿਆ ਦੇਖੋ ਇਹ ਜਿਹੜੇ ਹੈਗੇ ਆ ਇਹਨਾਂ ਦਾ ਉਲੇਖ ਜਿਹੜਾ ਹੈਗਾ ਉਹ ਉਹਦੇ ਚ ਕੀਤਾ ਗਿਆ ਦੇਖੋ ਅੱਠਵੀਂ ਅਨੁਸੂਚੀ ਵੀ ਇੰਪੋਰਟੈਂਟ ਹੈ ਅੱਠਵੀਂ ਅਨੁਸੂਚੀ ਬਾਰੇ ਵੀ ਦੇਖੋ ਇਹਦੇ ਵਿੱਚ ਲਿਖਿਆ ਗਿਆ ਤੇ ਜਿਹੜੀਆਂ ਚੀਜ਼ਾਂ ਦੇਖੋ ਜ਼ਿਆਦਾ ਇੰਪੋਰਟੈਂਟ ਹੈ ਉਹ ਮੈਂ ਕੋਸ਼ਿਸ਼ ਕੀਤੀ ਕੀ ਹੈ ਕਿ ਉਸ ਨੂੰ ਜਿਹੜਾ ਹੈਗਾ ਥੋੜਾ ਬੋਲਡ ਕਰ ਦਿੱਤਾ ਜਾਵੇ ਠੀਕ ਹੈ ਜੀ ਇਰੇ ਵਿੱਚ ਆ ਦੇਖੋ ਸਤਵੀਂ ਅਨੁਸੂਚੀ ਆ ਦੇਖੋ ਇਹਦੇ ਵਿੱਚ ਜਿਹੜਾ ਜਿਹੜੀਆਂ ਸ਼ਕਤੀਆਂ ਹੈਗੀਆਂ ਉਹਨਾਂ ਦੇ ਵੰਡ ਬਾਰੇ ਵੀ ਦੱਸਿਆ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਪਹਿਲਾਂ ਕਿੰਨੇ ਅਨੁਸ਼ੇਦ ਸੀ ਹੁਣ ਕਿੰਨੇ ਹੋ ਗਏ ਇਸੇ ਤਰ੍ਹਾਂ ਇਸ ਦੇ ਵਿੱਚ ਸਤਵੀਂ ਅਨੁਸੂਚੀ ਦੇ ਵਿੱਚ ਮੈਂ ਇੱਥੇ ਵੀ ਡਿਟੇਲਿੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵਿੱਚ ਦਿੱਤੇ ਗਏ ਵਿਸ਼ਿਆਂ ਦੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ ਸੁਵਿਧਾ ਸੁਵਿਧਾਨ ਦੇ ਲਾਗੂ ਹੋਣ ਸਭ ਇਹ ਦੇਖੋ ਸਵਿਧਾਨ ਦੇ ਲਾਗੂ ਹੋਣ ਸਮੇ ਇਹਦੇ ਵਿੱਚ ਜਿਹੜੇ 93 ਵਿਸ਼ੇ ਸੀ ਵਰਤਮਾਨ ਸਮੇ ਵਿੱਚ ਇਹਦੇ ਵਿੱਚ ਹੁਣ 100 ਵਿਸ਼ੇ ਹਨ ਪੂਰੇ ਰਾਜ ਸੂਚੀ ਦੇਖੋ ਰਾਜ ਸੂਚੀ ਰਾਜਾਂ ਰਾਜਾਂ ਦੁਆਰਾ ਇਸ ਤੇ ਕਾਨੂੰਨ ਬਣਾਏ ਜਾਂਦੇ ਸਨ ਪਹਿਲਾਂ ਦੇਖੋ ਇਹਦੇ ਵਿੱਚ 66 ਵਿਸ਼ੇ ਸੀਗੇ ਹੁਣ ਇਹਦੇ ਵਿੱਚ ਇਸ ਟਾਈਮ ਮੌਜੂਦਾ 61 ਵਿਸ਼ੇ ਹਨ ਠੀਕ ਹੈ ਤੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਫਿਰ ਅਗਲੀ ਜਿਹੜੀ ਸੂਚੀ ਆ ਜਾਂਦੀ ਹੈ ਉਹਦੇ ਵਿੱਚ ਜਿਹੜੇ ਹੈਗੇ ਆ ਉਹ 47 ਵਿਸ਼ੇ ਸੀ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਜਿਹੜੇ ਹੈਗੇ 52 ਵਿਸ਼ੇ ਹਨ ਇਹਦੇ ਤਿੰਨ ਸੂਚੀਆਂ ਨੇ ਨਾ ਜੀ ਦੇਖੋ ਪਹਿਲੀ ਦੂਜੀ ਤੀਜੀ ਦੇਖੋ ਤਿੰਨੇ ਸੂਚੀਆਂ ਪਹਿਲਾਂ ਕਿੰਨੇ ਕਿੰਨੇ ਸੀਗੇ ਵਿਸ਼ੇ ਤੇ ਹੁਣ ਕਿੰਨੇ ਕਿੰਨੇ ਹੈਗੇ ਇਹ ਮੈਂ ਤੁਹਾਨੂੰ ਇਹਦੇ ਵਿੱਚ ਡਿਟੇਲਿੰਗ ਇਹਦੇ ਵਿੱਚ ਦਿੱਤੀ ਹੈ ਤੁਸੀਂ ਜੇ ਮੈਂ ਇਸ ਨੂੰ ਇਸ ਤਰ੍ਹਾਂ ਰੋਕਿਆ ਹੋਇਆ ਹੈ ਤੁਸੀਂ ਰੋਕ ਕੇ ਡਿਟੇਲ ਦੇ ਵਿੱਚ ਇਹਨੂੰ ਪਾਜ਼ ਕਰਕੇ ਤੁਸੀਂ ਇੱਥੋਂ ਮਤਲਬ ਕਿ ਸਾਰੇ ਜਿਹੜੀ ਜਿਹੜੀ ਡਿਟੇਲਿੰਗ ਕੱਲੀ ਕੱਲੀ ਡਿਟੇਲਿੰਗ ਤੁਸੀਂ ਨੋਟ ਕਰ ਸਕਦੇ ਹੋ ਬਿਲਕੁਲ ਪੰਜਾਬੀ ਦੇ ਵਿੱਚ ਨੋਟਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੇਖੋ 12ਵੀਂ ਅਨੁਸੂਚੀ ਅ ਆ ਰਖੋਣ ਅੱਗੇ ਹੈਗਾ ਦੇਸੀ ریاستਾਂ ਦਾ ਭਾਰਤ ਦੇ ਵਿੱਚ ਮਿਲਾਉਣਾ ਭਾਰਤ ਦੇ ਵਿੱਚ ਕਿਹੜੀ ਕਿਹੜੀ ਦੇਸੀ ریاست ਨੂੰ ਕਿੱਦਾਂ ਮਿਲਾਇਆ ਗਿਆ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਭਾਵੇਂ ਇਹ ਵੱਡੇ ਐਗਜ਼ਾਮ ਦਾ ਕੁਐਸਚਨ ਹੈ ਪਰ ਕਈ ਵਾਰੀ ਇਹ ਕੁਐਸਚਨ ਟੈਟ ਜਾਂ ਆਪਾਂ ਜਿਹੜਾ ਮਾਸਟਰ ਕੈਟਰ ਦਾ ਜੋ ਟੈਸਟ ਦਿੰਦੇ ਹਾਂ ਜੌਬ ਲੱਗਣ ਵਾਸਤੇ ਉਹਨਾਂ ਦੇ ਵਿੱਚ ਵੀ ਕਈ ਵਾਰੀ ਇਹ ਕੁਐਸਚਨ ਜਿਹੜਾ ਪੁੱਛ ਲਿਆ ਜਾਂਦਾ ਹੈ ਦੇਖੋ ਵੱਲਬ ਭਾਈ ਪਟੇਲ ਜੀ ਸੀਗੇ ਉਹਨਾਂ ਦਾ ਮੈਨ ਉਹਨਾਂ ਦੀ ਅਗਵਾਈ ਦੇ ਨਾਲ ਜਿਹੜੇ ਹੈਗੀਆਂ ਅ ਰਿਆਸਤਾਂ ਨੂੰ ਜਿਹੜਾ ਮਲਾਇਆ ਗਿਆ ਦੇਖੋ ਜੂਨਾਗੜ੍ਹ ਰਿਆਸਤ ਨੂੰ ਜਲਮਤ ਸੰਗ੍ਰਹਿ ਦੁਆਰਾ ਤੇ ਹైదరాబాద్ ਨੂੰ ਕਪੂਲਿਸ ਕਾਰਵਾਈ ਦੁਆਰਾ ਜੰਮੂ ਕਸ਼ਮੀਰ ਰਿਆਸਤ ਨੂੰ ਅ ਹਸਤਾਖਰ ਦੁਆਰਾ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਇਹ ਕੋਸ਼ਨ ਪੁੱਛ ਲੈਂਦੇ ਨੇ ਕਿ ਕਿਸ ਕਿਸ ਨੂੰ ਕਿੱਦਾਂ ਵੇਦਾਂ ਸ਼ਾਮਲ ਜਿਹੜਾ ਹੈਗਾ ਉਹ ਕੀਤਾ ਗਿਆ ਅੱਗੇ ਦੇਖੋ ਇਹਦੇ ਵਿੱਚ ਹੈਗਾ ਸੰਘ ਤੇ ਉਸ ਦਾ ਰਾਜ ਖੇਤਰ ਠੀਕ ਹੈ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚੋਂ ਜੋ ਹੈਗੇ ਆ ਉਹ ਬਣ ਜਾਂਦੇ ਹਨ ਤੇ ਇਹ ਦੇਖੋ ਇਹਦੇ ਵਿੱਚ ਵੀ ਤੁਸੀਂ ਜਿਹੜੇ ਹੈਗੇ ਆ ਕੁਐਸਚਨ ਉਹ ਤੁਸੀਂ ਇਸ ਨੂੰ ਏਦਾਂ ਸਟਾਪ ਕਰਕੇ ਇਸ ਨੂੰ ਏਦਾਂ ਆਪਾਂ ਸਟਾਪ ਕਰਕੇ ਤੁਸੀਂ ਇਹਨੂੰ ਨੋਟੇਰ ਵਿੱਚ ਜਿਹੜੇ ਹੈਗੇ ਆ ਕੁਐਸਚਨ ਉਹ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਜਿਹੜਾ ਇੰਪੋਰਟੈਂਟ ਕੁਐਸਚਨ ਬਹੁਤ ਜ਼ਿਆਦਾ ਬਣਦਾ ਹੈ ਪੰਜਵਾਂ ਕੁਐਸਚਨ ਹੈ ਦੇਖੋ 1 ਅਕਤੂਬਰ ਨੂੰ 1953 ਈਸਵੀ ਨੂੰ ਆਂਧਰਾ ਪ੍ਰਦੇਸ਼ ਦਾ ਜਿਹੜਾ ਹੈਗਾ ਉਹ ਰਾਜ ਦਾ ਗਠਨ ਜੋ ਹੋਇਆ ਸੀਗਾ ਠੀਕ ਹੈ ਇਹ ਕੁਐਸਚਨ ਪੁੱਛਣ ਦੇ ਭਾਸ਼ਾ ਦੇ ਆਧਾਰ ਤੇ ਪਹਿਲਾ ਰਾਜ ਕਦੋਂ ਬਣਿਆ ਤੇ ਇਸ ਵਾਰੇ ਕਾਫੀ ਜਦੋਜਹਿਦ ਹੋਈ ਸੀ ਆ ਦੇਖੋ ਆ ਰਾਮਲੂ ਦੀ ਮੌਤ ਹੋ ਗਈ ਸੀ ਤੇ ਮਤਲਬ ਕਿ ਕਾਫੀ ਜਦੋਜਹਿਦ ਤੋਂ ਬਾਅਦ ਇਹ ਜਿਹੜਾ ਹੈਗਾ ਇਹ ਮਤਲਬ ਕਿ ਪ੍ਰਦੇਸ਼ ਇਹ ਬਣਿਆ ਸੀ ਭਾਸ਼ਾ ਦੇ ਆਧਾਰ ਤੇ ਇਹ ਜਿਵੇਂ ਭਾਸ਼ਾ ਦੇ ਆਧਾਰ ਤੇ ਦੇਖੋ ਆਪਣਾ ਜਿਹੜਾ ਪੰਜਾਬ ਹੈਗਾ ਪੰਜਾਬ ਹਿਮਾਚਲ ਤੇ ਹਰਿਆਣੇ ਨੂੰ ਵੀ ਦੇਖੋ ਵੱਖ ਕਰ ਦਿੱਤਾ ਗਿਆ ਸੀ ਠੀਕ ਹੈ ਇਹ ਦੇਖੋ 1953 ਦੀ ਗੱਲ ਹੈ ਉਹ ਜਿਹੜੀ ਹੈਗੀ ਹੈ ਦੇਖੋ 1 ਨਵੰਬਰ 1966 ਦੀ ਗੱਲ ਹੈ ਠੀਕ ਹੈ ਆ ਦੇਖੋ ਬਈ ਦੇਖੋ ਇਹ ਚ ਕੁਐਸਚਨ ਦੇਖੋ 16ਵਾਂ ਕੁਐਸਚਨ ਹੈ 3 ਮਈ 1987 ਨੂੰ ਗੋਆ ਨੂੰ 25ਵਾਂ ਰਾਜ ਦਾ ਦਰਜਾ ਦਿੱਤਾ ਗਿਆ ਦੇਖੋ ਇਸ ਤੋਂ ਪਹਿਲਾਂ ਦੇਖੋ 15ਵਾਂ ਕੁਐਸਚਨ ਹੈ ਫਬ੍ਰੂਅਰੀ 1975 ਨੂੰ ਇੱਕਮਰਾਜ ਦਾ 22ਵਾਂ ਰਾਜ ਬਣਿਆ ਕਦੋਂ ਕਿਹੜੇ ਕਿਹੜੇ ਰਾਜ ਜਿਹੜੇ ਬਣੇ ਆ ਉਹਨਾਂ ਬਾਰੇ ਗਿਆ ਦੇਖੋ 17ਵੇਂ ਵਿੱਚ 17ਵੇਂ ਨੰਬਰ ਕੁਐਸਚਨ ਦੇ ਵਿੱਚ 1 ਨਵੰਬਰ 2000 ਨੂੰ 36 ਗੜ ਠੀਕ ਹੈ 26ਵਾਂ ਰਾਜ ਬਣਿਆ 8 ਨਵੰਬਰ 2000 ਨੂੰ ਉੱਤਰਾਖੰਡ 27ਵਾਂ ਰਾਜ ਬਣਿਆ ਤੇ 15 ਨਵੰਬਰ 2000 ਨੂੰ ਚਾਰਖੰਡ 28ਵਾਂ ਰਾਜ ਬਣਿਆ ਇਹ ਸਾਰਾ ਮਾ ਕੁਐਸਚਨ ਥੋੜਾ ਜਿਹਾ ਇੰਪੋਰਟੈਂਟ ਜ਼ਿਆਦਾ ਇਸ ਕਰਕੇ ਬਣ ਜਾਂਦਾ ਕਿਉਂਕਿ ਇਹ ਜਿਹੜੇ ਲਾਸਟ ਦੇ ਵਿੱਚ ਰਾਜ ਬਣੇ ਸਿਗੇ ਇਹ ਇਹਨਾਂ ਕਰਕੇ ਇਹ ਇੰਪੋਰਟੈਂਟ ਜਿਹੜਾ ਹੈਗਾ ਬਣ ਜਾਂਦਾ ਹੈ ਤੇ ਹੁਣ ਤੁਹਾਨੂੰ ਪਤਾ ਹੈ ਤੇਲੰਗਾਨਾ ਵੀ ਇੱਕ ਜੋ ਹੈਗਾ ਉਹ ਵੀ ਇੱਕ ਰਾਜ ਬਣ ਚੁੱਕਿਆ ਹੈਗਾ ਠੀਕ ਹੈ ਤੇ ਇਸ ਤੋਂ ਬਾਅਦ ਨਵੀਂ ਡਿਟੇਲਿੰਗ ਇਹ ਵੀ ਹੈ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹ ਵੀ ਹੁਣ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਹੋਰ ਵੱਧ ਚੁੱਕੇ ਨੇ ਮਤਲਬ ਕਿ ਜੰਮੂ ਕਸ਼ਮੀਰ ਤੇ ਜੰਮੂ ਤੇ ਕਸ਼ਮੀਰ ਮਤਲਬ ਕਿ ਦੋ ਵੱਖਰੇ ਵੱਖਰੇ ਉਨ੍ਹਾਂ ਦੇ ਵਿੱਚੋਂ ਬਣਾ ਦਿੱਤੇ ਗਏ ਨੇ ਇੱਕ ਲਦਾਖ ਬਣਾ ਦਿੱਤਾ ਗਿਆ ਠੀਕ ਹੈ ਕਲਦਾਖ ਤੇ ਇੱਕ ਜੰਮੂ ਕਸ਼ਮੀਰ ਬਣਾ ਦਿੱਤੇ ਗਏ ਆ ਤੇ ਇਸ ਕਰਕੇ ਇਹ ਜਿਹੜਾ ਹੈਗਾ ਇਸ ਤਰ੍ਹਾਂ ਦੇ ਵੀ ਕੁਐਸਚਨ ਵਿੱਚ ਕ੍ਰੀਏਟ ਹੁੰਦੇ ਨੇ ਤੇ ਇਹ ਤੁਸੀਂ ਆਪ ਵੀ ਇਹਨਾਂ ਨੂੰ ਥੋੜੀ ਡਿਟੇਲਿੰਗ ਇਹਨਾਂ ਦੀ ਨੋਟ ਕਰ ਲੈਣੀ ਹੈ ਉਸ ਤੋਂ ਬਾਅਦ ਦੇਖੋ ਅਨੁਸ਼ੀਧ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਅਨੁਸ਼ੀਧਾਂ ਦੇ ਵਿੱਚ ਕੁਐਸਚਨ ਪੁੱਛ ਲੈ ਜਾਂਦੇ ਨੇ ਠੀਕ ਹੈ 246 ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਪਹਿਲਾ ਅਨੁਛੇਦ ਜ਼ਰੂਰ ਕਰ ਲਓ ਠੀਕ ਹੈ ਇਹਦੇ ਵਿੱਚ ਭਾਰਤ ਰਾਜ ਦਾ ਸੰਘ ਹੋਵੇਗਾ ਤੇ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਹੈ 2 ਨੰਬਰ ਅਨੁਛੇਦ ਵੀ ਇੰਪੋਰਟੈਂਟ ਹੈ 3 ਨੰਬਰ ਵੀ اچھا ਦੇਖੋ ਅੱਗੇ ਭਾਰਤੀ ਸੰਵਿਧਾਨ ਦੇ ਮੁੱਖ ਭਾਗ ਠੀਕ ਹੈ ਕਈ ਵਾਰੀ ਭਾਗਾਂ ਦੇ ਵਿੱਚੋਂ ਕਸ਼ਨ ਵੀ ਪੁੱਛ ਲੈਂਦੇ ਆ ਭਾਗ ਨੰਬਰ 2 ਠੀਕ ਹੈ ਅਨੁਛੇਦ ਨੰਬਰ 5 ਤੋਂ 11 ਠੀਕ ਹੈ ਇਹ ਚ ਕੀ ਹੈਗਾ ਭਾਰਤ ਦੇ ਨਾਗਰਿਕ ਐਕਟ 1955 ਦੇ ਅਨੁਸਾਰ ਕਿਸੇ ਕਿਸੇ ਇੱਕ ਅਧਾਰ ਤੇ ਨਾਗਰਿਕ ਪ੍ਰਾਪਤ ਕੀਤੀ ਜਾ ਸਕਦੀ ਹੈ ਵੀ ਇਸ ਦੇ ਵਿੱਚ ਹੈਗਾ ਡਿਟੇਲਿੰਗ ਦਿੱਤੀ ਹੋਈ ਹੈ ਨਾਗਰਿਕਤਾ ਦੇਖੋ ਆਪਾਂ ਜੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਨਾਗਰਿਕਤਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਨਾਗਰਿਕਤਾ ਤੁਹਾਡੀ ਕਿਦਾਂ ਵਾਪਸ ਤੁਹਾਡੇ ਤੋਂ ਖੋਹੀ ਜਾ ਸਕਦੀ ਹੈ ਇਹ ਪੂਰੀ ਡਿਟੇਲਿੰਗ ਐਸ ਦੀ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਜਿਹੜਾ ਹੈਗਾ ਨੋਟ ਇਹਦੇ ਵਿੱਚੋਂ ਜਿਹੜੇ ਇੰਪੋਰਟੈਂਟ ਤੁਹਾਨੂੰ ਚੀਜ਼ਾਂ ਲੱਗਦੀਆਂ ਤੁਸੀਂ ਇਹਦੇ ਵਿੱਚੋਂ ਇਸ ਤਰ੍ਹਾਂ ਜਿਵੇਂ ਮੈਂ ਸਟਾਪ ਕੀਤਾ ਹੋਇਆ ਹੈ ਸਟਾਪ ਕਰਕੇ ਪਾਜ਼ ਕਰਕੇ ਤੁਸੀਂ ਇਹਦੇ ਵਿੱਚੋਂ ਚੀਜ਼ਾਂ ਜਿਹੜੀਆਂ ਆ ਗਈਆਂ ਉਹ ਨੋਟ ਕਰ ਸਕਦੇ ਹੋ ਹੁਣ ਦੇਖੋ ਇਹ ਚ ਜਿਹੜੀਆਂ ਆ ਗਈਆਂ ਸੋਧਾਂ ਤੁਹਾਨੂੰ ਦੱਸਿਆ 101 ਇੱਕ ਸੋਧ ਹੋ ਚੁੱਕੀ ਹੈ ਅਹ ਦੇਖੋ ਇਹ ਇੱਕ ਨਾਗਰਿਕ ਸੋਧ ਐਕਟ ਹੈਗਾ 1986 ਦਾ ਠੀਕ ਹੈ ਤਾਂ ਉਹ ਉਸ ਨੂੰ ਆ ਦੇਖੋ ਰਿਵਾਈਜ਼ ਕਰਕੇ ਦੇਖੋ ਅਹ ਕਿੱਡਾ ਕਿੱਦਾਂ ਜਿਹੜੀਆਂ ਸੋਧਾਂ ਕਿਸ ਕਿਸ ਸਮੇਂ ਦੇ ਵਿੱਚ ਕੀ ਕੀ ਹੋਇਆ ਹੈ ਉਸ ਵਾਰੇ ਇਹਦੇ ਵਿੱਚ ਥੋੜੀ ਡਿਟੇਲ ਦਿੱਤੀ ਹੋਈ ਹੈ ਦੇਖੋ ਆ ਨਾਗਰਿਕਤਾ ਦਾ ਅੰਤ ਦੇਖੋ ਕਿਵੇਂ ਹੋ ਸਕਦਾ ਹੈ ਦੇਖੋ ਨਾਗਰਿਕਤਾ ਦਾ ਅੰਤ ਨਾਗਰਿਕ ਦਾ ਨਾਗਰਿਕਤਾ ਬੰਦਾ ਆਪ ਤਿਆਗ ਦੇਵੇ ਠੀਕ ਹੈ ਜਮ ਹੋਰ ਦੇਖੋ ਕਿਹੜੇ ਕਿਹੜੇ ਹੈਗੇ ਆ ਉਸ ਤੋਂ ਬਾਅਦ ਦੇਖੋ ਹੋਰ ਇਸ ਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਉਹ ਹੈਗੀ ਹੈ ਮੌਲਿਕ ਅਧਿਕਾਰ ਠੀਕ ਹੈ ਇੱਕ ਆਪਸ਼ਨ ਪੁੱਛ ਲੈਂਦੇ ਆ ਜੀ ਦੱਸੋ ਜੀ ਮੌਲਿਕ ਅਧਿਕਾਰ ਜਿਹੜੇ ਹੈਗੇ ਕਿਹੜੇ ਭਾਗ ਦੇ ਵਿੱਚ ਹੈ ਹਨੁਸ਼ੇਦ ਕਿੱਦੇ ਤੋਂ ਲੈ ਕੇ ਕਿੰਨੇ ਤੱਕ ਹੈ ਪਹਿਲੇ ਹੀ ਕੋਸ਼ਨ ਮੈਂ ਇਹ ਬਣਾਇਆ ਇਹਨਾਂ ਦਾ ਜਿਹੜਾ ਵਰਣਨ ਹੈਗਾ ਉਹ ਸੁਵਿਧਾਨ ਦੇ ਭਾਗ ਨੰਬਰ 3 ਤੇ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਹੈ ਠੀਕ ਹੈ ਹੋਰ ਮੌਲਿਕ ਅਧਿਕਾਰਾਂ ਦੇ ਬਾਰੇ ਹੈਗਾ ਵੀ ਜੀ ਮੌਲਿਕ ਅਧਿਕਾਰ ਪਹਿਲਾਂ ਕਿੰਨੇ ਸੀਗੇ ਜੀ ਹੁਣ ਕਿੰਨੇ ਰਹਿ ਗਏ ਨੇ ਠੀਕ ਹੈ ਨਾ ਜੀ ਪਹਿਲਾਂ ਇਹਦੇ ਵਿੱਚ ਜਿਵੇਂ 7 ਮੌਲਿਕ ਅਧਿਕਾਰ ਸਨ ਹੁਣ ਜਿਵੇਂ ਦੇ ਚ 6 ਮਾਲਿਕ ਅਧਿਕਾਰ ਰਹਿ ਗਏ ਨੇ ਜਿਵੇਂ ਠੀਕ ਹੈ ਦੇਖੋ 44ਵੇਂ ਸੋਧ ਅਨੁਸਾਰ 1978 ਦੇ ਵਿੱਚ ਇਹ ਜਿਹੜੀ ਹੋ ਗਈ ਸੀ ਇਸੇ ਸੰਪਤੀ ਦਾ ਇੱਕ ਅਧਿਕਾਰ ਸੀਗਾ ਉਹਨੂੰ ਮਾਲਿਕ ਅਧਿਕਾਰ ਸੀ ਕਹਿੰਦੇ ਸੀਗੇ ਪਹਿਲਾਂ ਉਸ ਨੂੰ ਹੁਣ ਜਿਹੜਾ ਹੈਗਾ ਲੀਗਲ ਐਕਟ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਤੇ ਹੁਣ ਉਹਨੂੰ ਜਿਹੜਾ ਹੈਗਾ 300 A ਦੇ ਉਨਛੇ ਅੰਦਰ ਜਿਹੜਾ ਹੈਗਾ ਦਰਜ ਕੀਤਾ ਗਿਆ ਇਹ ਕੁਐਸਚਨ ਕਈ ਵਾਰੀ ਪੁੱਛ ਲੈਂਦੇ ਹੈਗੇ ਠੀਕ ਹੈ ਮੌਲਿਕ ਅਧਿਕਾਰ ਦੇਖੋ ਮੇਨ ਮੇਨ ਜਿਹੜੇ ਹੈਗੇ ਉਹ ਮੌਲਿਕ ਅਧਿਕਾਰ ਆਪਾਂ ਦੇਖ ਲੈਂਦੇ ਆ ਤੇ ਸਮਾਨਤਾ ਦੇ ਅਧਿਕਾਰ ਦੇਖੋ ਜੀ ਇਹ 14 ਤੋਂ 18 ਤੱਕ ਰਹੇਗਾ ਠੀਕ ਹੈ ਕਿਦਾਂ-ਕਿਦਾਂ ਦੀ ਜਿਹੜੀ ਸਮਾਨਤਾ ਆਪਾਂ ਨੂੰ ਦੇਖੋ ਧਰਮ ਦੇ ਆਧਾਰ ਤੇ ਜਾਤ-ਛੂਤ ਨੂੰ ਇਹ ਉਹ ਇਹ ਸਾਰਾ ਕੁਝ ਇਹਦੇ ਵਿੱਚ ਡਿਟੇਲਿੰਗ ਦਿੱਤੀ ਹੈ ਨਾਲ-ਨਾਲ ਉਹਨਾਂ ਦੇ ਜਿਹੜੇ ਹੈਗੇ ਉਹ ਦੇਖੋ ਉਨਛੇ ਆਪਾਂ ਆ ਦੇਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਇਦਾਂ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਇੱਥੋਂ ਦੇਖ ਸਕਦੇ ਹੋ ਉਸ ਤੋਂ ਬਾਅਦ ਦੇਖੋ ਅਗਲਾ ਹੈ ਸੁਤੰਤਰਤਾ ਦਾ ਅਧਿਕਾਰ ਰਾਈਟ ਟੂ ਫ੍ਰੀडम ਦੇਖੋ ਇਹ 19 ਤੋਂ ਲੈ ਕੇ 22 ਤੱਕ ਹੈ ਸੱਤ ਤਰ੍ਹਾਂ ਦੀ ਜਿਹੜੀ ਸੁਤੰਤਰਤਾ ਦਾ ਲੇਖ ਜਿਹੜਾ ਹੈਗਾ ਇਹਦੇ ਵਿੱਚ ਕੀਤਾ ਗਿਆ ਠੀਕ ਹੈ ਇਹ ਦੇਖੋ ਮੈਂ ਪੂਰੀ ਡਿਟੇਲ ਇਹਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਆ ਦੇਖੋ ਪ੍ਰੈਸ ਦੀ ਸੁਤੰਤਰਤਾ ਇਹ 19 A ਦੇ ਤਹਿਤ ਆਉਂਦਾ ਹਾਂ ਦੇਖੋ ਅੱਗੇ ਜਿਹੜਾ ਆਪਣੇ ਵਾਸਤੇ ਇੰਪੋਰਟੈਂਟ ਹੈ ਉਨਸ਼ੇਦ 21 ਠੀਕ ਹੈ 21 A ਹੈ ਰਾਈਟ ਟੂ এডਿਕੇਸ਼ਨ ਠੀਕ ਹੈ 6 ਤੋਂ 14 ਸਾਲ ਦੇ ਬੱਚਿਆਂ ਲਈ ਇਹ ਮੁਕਤ ਜਿਹੜੀ ਐਜੂਕੇਸ਼ਨ ਹੈ ਇਹ ਪਰਵਾਇਡ ਕੀਤੀ ਗਈ ਹੈ ਤੇ 86ਵੀਂ ਸੋਧ 2002 ਦੁਆਰਾ ਇਸ ਨੂੰ ਮਤਲਬ ਕੀ ਲਾਗੂ ਕੀਤਾ ਗਿਆ ਅੱਗੇ ਕੁਐਸਚਨ ਦੇਖੋ ਆ ਜਾਂਦਾ ਸ਼ੋਸ਼ਣ ਵਿਰੁੱਧ ਅਧਿਕਾਰ ਇਹ 23 ਤੋਂ 24 ਇਹਦਾ ਜਿਹੜਾ ਹੈਗਾ ਉਹ ਅਨੁਛੇਦ ਆ ਜਾਂਦਾ ਠੀਕ ਹੈ ਹੁਣ ਸ਼ਾਇਦ ਆ ਦੇਖੋ ਬੋਲਡ ਕਰਕੇ ਲਿਖਿਆ 24 24 ਹੈ ਜਿਹੜਾ ਅਨੁਛੇਦ ਇਹਦੇ ਵਿੱਚ ਕੀ ਹੈਗਾ 14 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਵੀ ਬੱਚੇ ਨੂੰ ਕਾਰਖਾਨਾ ਠੀਕ ਹੈ ਖਾਣਾ ਜਾਂ ਕਿਸੇ ਵੀ ਜੋਖਮ ਭਰੇ ਕੰਮ ਵਿੱਚ ਨਿਯੁਕਤ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਨਹੀਂ ਲਗਾਇਆ ਜਾ ਸਕਦਾ ਅੱਗੇ ਹੈਗਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦੇਖੋ ਇਹ ਜਿਹੜਾ ਅਨੁਛੇਦ ਹੈ 25 ਤੋਂ 28 ਤੱਕ ਆਂਦਾ ਠੀਕ ਹੈ ਵੀ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਜਿਹੜਾ ਹੈਗਾ ਮੰਨ ਸਕਦਾ ਹੈ ਤੇ ਜਿਹੜਾ ਰਾਜ ਹੈ ਰਾਜ ਦਾ ਦੇਖੋ ਆਪਣਾ ਕੋਈ ਵੀ ਧਰਮ ਨਹੀਂ ਹੋਏਗਾ ਇਸ ਦੇ ਵਿੱਚ ਇਹ ਜਿਹੜੀ ਹੈਗੀ ਡਿਟੇਲ ਦਿੱਤੀ ਹੋਈ ਹੈ ਸੰਸਕ੍ਰਿਤ ਦੇ ਸਿੱਖਿਆ ਸਬੰਧੀ ਅਧਿਕਾਰ ਇਹ ਅਨੁਸ਼ੇਦ 29 ਤੋਂ 30 ਤੱਕ ਦੇਖੋ ਇਹਦੇ ਵਿੱਚ ਦਿੱਤੇ ਹੋਏ ਨੇ ਇਹ ਤੁਸੀਂ ਅਸੀਂ ਡਿਟੇਲ ਦੇ ਸਕਦੇ ਹਾਂ ਅੱਗੇ ਦੇਖੋ 32ਵਾਂ ਜਿਹੜਾ ਅਨੁਸ਼ੇਦ ਹੈ ਉਸ ਵਿੱਚ ਕਿਹੜਾ ਜਿਹੜਾ ਆਂਦਾ ਹੈ ਆਪਾਂ ਨੂੰ ਮਾਲਕੀ ਅਧਿਕਾਰ ਉਹ ਹੈਗਾ ਸੁਵਿਧਾਨ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਬਹੁਤ ਹੀ ਇੰਪੋਰਟੈਂਟ ਹੈ ਇਹ ਹੋਰੇ ਵਿੱਚ ਦੇਖੋ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ ਆ ਦੇਖੋ ਬੋਲਡ ਕੀਤਾ ਮੈਂ ਇਹ ਦੇ ਡਾਕਟਰ ਪੀ ਐਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਦੀ ਆਤਮਾ ਕਿਹਾ ਠੀਕ ਹੈ ਇਹ ਦੇਖੋ ਸੰਵਿਧਾਨ ਦੀ ਆਤਮਾ ਕਿਹਾ ਹੈ ਕਿ ਵੀ ਇਦਾਂ ਕੁਸ਼ਨ ਜਿਵੇਂ ਆਪਾਂ ਪਹਿਲਾ ਕੁਸ਼ਨ ਕਿਹਾ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਗਿਆ ਦੇਖੋ ਉੱਥੇ ਕੁੰਜੀ ਸੀਗੀ ਪ੍ਰਸਤਾਵਨਾ ਇੱਥੇ ਹੁਣ ਆਤਮ ਸਪਿਰਟ ਕਿਸ ਨੂੰ ਕਿਹਾ ਗਿਆ ਦੇਖੋ ਸੰਵਿਧਾਨਿਕ ਉਪਚਾਰਾਂ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਕਿਹਾ ਗਿਆ ਅੱਗੇ ਦੇਖੋ ਰਿਟਸ ਬਾਰੇ ਹੈਗਾ ਦੇਖੋ ਪੰਜ ਤਰ੍ਹਾਂ ਦੀਆਂ ਦੇਖੋ ਜਿਹੜੀਆਂ ਰਿਟਸ ਹੈਗੀਆਂ ਠੀਕ ਹੈ ਉਹਨਾਂ ਰਿਟਸ ਦੀ ਦੇਖੋ ਡਿਟੇਲ ਡਿਟੇਲ ਮੈਂ ਤੁਹਾਨੂੰ ਦਿੱਤੀ ਹੋਈ ਹੈ ਤੁਸੀਂ ਇਹਨਾਂ ਦੀ ਡਿਟੇਲ ਜਿਹੜੀ ਹੈ ਨਾ ਪੰਜ ਰਿਟਸ ਦੀ ਜਿਹੜੀ ਡਿਟੇਲ ਹੈ ਤੁਸੀਂ ਇੱਥੋਂ ਉਹ ਨੋਟ ਕਰ ਸਕਦੇ ਹੋ ਤੁਹਾਨੂੰ ਮੈਂ ਇਹ ਪਤਾ ਹਣਾ ਜਿੱਦਾਂ ਵੀ ਪੰਜ ਰਿਟਸ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਹਨ ਠੀਕ ਹੈ ਉਹਨਾਂ ਦੇ ਨਾਮ ਦੇਖੋ ਇੰਗਲਿਸ਼ ਦੇ ਵਿੱਚ ਮੈਂ ਨਾਲ ਹੀ ਉਹਨਾਂ ਨੂੰ ਲਿਖਿਆ ਹੈ ਤਾਂ ਕਿ ਤੁਹਾਨੂੰ ਉਹਨਾਂ ਨੂੰ ਰਿਕਵਰੀ ਤੁਸੀਂ ਤੁਹਾਨੂੰ ਨਾ ਪਤਾ ਲੱਗੇ ਤਾਂ ਜਿਹੜਾ ਉਹਦੇ ਵਿੱਚ ਇੰਗਲਿਸ਼ ਵਰਜ਼ਨ ਤੁਹਾਨੂੰ ਪੇਪਰ ਦੇ ਵਿੱਚ ਆਏਗਾ ਤੁਸੀਂ ਉਹਦੇ ਵਿੱਚੋਂ ਤੁਸੀਂ ਇੰਗਲਿਸ਼ ਵਰਜ਼ਨ ਉਹਰਾ ਜਿਹੜਾ ਹੈਗਾ ਉਹ ਦੇਖ ਕੇ ਉੱਥੋਂ ਤੁਸੀਂ ਕਰ ਸਕਦੇ ਹੋ ਦੇਖੋ ਜਿੱਦਾਂ ਮੈਂ ਇਸ ਤਰ੍ਹਾਂ ਕਰਕੇ ਸਟਾਪ ਕੀਤਾ ਹੈ ਤੁਸੀਂ ਵੀ ਇਹਨੂੰ ਸਟਾਪ ਕਰਕੇ ਤੁਸੀਂ ਨੋਟ ਕਰ ਸਕਦੇ ਹੋ ਈਵਨ ਕੀ ਆ ਦੇਖੋ ਮੈਂ ਤੁਹਾਨੂੰ ਇਹਦਾ ਸਕਰੀਨ ਸ਼ਾਟ ਲੈ ਕੇ ਥਾਣਾ ਤੁਸੀਂ ਇਹਨਾਂ ਚੀਜ਼ਾਂ ਦੀ ਇਹਨੂੰ ਇਦਾਂ ਸਟਾਪ ਕਰਕੇ ਤੁਸੀਂ ਮਤਲਬ ਕਿ ਉਸ ਦਾ ਸਕਰੀਨ ਸ਼ਾਟ ਆ ਦੇਖੋ ਇਦਾਂ ਲੈ ਸਕਦੇ ਹੋ ਆ ਦੇਖੋ ਸਕਰੀਨ ਸ਼ਾਟ ਲੈ ਆ ਗਿਆ ਆ ਦੇਖੋ ਆ ਗਿਆ ਸਕਰੀਨ ਸ਼ਾਟ ਠੀਕ ਹੈ ਇੱਦਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਉਸ ਤੋਂ ਬਾਅਦ ਉਸ ਨੂੰ ਡਿਟੇਲ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਕਾਪੀ ਪੇਂਡ ਦੇ ਨਾਲ ਲਿਖ ਸਕਦੇ ਹੋ ਅੱਗੇ ਹੈ ਦੇਖੋ ਜਿਹੜਾ ਮੌਲਿਕ ਅਧਿਕਾਰਾਂ ਦੇ ਵਿੱਚ ਦੇਖੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੌਲਿਕ ਅਧਿਕਾਰਾਂ ਦੇ ਵਿੱਚ ਸੋਧ ਕੀਤੀ ਗਈ ਦੇਖੋ ਕਿਹੜੀ-ਕਿਹੜੀ ਜਿਹੜੀ ਸੋਧ ਆ ਦੇਖੋ ਗੋਲਕਨਾਥ ਤੇ ਗੋਲਕਨਾਥ ਬਨਾਮ ਪੰਜਾਬ ਰਾਜ ਠੀਕ ਹੈ 1900 ਸਟਾਰਟ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਹੈ ਠੀਕ ਹੈ ਇਹ ਕੀ ਸੋਧ ਸੀ ਇਹਦੀ ਕੀ ਡਿਟੇਲਿੰਗ ਹੈ ਇਹ ਵੀ ਤੁਸੀਂ ਇੱਦਾਂ ਹੀ ਇਸ ਨੂੰ ਇਦਾਂ ਰੋਕ ਕੇ ਇਸ ਦੀ ਡਿਟੇਲਿੰਗ ਇੱਥੋਂ ਤੁਸੀਂ ਪੜ ਸਕਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਦੇਖੋ ਹੈ ਰਾਜ ਦੇ ਨੀਤੀਗਤ ਨਿਰਦੇਸ਼ਕ ਸਿਧਾਂਤ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕੀ ਹਨ ਜੀ ਇਹਦਾ ਮਤਲਬ ਹੁੰਦਾ ਵੀ ਇਹ ਕਿੰਨੇ ਭਾਗ ਨੰਬਰ ਦੇਖੋ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਆਉਂਦੇ ਹਨ ਤੇ ਉਨਿਸ਼ੇਧ 36 ਤੋਂ 55 ਦੇ ਵਿੱਚ ਇਹ ਆਉਂਦੇ ਹਨ ਠੀਕ ਹੈ ਇਹ ਬੜੀ ਇੰਪੋਰਟੈਂਟ ਹੈ ਕਿਈ ਵਾਰ ਇਹ ਕੁਐਸਚਨ ਜਿਹੜੇ ਹੈਗੇ ਪੁੱਛ ਲੈਂਦੇ ਹੈਂ ਦੇਖੋ ਇਹਦੇ ਵਿੱਚ 55 55 ਨੰਬਰ ਕੁਐਸਚਨ ਹੈ ਅਨੁਸ਼ੇਦ 352 ਇਹ ਹਿੰਦੀ ਨੂੰ ਪ੍ਰਸੰਨ ਦੇਣ ਲਈ ਹੈ ਮਤਲਬ ਕੀ ਅਨੁਸ਼ੇਦ ਹੈਗਾ ਅੱਛਾ ਦੇਖੋ ਨੀਤੀ ਨਿਰਦੇਸ਼ਕ ਸਿਧਾਂਤ ਤੇ ਮੌਲਿਕ ਅਧਿਕਾਰਾਂ ਦੇ ਵਿੱਚ ਕੀ ਕੀ ਫਰਕ ਹੈਗਾ ਇਹ ਦੇਖੋ ਇਹ ਫਰਕ ਜਿਹੜੇ ਹੈਗੇ ਆ ਮੈਂ ਇਦਾਂ ਦੇਖੋ ਇਹਨਾਂ ਨੂੰ ਡਿਟੇਲ ਦੇ ਵਿੱਚ ਇਹਨਾਂ ਦੀ ਦੱਸਣ ਦੀ ਦੇਖੋ ਮੈਂ ਕੋਸ਼ਿਸ਼ ਕੀਤੀ ਹੈ ਦੇਖੋ ਸੱਤ ਫਰਕ ਮੈਰੇ ਵਿੱਚ ਮੋٹے ਮੋٹے ਜੋ ਹੈਗੇ ਆ ਉਹ ਮੈਂ ਇਹ ਵਿੱਚ ਵਰਣਨ ਕੀਤੇ ਹੈ ਜਿਵੇਂ ਕਿ ਪਹਿਲਾ ਦੇਖੋ ਇਹ ਆਇਰਲੈਂਡ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਇਹ ਦੇਖੋ ਇਹਦੇ ਵਿੱਚ ਜਿਹੜਾ ਮੌਲਿਕ ਅਧਿਕਾਰ ਚ ਕੀ ਫਰਕ ਹੈ ਇਹਦੇ ਵਿੱਚ ਇਹ ਦੇਖੋ ਸੰਯੁਕਤ ਰਾਸ਼ ਅਮਰੀਕਾ ਤੋਂ ਲਿਆ ਗਿਆ ਠੀਕ ਹੈ ਜੀ ਇਹ ਵਿੱਚ ਮੈਂ ਦੇਖੋ ਇਦਾਂ ਦਾ ਫਰਕ ਆ ਗਿਆ ਠੀਕ ਹੈ ਦੇਖੋ ਦੂਜਾ ਤੀਜਾ ਚੌਥਾ ਇਹ ਇਸ ਤਰ੍ਹਾਂ ਕਰਦੇ ਕਰਦੇ ਜਿਹੜੇ ਸੱਤ ਫਰਕ ਮੈਰਿਜ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਗੇ ਦੇਖੋ ਮੌਲਿਕ ਮਾਲਕੀ ਦੇ ਕਰਤਵ ਦੇਖੋ ਇਹ ਜਿਹੜੇ ਹੈਗੇ ਆ 42ਵੀਂ ਸੋਧ 1976 ਦੇ ਦੁਆਰਾ ਮੌਲਿਕ ਕਰਤਵਾਂ ਨੂੰ ਸੰਵਿਧਾਨ ਵਿੱਚ ਜੋੜਿਆ ਗਿਆ ਇਸ ਨੇ ਜੋੜਿਆ ਇਹ ਮਤਲਬ ਕਿ ਸਰਦਾਰ ਸਵਰਨ ਸਿੰਘ ਸਮਤੀ ਦੀ ਜਿਹੜੇ ਆਡੀਅਨ ਦੀ ਜਿਹੜੀ ਰਿਕਮੈਂਡੇਸ਼ਨ ਸੀ ਉਹਨਾਂ ਦੁਆਰਾ ਠੀਕ ਹੈ ਜੀ ਇਹ ਵਾਰੀ ਇਹਨਾਂ ਦੇ ਛੋਟਾ ਜਿਹਾ ਕੁਸ਼ਣ ਹੀ ਪੁੱਛ ਲੈਂਦੇ ਆ ਉੱਥੇ ਆਪਾਂ ਉਲਝੀ ਜਾਂਦੇ ਆ ਉਹ ਦੇਖੋ ਮੈਂ 4 ਨੰਬਰ ਕੁਐਸਚਨ ਦੇ ਵਿੱਚ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁੱਛ ਲੈਂਦੇ ਆ ਮੌਲਿਕ ਕਰਤਵਾਂ ਦੀ ਸੰਖਿਆ ਦੱਸੋ ਕਿੰਨੀ ਹੈ ਜਿਵੇਂ ਮੌਲਿਕ ਅਧਿਕਾਰਾਂ ਦੀ ਸੰਖਿਆ ਤੁਹਾਨੂੰ ਦੱਸਿਆ ਵੀ ਹੁਣ ਮੌਜੂਦਾ 6 ਹੈ ਪਹਿਲਾਂ 7 ਸੀ ਇਸੇ ਤਰ੍ਹਾਂ ਮੌਲਿਕ ਕਰਤਵਾਂ ਦੀ ਜਿਹੜੀ ਸੰਖਿਆ ਹੈਗੀ ਹੈ ਉਹ 11 ਹੈਗੀ ਠੀਕ ਹੈ ਤੇ 11 ਤੁਸੀਂ ਉਹ ਅਨਸਰ ਜੋ ਹੈ ਉਹ ਦੇਣਾ ਹੁਣ ਦੇਖੋ ਕਾਰਜ ਪਾਲਿਕਾਵਾਂ ਜਲਦੀਆਂ ਨੇ ਕਿਵੇਂ ਕੰਮਕਾਰਜ ਚਲਦੇ ਨੇ ਉਸ ਬਾਰੇ ਦੇਖੋ ਇਹ ਹੈਗਾ ਸੰਗੀ ਕਾਰਜ ਪਾਲਿਕਾ ਠੀਕ ਹੈ ਉਹ ਵਿੱਚ ਕੌਣ ਕੌਣ ਆ ਜਾਂਦੇ ਆ ਦੇਖੋ ਰਾਸ਼ਟਰਪਤੀ ਦਾ ਮੁਖਰ ਕੋਲ ਆ ਜਾਂਦਾ ਠੀਕ ਹੈ ਅ ਸੁਵਿਧਾਨਿਕ ਮੁਖੀ ਜਿਹੜਾ ਉਹ ਮਤਲਬ ਕੀ ਮੰਨਿਆ ਜਾਂਦਾ ਤੇ ਪਹਿਲਾ ਨਾਗਰਿਕ ਦੇਖੋ ਮੰਨਿਆ ਜਾਂਦਾ ਕਿਸ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਠੀਕ ਹੈ ਤੇ ਕਿੰਨੇ ਅਨੁਸ਼ਾ ਇਹ ਕਿੰਨੇ ਅਨੁਸ਼ੇਦ ਹੈਰੇ ਵਿੱਚ ਤੇ ਮਤਲਬ ਕੀ ਕਿੰਨੇ ਅਨੁਸ਼ੇਦ ਰਾਹੀਂ ਉਹਨੂੰ ਮਤਲਬ ਕੀ ਚੁਣਿਆ ਜਾਂਦਾ ਹੈ ਜਾਂ ਕਿੰਨੀ ਉਹਨਾਂ ਦੀ ਉਮਰ ਹੋਣੀ ਚਾਹੀਦੀ ਹੈ ਜਿਵੇਂ 35 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ ਇਹ ਦੇਖੋ ਇਹਦੇ ਵਿੱਚ ਮੈਂ ਇਹਨੂੰ 12 13 14 15 ਠੀਕ ਹੈ ਤੇ 15 ਇਹ ਲਾਈਨਾਂ ਦੇ ਵਿੱਚ ਮਤਲਬ ਕਿ ਇਹਨੂੰ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਸਾਲ ਲਈ ਦੇਖੋ 5 ਸਾਲ ਲਈ ਉਹ रह ਸਕਦੇ ਨੇ ਦੇਖੋ ਰਾਸ਼ਟਰਪਤੀ ਕੁਐਸਚਨ ਪੁੱਛਦੇ ਕਿ ਕਿਸ ਨੂੰ ਆਪਣਾ ਅਸਤੀਫਾ ਦਿੰਦਾ ਹੈ ਉੱਪਰ ਰਾਸ਼ਟਰਪਤੀ ਨੂੰ ਦਿੰਦਾ ਹੈ ਠੀਕ ਹੈ ਤੇ ਰਾਸ਼ਟਰਪਤੀ ਦੀ ਪੋਸਟ ਜੇ ਵਾਈਸਪ੍ਰੈਜ਼ਿਡੈਂਟ ਖਾਲੀ ਹੋਵੇ ਤਾਂ ਕਿੰਨੇ ਚਿਰ ਲਈ ਜਿਵੇਂ 6 ਮਹੀਨੇ ਦੇ ਅੰਦਰ ਅੰਦਰ ਭਰਨੀ ਜ਼ਰੂਰੀ ਹੈ ਠੀਕ ਹੈ ਜੀ ਇਹ ਦੇਖੋ ਬੜਾ ਇੰਪੋਰਟੈਂਟ ਕੁਐਸਚਨ ਹੈ ਹੁਣ ਅੱਗੇ ਆਪਾਂ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜੇ-ਕਿਹੜੇ ਮੁੱਖ ਵਿਅਕਤੀ ਹਨ ਉਹਨਾਂ ਨੂੰ ਕੌਣ ਸੋਚ ਕੰਦਾ ਹੈ ਤੇ ਉਹ ਆਪਣਾ ਅਸਤੀਫਾ ਜੋ ਹੈ ਕਿਸ ਨੂੰ ਦਿੰਦੇ ਹਨ ਇਹਦੇ ਵਿੱਚ ਲਾਸਟ ਵਾਲਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਕਰਵਾ ਦਿੰਦਾ ਹਾਂ ਉੱਪਰ ਲਿਖੀ ਹੈ ਮੈਂ ਪਦਵੀ ਕਿਹੜੀ ਪਦਵੀ ਹੈ ਸੌ ਕੌਣ ਚੁਕਾਉਂਦਾ ਹੈ ਸੌ ਲਿਖਿਆ ਸ਼ਬਦ ਫਿਰ ਲਿਖਿਆ ਅਸਤੀਫਾ ਉਹ ਆਪਣਾ ਅਸਤੀਫਾ ਕਿਸ ਨੂੰ ਦਿੰਦਾ ਹੈ ਸ਼ੁਰੂ ਕਰਦੇ ਆਂ ਦੇਖੋ ਰਾਸ਼ਟਰਪਤੀ ਸੌ ਕੌਣ ਚੁਕਾਉਂਦਾ ਇਹਨੂੰ ਸਰਵਉੱਚ ਅਦਾਲਤ ਦਾ ਮੁੱਖ ਜੱਜ ਤੇ ਅਸਤੀਫਾ ਉਹ ਕਿਹਨੂੰ ਦਿੰਦਾ ਹੈ ਉੱਪਰ ਰਾਸ਼ਟਰਪਤੀ ਨੂੰ ਦਿੰਦਾ ਜੀ ਹੁਣ ਅੱਗੇ ਗੱਲ ਆ ਗਈ ਉੱਪਰ ਰਾਸ਼ਟਰਪਤੀ ਦੀ ਪਦਵੀ ਆ ਗਈ ਉੱਪਰ ਰਾਸ਼ਟਰਪਤੀ ਇਹਨੂੰ ਸੌ ਕੌਣ ਚੁਕਾਉਂਦਾ ਰਾਸ਼ਟਰਪਤੀ ਤੇ ਅਸਤੀਫਾ ਇਹ ਨੂੰ ਦਿੰਦਾ ਹੈ ਰਾਸ਼ਟਰਪਤੀ ਇਸ ਤਰ੍ਹਾਂ ਆ ਗਿਆ ਰਾਜਪਾਲ ਜਾਂ ਗਵਰਨਰ ਜਿਹੜੇ ਨੂੰ ਸ਼ਬਦ ਅਪਾ ਬੋਲਦੇ ਆ ਇਹਨੂੰ ਸੌਂਗੋਂ ਚ ਕਹਿੰਦਾ ਇਹਨੂੰ ਹਾਈ ਕੋਰਟ ਦਾ ਮੁੱਖ ਜੱਜ ਤੇ ਇਹ ਅਸਤੀਫਾ ਇਹ ਨੂੰ ਦਿੰਦਾ ਹੈ ਰਾਸ਼ਟਰਪਤੀ ਦਿੰਦਾ ਹੁਣ ਅੱਗੇ ਇੱਕ ਹੋਰ ਮੁੱਖ ਪਦਵੀ ਹੈ ਚੀਫ ਜਸਟਿਸ ਆਫ ਇੰਡੀਆ ਇਹਨੂੰ ਸੌਂਗੋਂ ਕਿਹਨੂੰ ਕਹਿੰਦਾ ਇਹਨੂੰ ਸੌਂਗੋਂ ਚ ਕਹਿੰਦਾ ਰਾਸ਼ਟਰਪਤੀ ਤੇ ਇਹ ਅਸਤੀਫਾ ਵੀ ਰਾਸ਼ਟਰਪਤੀ ਨੂੰ ਹੀ ਦਿੰਦਾ ਹੈ ਅੱਗੇ ਹੈਗਾ ਪ੍ਰਧਾਨ ਮੰਤਰੀ ਦੀ ਗੱਲ ਆ ਗਈ ਹੁਣ ਪ੍ਰਧਾਨ ਮੰਤਰੀ ਨੂੰ ਦੇਖੋ ਸੌਣ ਕੌਣ ਚੰਦਾ ਜੀ ਰਾਸ਼ਟਰਪਤੀ ਉਹਨੂੰ ਸੌਂਚ ਕੰਦਾ ਹੈ ਤੇ ਅਸਤੀਫਾ ਇਹ ਜਿਹੜਾ ਹੈਗਾ ਉਹ ਰਾਸ਼ਟਰਪਤੀ ਨੂੰ ਹੀ ਦਿੰਦਾ ਹੈ ਅੱਗੇ ਹੈਗਾ ਲੋਕ ਸਭਾ ਦਾ ਸਪੀਕਰ ਦੇਖੋ ਇਹ ਮੈਂ ਤੁਹਾਨੂੰ ਕਹਿੰਸੀ ਨਾ ਲਾਸਟ ਬੜਾ ਇੰਪੋਰਟੈਂਟ ਹੈ ਲਾਸਟ ਬੜਾ ਇੰਪੋਰਟੈਂਟ ਹੈ ਲੋਕ ਸਭਾ ਦਾ ਸਪੀਕਰ ਨੂੰ ਕੋਈ ਵੀ ਵਿਅਕਤੀ ਦੇਖੋ ਸੌਣੀ ਚਕਾਉਂਦਾ ਪਰ ਕੁਐਸਚਨ ਪੁੱਛ ਲੈਂਦੇ ਆ ਜੀ ਤੇ ਇਸ ਨੂੰ ਇਹ ਬੰਦਾ ਅਸਤੀਫਾ ਕਿਨੂੰ ਦਿੰਦਾ ਹੈ ਜੀ ਤਾਂ ਉੱਥੇ ਕੋਈ ਕਹਿੰਦੇ ਜੀ ਰਾਸ਼ਟਰਪਤੀ ਦਿੰਦਾ ਜੀ ਕਈ ਕਹਿੰਦੇ ਜੀ ਪ੍ਰਧਾਨ ਮੰਤਰੀ ਦਿੰਦਾ ਜੀ ਕਈ ਕਹਿੰਦੇ ਨੇ ਕੁਝ ਕੋਈ ਕੁਝ ਪਰ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਉਪ ਸਪੀਕਰ ਨੂੰ ਉਪ ਸਪੀਕਰ ਮੈਂ ਨਾ ਡਿਪਟੀ ਸਪੀਕਰ ਨੂੰ ਉਹ ਜਿਹੜਾ ਹੈਗਾ ਆਪਣੀ ਜਿਹੜੀ ਹੈਗਾ ਉਹ ਉਹ ਜਿਹੜਾ ਹੈਗਾ ਅਸਤੀਫਾ ਉਹ ਦੇ ਦਿੰਦਾ ਹੈਗਾ ਉਸ ਤੋਂ ਬਾਅਦ ਹੈ ਅਗਲਾ ਕੁਐਸਚਨ ਵਿਧਾਨਕ ਸ਼ਕਤੀਆਂ ਵਿਧਾਨਕ ਸ਼ਕਤੀਆਂ ਯਾਨੀ ਕਿ ਵਿਧਾਇਕ ਸ਼ਕਤੀਆਂ ਇਹਦੇ ਵਿੱਚ ਕਿਹੜੇ ਕਿਹੜੇ ਦੇਖੋ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਦੇਖੋ ਸੰਸਦ ਦੇ ਸੈਸ਼ਨ ਨੂੰ ਲੋਕ ਸਭਾ ਨੂੰ ਭੰਗ ਕਰਨ ਦਾ ਸੰਬੰਧੀ ਅਧਿਕਾਰ ਕੀ ਕੀ ਨੇਗੇ ਠੀਕ ਹੈ ਦੇਖੋ ਧੰਨ ਬਿੱਲ ਕਿੰਨੇ ਨੰਬਰ ਤੇ ਆਉਂਦਾ ਦੇਖੋ ਧੰਨ ਬਿੱਲ ਜਿਹੜਾ ਹੈਗਾ ਅਨੁਛੇਦ 110 ਦੇ ਵਿੱਚ ਆਉਂਦਾ ਹੈ ਠੀਕ ਹੈ ਕਿਦਾਂ ਦੇਖੋ ਤੁਹਾਨੂੰ ਬਿੱਲ ਬਾਰੇ ਹੈਗਾ ਇਹ ਜਿਹੜੀਆਂ ਇਹਦੇ ਵਿੱਚ ਮੇਨ ਮੇਨ ਜਿਹੜੀਆਂ ਹੈਗੀਆਂ ਗੱਲਾਂ ਇਹ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ ਇਦਾਂ ਇੱਥੇ ਤੁਸੀਂ ਇਹਨੂੰ ਸਟੌਪ ਕਰ ਸਕਦੇ ਹੋ ਤੇ ਇੱਥੋਂ ਤੁਸੀਂ ਇਹ ਗੱਲਾਂ ਜਿਹੜੀਆਂ ਹੈਗੀਆਂ ਉਹ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਹੈਗਾ ਲੋਕ ਸਭਾ ਦੇਖੋ ਰਾਜ ਸਭਾ ਇਹਨਾਂ ਬਾਰੇ ਕੀ ਡਿਟੇਲ ਹੈਗੀ ਹੈ ਦੇਖੋ ਲੋਕ ਸਭਾ ਅ ਐਂਗਲੋ ਇੰਡੀਅਨ ਦੇ ਦੋ ਮੈਂਬਰਾਂ ਨੂੰ ਮਤਲਬ ਕਿ ਰਾਸ਼ਟਰਪਤੀ ਜਿਹੜਾ ਹੈਗਾ ਉਹ ਅ ਵਿਅਕਤੀਆਂ ਨੂੰ ਜਿਹੜਾ ਹੈਗਾ ਚੁਣ ਸਕਦਾ ਹੈ ਦੇਖੋ ਲੋਕ ਸਭਾ ਵਿੱਚ ਦੋ ਚੁਣੇ ਜਾਂਦੇ ਨੇ ਰਾਜ ਸਭਾ ਦੇ ਵਿੱਚ 12 ਜਿਹੜੇ ਹੈਗੇ ਉਹ ਚੁਣੇ ਜਾਂਦੇ ਕਿਸ ਅਧਾਰ ਤੇ ਚੁਣੇ ਜਾਂਦੇ ਰਾਜ ਸਭਾ ਦੀ ਕਲਾ ਉਹਨਾਂ ਚ ਹੋਣੀ ਚਾਹੀਦੀ ਹੈ ਸਾਹਿਤ ਦੇ ਖੇਤਰ ਦੇ ਵਿੱਚ ਹੋ ਸਕਦੇ ਆ ਵਿਗਿਆਨਿਕ ਸਮਾਜਿਕ ਕੰਮਾਂ ਦੇ ਵਿੱਚ ਅੱਗੇ ਹੋ ਸਕਦੇ ਆ ਠੀਕ ਹੈ ਇਹ ਦੇਖੋ ਇਹਦੇ ਵਿੱਚ ਤੁਸੀਂ ਇੱਥੋਂ ਇਹ ਸਾਰੀ ਡਿਟੇਲ ਜਿਹੜੀ ਹੈਗੀ ਆ ਉਹ ਲੈ ਸਕਦੇ ਹੋ ਤੇ ਇਹਦੇ ਵਿੱਚੋਂ ਤੁਸੀਂ ਉਹ ਚੀਜ਼ਾਂ ਜਿੰਨੀਆਂ ਤੁਹਾਨੂੰ ਲੋੜ ਅਨੁਸਾਰ ਜੋ ਤੁਸੀਂ ਨੋਟ ਕਰਨਾ ਚਾਹੋ ਇਹਦੇ ਵਿੱਚ ਮੈਂ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਥੋਂ ਤੁਸੀਂ ਉਹ ਡਿਟੇਲ ਦੇ ਵਿੱਚ ਨੋਟ ਕਰ ਸਕਦੇ ਹੋ ਅਗੇ ਦੇਖੋ ਹੈਗਾ ਉਪ ਰਾਸ਼ਟਰਪਤੀ ਦੇਖੋ ਜਿਵੇਂ ਰਾਸ਼ਟਰਪਤੀ ਦੀ ਪਦਵੀ ਬੜੀ ਇੰਪੋਰਟੈਂਟ ਹੈ ਤੇ ਉਪ ਰਾਸ਼ਟਰਪਤੀ ਦੀ ਵੀ ਪਦਵੀ ਇੰਪੋਰਟੈਂਟ ਹੈ ਕਿਉਂਕਿ ਕਈ ਵਾਰੀ ਜਦੋਂ ਰਾਸ਼ਟਰਪਤੀ ਨਹੀਂ ਹੁੰਦਾ ਤੇ ਉਪ ਰਾਸ਼ਟਰਪਤੀ ਰਾਸ਼ਟਰਪਤੀ ਦਾ ਜਿਹੜਾ ਹੈਗਾ ਉਹ ਕੰਮ ਚਲਾਉਂਦਾ ਹੈ ਅਨੁਛੇਦ ਕਿੰਨੇ ਵਿੱਚ ਆਉਂਦੀ ਹੈ 63 ਦੇ ਵਿੱਚ ਆਉਂਦੀ ਹੈ ਕਿੰਨਾ ਇਹਦਾ ਕਾਰਜਕਾਲ ਹੈ 5 ਸਾਲ ਲਈ ਹੈ ਠੀਕ ਹੈ ਤੇ ਇਹ ਜਿਹੜੀ ਵਿਵਸਥਾ ਕਿੱਥੋਂ ਲੈ ਲੀਤੀ ਗਈ ਹੈ ਠੀਕ ਹੈ ਅਮਰੀਕਾ ਦੇ ਸੰਵਿਧਾਨ ਤੋਂ ਗ੍ਰੈਂਡ ਕੀਤੀ ਗਈ ਹੈ ਨਾ ਤੇ ਦੇਖੋ ਸੰਵਿਧਾਨ ਵਿੱਚ ਉਪਰਾਸ਼ਟਰੀ ਰਾਜ ਸਭਾ ਦਾ ਪਦੈਨ ਹੁੰਦਾ ਹੈ ਪਦੈਨ ਮਤਲਬ ਕੀ ਐਕਸ-ऑफिशियल ਚੇਅਰਮੈਨ ਹੁੰਦਾ ਹੈ ਠੀਕ ਹੈ ਇਹ ਤੁਸੀਂ ਬਾਕੀ ਜੜੀ ਵਾਲੀ ਡਿਟੇਲਿੰਗ ਇੱਥੋਂ ਦੇਖ ਸਕਦੇ ਹੋ ਕਿੰਨੀ ਉਮਰ ਹੈ ਦੇਖੋ 35 ਸਾਲ ਦੀ ਹੋਣੀ ਚਾਹੀਦੀ ਹੈ ਘਟੋ ਘਟ ਠੀਕ ਹੈ ਇੱਥੋਂ ਤੁਸੀਂ ਇਹ ਨੋਟ ਕਰ ਲੈਣੀ ਹੈ ਅੱਗੇ ਆਪਾਂ ਹੁਣ ਚੱਲਦੇ ਹਾਂ ਅ ਅੱਗੇ ਆਪਾਂ ਇੱਥੇ ਆ ਗਏ ਇਹ ਹੈ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਹੁਣ ਪ੍ਰਧਾਨ ਮੰਤਰੀ ਦੇ ਕੋਨਿਸ਼ੇ 74 ਦੇ ਅਨੁਸਾਰ ਜਿਹੜਾ ਹੈਗਾ ਰਾਸ਼ਟਰਪਤੀ ਦੁਆਰਾ ਉਸ ਨੂੰ ਮਤਲਬ ਕਿ ਨਿਯੁਕਤ ਕੀਤਾ ਜਾਂਦਾ ਜਿਸ ਮਤਲਬ ਕਿ ਜਿਸ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਮਿਲਿਆ ਹੁੰਦਾ ਤੇ ਆਹ ਦੇਖੋ ਬਾਕੀ ਜਿਹੜੀ ਇਹ ਜੀ ਡਿਟੇਲ ਜਿਹੜੀ ਹੈਗੀ ਆ ਤੁਸੀਂ ਉਹ ਇੱਥੋਂ ਤੁਸੀਂ ਉਹ ਦੇਖ ਸਕਦੇ ਹੋ ਠੀਕ ਹੈ ਫਿਰ ਵੱਖ-ਵੱਖ ਜਿਵੇਂ ਰਾਸ਼ਟਰਪਤੀਆਂ ਦਾ ਉੱਪਰ ਮੈਂ ਥੋੜਾ ਥੋੜਾ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਮੈਂ ਤੁਹਾਨੂੰ ਇਹਦੇ ਵਿੱਚ ਅ ਪ੍ਰਧਾਨ ਮੰਤਰੀਆਂ ਦੇ ਵੀ ਕੁਝ ਜਿਹੜੇ ਪ੍ਰਧਾਨ ਮੰਤਰੀ ਕੁਝ ਮੇਨ ਮੇਨ ਸੀਗੇ ਉਹਨਾਂ ਨੂੰ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਪ੍ਰਧਾਨ ਮੰਤਰੀ ਸਭ ਤੋਂ ਪਹਿਲਾ ਸੀ ਕਿਸ ਨੇ ਸਭ ਤੋਂ ਵੱਧ ਲੰਬਾ ਸਮਾਂ ਮਤਲਬ ਕੀ ਗੁਜ਼ਾਰਿਆ ਤੇ ਜਿਵੇਂ ਆ ਦੇਖੋ 9ਵਾਂ ਨੰਬਰ ਕੁਐਸਚਨ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀਆਂ ਵਿੱਚੋਂ ਸਭ ਤੋਂ ਵੱਡਾ ਕਾਰਜਕਾਲ ਪਹਿਲੇ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਜੀ ਦਾ ਰਿਹਾ ਠੀਕ ਹੈ ਉਹ ਕੁੱਲ 16 ਸਾਲ 9 ਮਹੀਨੇ 13 ਦਿਨ ਤੱਕ ਆਪਣੇ ਅਹੁਦੇ ਤੇ ਰਹੇ ਹਨ ਦੇਖੋ ਬੜੀ ਇੰਪੋਰਟੈਂਟ ਗੱਲ ਹੈ ਦੇਖੋ ਉਸ ਤੋਂ ਬਾਅਦ ਮਹਿਲਾ ਪ੍ਰਧਾਨ ਮੰਤਰੀ ਪੁੱਛ ਲੈਂਦੇ ਕਈ ਵਾਰੀ ਕੌਣ ਸੀ ਜੀ ਤੇ ਦੇਖੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਸੀਗੇ ਜਿਹੜੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਸਨ ਹੋਰ ਵੀ ਅਜਿਹੇ ਕੁਐਸਚਨ ਪੁੱਛੇ ਗਏ ਨੇ ਆ ਦੇਖੋ ਮੈਂ ਇੱਥੇ ਡਿਟੇਲਿੰਗ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਇਹਨੂੰ ਡਿਟੇਲ ਦੇ ਵਿੱਚ ਮੈਂ ਲਿਖਿਆ ਜਿਵੇਂ ਦੇਖੋ 11ਵਾਂ ਨੰਬਰ ਕੁਐਸਚਨ ਚਰਨ ਸਿੰਘ ਜੀ ਇੱਕ ਅਜਿਹੇ ਪ੍ਰਧਾਨ ਮੰਤਰੀ ਸਨ ਜੋ ਕਦੇ ਵੀ ਲੋਕ ਸਭਾ ਵਿੱਚ ਮੌਜੂਦ ਨਹੀਂ ਹੋਏ ਦੇਖੋ ਕਦੇ ਵੀ ਲੋਕ ਸਭਾ ਵਿੱਚ ਨਹੀਂ ਗਏ ਦੇਖੋ ਕੁਐਸਚਨ ਕਈ ਵਾਰੀ ਪੁੱਛ ਲਿੱਤਾ ਜਾਂਦਾ ਹੈ ਕਈ ਵਾਰੀ ਕੁਐਸਚਨ ਪੁੱਛ ਲਿੱਤਾ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਵਾਲਨ ਲਹਿਰੂ ਜੀ ਸਭ ਤੋਂ ਲੰਬਾ ਸਮਾਂ ਰਹੇ ਨੇ ਆ ਦੇਖੋ ਕੁਐਸਚਨ ਨੰਬਰ 13 ਦੇ ਵਿੱਚ ਮੈਂ ਵਰਣਨ ਕੀਤਾ ਹੈ ਕਿ ਸਭ ਤੋਂ ਘੱਟ ਸਮਾਂ ਕਿਹੜਾ ਪ੍ਰਧਾਨ ਮੰਤਰੀ ਰਿਹਾ ਹੈ ਦੇ ਹੈ ਗਿਆ ਜੀ ਪ੍ਰਧਾਨ ਮੰਤਰੀ ਦਾ ਨਾਮ ਹੈ ਅਟਲ ਬਿਹਾਰੀ ਵਾਜਪਾਈ ਸਿਰਫ ਦੇਖੋ ਇਹ 13 ਦਿਨਾਂ ਦੇ ਲਈ ਰਹੇ ਸਨ ਠੀਕ ਹੈ ਫਿਰ ਅੱਗੇ ਦੇਖੋ ਇਹਦੇ ਵਿੱਚ ਮੰਤਰੀ ਪ੍ਰੀਸ਼ਦ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਵੀ ਮੰਤਰੀਆਂ ਪ੍ਰੀਸ਼ਦਾਂ ਬਾਰੇ ਵੀ ਹੈਗਾ ਮੰਤਰੀਆਂ ਮੰਤਰੀਆਂ ਬਾਰੇ ਵੀ ਮੰਤਰੀ ਬਾਰੇ ਵੀ ਮੰਤਰੀਆਂ ਬਾਰੇ ਵੀ ਦਿੱਤਾ ਹੋਇਆ ਤਾਂ ਦੇਖੋ ਕੈਬਨਿਟ ਮੰਤਰੀ ਵਿੱਚ ਸਭ ਤੋਂ ਵੱਡਾ ਕਾਰਜਕਾਲ ਦੇਖੋ ਜਗ ਜੀਵਨ ਰਾਮ ਜੀ ਦਾ ਰਹੇ ਜੋ ਕਿ ਲਗਭਗ 32 ਸਾਲ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਹੇ ਹਾਂ ਦੇਖੋ ਠੀਕ ਹੈ ਇਹਦੀ ਪੂਰੀ ਡਿਟੇਲਿੰਗ ਦੇਖੋ ਇਹ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਇਹ ਇਸ ਗੱਲ ਨੂੰ ਮੰਨਦਾ ਕਿ ਇਹ ਜਿੰਨੇ ਮੈਂ ਦੇਖੋ ਇਹਦੇ ਵਿੱਚ ਕੁਐਸਚਨ 24 ਕੁਐਸਚਨ ਕਵਰ ਕੀਤੇ ਹੈ ਤੇ 24 ਕੁਐਸਚਨਾਂ ਦੇ ਬਾਅਦ ਤੁਹਾਨੂੰ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਕਟੋਗੜ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਇਹਨਾਂ 24 ਕੁਐਸਚਨਾਂ ਤੋਂ ਬਾਅਦ ਉਹੀ ਕੁਐਸਚਨ ਨਹੀਂ ਆ ਸਕਦਾ ਕਿਉਂਕਿ ਇਸ ਸਾਰੇ ਹੀ ਕੁਐਸਚਨ ਮੈਂ ਵੱਖਰੇ ਵੱਖਰੇ ਇਗਜ਼ਾਮਾਂ ਤੋਂ ਲੈ ਕੇ ਉਹਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਚਰਨ ਸਿੰਘ ਜੀ 1979 ਤੋਂ 1980 ਲੋਕ ਸਭਾ ਦਾ ਸਾਹਮਣਾ ਨਾ ਕਰਨ ਵਾਲੇ ਭਾਵ ਕਦੇ ਵੀ ਲੋਕ ਸਭਾ ਵਿੱਚ ਨਾਮਾ ਦਾਖਲ ਹੋਈ ਉਹੀ ਜਿਵੇਂ ਪਹਿਲਾਂ ਤੁਹਾਨੂੰ ਇਹ ਕੁਐਸਚਨ ਦੱਸਿਆ ਸੀ ਇਹਨੂੰ ਫਿਰ ਵੀ ਡਿਟੇਲ ਦੇ ਵਿੱਚ ਇਹ ਇਸ ਚ ਡੇਟ ਮਤਲਬ ਕਿ ਸਾਲ ਲਿਖਤੀ ਮੈਂ ਕਿਹੜੇ ਸਾਲ ਹੈਗੇ ਦੇਖੋ 18ਵਾਂ ਕੁਐਸਚਨ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅ ਅ విశ్వాਸ ਪ੍ਰਸਤਾਵ ਦੁਆਰਾ ਹਟਾਏ ਗਏ ਪ੍ਰਧਾਨ ਮੰਤਰੀ ਠੀਕ ਹੈ ਅ ਉਹਨਾਂ ਦਾ ਨਾਮ ਦੇਖੋ ਵਰਣਨ ਕੀਤਾ ਵਿਸ਼ਵਨਾਥ ਪ੍ਰਤਾਪ ਸਿੰਘ ਸੀ ਅੱਛਾ ਪਦ ਗ੍ਰਹਿਣ ਕਰਨ ਦੇ ਸਮੇਂ ਕਿਸੇ ਵੀ ਸਦਨ ਦੇ ਜਿਹੜੇ ਮੈਂਬਰ ਨਹੀਂ ਸਨ ਵੀਪੀ ਅ ਵੀ ਪੀ ਵੀ ਨਰਸੀਮਹਾ ਰਾਓ ਕੌਣ ਸੀ ਪੀਵੀ ਨਰਸੀ ਮਹਾਰਾਓ ਜੀ ਠੀਕ ਹੈ ਅਦਿਕੋ ਕੁਐਸਚਨ ਪੁੱਛ ਲਿਆ ਗਿਆ ਹੈ ਇਹ ਵੀ ਕੁਐਸਚਨ ਦੇਖੋ ਤੁਹਾਨੂੰ ਆਮ ਕਿਤੇ ਨਹੀਂ ਮਿਲਦਾ ਇਹ ਕੁਐਸਚਨ ਦੇਖੋ ਮੈਂ ਇਸ ਕੁਐਸਚਨ ਕਵਰ ਕਰਨ ਦੀ ਕੁਐਸਚਨ ਕੀਤੀ ਹੈ ਦੇਖੋ ਮੋਰਾ ਜੀ ਦੇਸਾਈ ਸਭ ਤੋਂ ਅਧਿਕ ਉਮਰ ਦੇ ਜਿਹੜੇ ਸਭ ਤੋਂ ਬਜ਼ੁਰਗ ਜਿਹੜੇ ਕਿਹੜੇ ਪ੍ਰਧਾਨ ਮੰਤਰੀ ਸਨ ਉਹ ਸੀ ਮੋਰਾ ਜੀ ਦੇਸਾਈ ਸਭ ਤੋਂ ਘੱਟ ਉਮਰ ਦੇ ਆ ਦੇਖੋ ਨਾਲ ਹੀ ਕੁਐਸਚਨ ਕਵਰ ਕਰਤਾ ਠੀਕ ਹੈ ਅ ਰਜੀਵ ગાંધી ਜੀ ਦੇਖੋ ਸਭ ਤੋਂ ਘੱਟ ਉਮਰ ਦੇ ਸੀ ਠੀਕ ਹੈ ਇਸੇ ਤਰ੍ਹਾਂ ਦੇਖੋ ਉਸ ਤੋਂ ਉੱਪਰ ਵਾਲੇ ਕੁਐਸਚਨ ਚ ਲਾਲ ਬਾਦਲ ਸ਼ਾਸਤਰੀ ਦੀ ਮੌਤ 11 ਨਵੰਬਰ 1962 ਵਿੱਚ ਭਾਰਤ ਤੋਂ ਬਾਹਰ ਤਾਸ਼ਕੰਦ ਵਿਖੇ ਹੋਈ ਇਹ ਕੁਐਸਚਨ ਪੁੱਛ ਲੈਂਦਾ ਕਿਸ ਕਿਸ ਰਾਸ਼ਟਰਪ੍ਰਧਾਨ ਮੰਤਰੀ ਦੀ ਜਿਹੜੀ ਮੌਤ ਹੈਗੀ ਜੀ ਉਹ ਬਾਹਰ ਹੋਈ ਇੱਥੇ ਨਹੀਂ ਹੋਈ ਤਾਂ ਆ ਦੇਖੋ ਇਹ ਨਾਲ ਹੀ ਡੇਟ ਵੀ ਲਿਖਤੀ ਨਾਲੇ ਮਤਲਬ ਕੀ ਇਹ ਵੀ ਲਿਖਤਾ ਵੀ ਕਿਹੜੇ ਸੀਗੇ ਉਹ ਕੁਐਸਚਨ ਕਈ ਵਾਰੀ ਪੁੱਛ ਲੈਂਦੇ ਵੀ ਐਂ ਦੱਸੋ ਆ ਦੇਖੋ 21 ਨੰਬਰ ਕੁਐਸਚਨ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਦਾਂ ਦੱਸੋ ਵੀ ਕਿਹੜਾ ਪ੍ਰਧਾਨ ਮੰਤਰੀ ਇਦਾਂ ਦਾ ਸੀ ਜਿਹੜਾ ਆਪਣੇ ਕਾਰਜਕਾਲ ਦੌਰਾਨ ਹੀ ਮਰ ਗਿਆ ਕਿਸ ਦੀ ਮੌਤ ਜਿਹੜੀ ਕਾਰਜਕਾਲ ਦੌਰਾਨ ਹੋਈ ਤਾਂ ਮੈਂ ਦੇਖੋ ਕਿਹੜੇ-ਕਿਹੜੇ ਨੇ ਜਵਾਲਨ ਲਹਿਰੂ ਜੀ ਠੀਕ ਹੈ ਲਾਲ ਬਹਾਦਰ ਸ਼ਾਸਤਰੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਠੀਕ ਹੈ ਇਹਨਾਂ ਦੇ ਦੇਖੋ ਜਿਹੜੀ ਕਾਰਜਕਾਲ ਦੌਰਾਨੀ ਜਿਹੜੀ ਹੈਗੀ ਉਹ ਮੌਤ ਉਹ ਹੋ ਗਈ ਸੀ ਇਹ ਕੁਸ਼ਣ ਦੇਖੋ ਇਦਾਂ ਕੁਸ਼ਣ ਪੁੱਛ ਦਿੰਦੇ ਆ ਦੇਖੋ ਅੱਗੇ ਕੁਸ਼ਣ ਆ ਗਏ ਸੰਗੀ ਸੰਸਦ ਇਹਦੇ ਚ ਹੈ ਭਾਰਤੀ ਸੰਸਦ ਰਾਸ਼ਟਰਪਤੀ ਰਾਜ ਸਭਾ ਤੇ ਲੋਕ ਸਭਾ ਤੋਂ ਮਿਲ ਕੇ ਬੰਦੀ ਹੈ ਦੇਖੋ ਅਜੇ ਹੁਣ ਇਹ ਲੋਕ ਸਭਾ ਵੀ ਚ ਸ਼ਾਮਲ ਕਰਨੀ ਹੈ ਰਾਜ ਸਭਾ ਵੀ ਕਰਨੀ ਹੈ ਤੇ ਤੁਸੀਂ ਰਾਸ਼ਟਰਪਤੀ ਨੂੰ ਵੀ ਇਹ ਚ ਸ਼ਾਮਲ ਕਰਨਾ ਹੈ ਉਹ ਰਾਜ ਸਭਾ ਦੇ ਮੈਂਬਰਾਂ ਦੀ ਕਿੰਨੀ ਹੈ ਸੰਖਿਆ 2200 ਹੈ ਵਰਤਮਾਨ ਸਮੇਂ 245 ਹੈ ਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਹਨ ਬਾਕੀ 233 ਮੈਂਬਰ ਸੰਗ ਦੀ ਇਕਾਈਆਂ ਦੇ ਪ੍ਰਤੀਨਿਧ ਕਰਦੇ ਹਨ ਇਹ ਰਾਜ ਸਭਾ ਦਾ ਜਿਹੜਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਦੀ ਚਾਹੀਦੀ ਹੈ। ਠੀਕ ਹੈ ਆ ਦੇਖੋ ਇਹ ਤੇ ਸਾਰੀ ਡਿਟੇਲਿੰਗ ਜਿਹੜੀ ਉਹ ਆਪਾਂ ਨੇ ਦਿੱਤੀ ਹੋਈ ਹੈ। ਅੱਗੇ ਆ ਦੇਖੋ ਨੰਬਰ ਕੁਐਸਚਨ ਤੁਨ ਮਿਲਦੇ ਸਬੰਧ ਵਿੱਚ ਰਾਜ ਸਭਾ ਨੂੰ ਕੇਵਲ ਸਿਫਾਰਿਸ਼ ਕਰਨ ਦਾ ਅਧਿਕਾਰ ਹੈ। ਇਸ ਨੂੰ ਮੰਨਣਾ ਮੰਨਣਾ ਲੋਕ ਸਭਾ ਲਈ ਜ਼ਰੂਰੀ ਨਹੀਂ। ਠੀਕ ਹੈ ਤੇ ਉਸ ਤੋਂ ਬਾਅਦ ਇਸ ਦੇ ਲਈ 14 ਦਿਨ ਦਾ ਸਮਾਂ ਮਿਲਦਾ ਹੈ ਜੇਕਰ ਇਸ ਸਮੇਂ ਤੋਂ ਵਿਲੋ ਹੋਣ ਨਹੀਂ ਹੈ ਤਾਂ ਉਹ ਵਾਪਸ ਭੇਜ ਦਿੰਦੀ ਹੈ ਤਾਂ ਫਿਰ ਮਤਲਬ ਕਿ ਦੇਖੋ ਬਿੱਲ ਆਪਣੇ ਆਪ ਜਿਹੜਾ ਹੈ ਪਾਸ ਜਿਹੜਾ ਹੈਗਾ ਮੰਨਿਆ ਜਾਂਦਾ ਹੈਗਾ ਤੇ ਇਹ ਦੇਖੋ ਇਹ ਪੂਰੀ ਡਿਟੇਲਿੰਗ ਤੁਸੀਂ ਇੱਥੋਂ ਦੇਖ ਸਕਦੇ ਹੋ ਲੋਕ ਸਭਾ ਹੁਣ ਸ਼ੁਰੂ ਕਰਦੇ ਆਪਾਂ ਦੇਖੋ ਇਸੇ ਤਰ੍ਹਾਂ ਜਿਵੇਂ ਉਹ ਸੀਗਾ ਰਾਜ ਸਭਾ ਇਹ ਲੋਕ ਸਭਾ ਮੂਲ ਸਵਿਧਾਨ ਵਿੱਚ ਮੂਲ ਸਵਿਧਾਨ ਦੀ ਗੱਲ ਕਰਦੇ ਆਂ ਮੂਲ ਸਵਿਧਾਨ ਵਿੱਚ ਲੋਕ ਸਭਾ ਦੀ ਮੈਂਬਰਾਂ ਦੀ ਗਿਣਤੀ ਜਿਹੜੀ 500 ਨਿਸ਼ਚਿਤ ਕੀਤੀ ਗਈ ਸੀ ਪਰ ਹੁਣ ਹੁਣ ਇਸ ਦੇ ਮੈਂਬਰਾਂ ਦੀ ਗਿਣਤੀ ਜਿਹੜੀ ਕਿੰਨੀ ਹੈ 552 ਹੈ ਠੀਕ ਹੈ 552 ਹੋ ਗਈ ਹੈ ਇਸ ਦੀ ਜਿਹੜੀ ਹੁਣ ਗਿਣਤੀ ਹੈ ਕੁਐਸਚਨ ਇਹ ਵੀ ਪੁੱਛ ਲੈਂਦੇ ਆ ਵਰਤਮਾਨ ਸਮੇਂ ਦੇ ਵਿੱਚ ਦੱਸੋ ਤੇ ਵਰਤਮਾਨ ਸਮੇਂ ਦੇ ਵਿੱਚ ਇਸ ਦੀ ਗਿਣਤੀ ਕਿੰਨੀ ਹੈ 545 ਹੈ ਬੱਖਰੇ ਬੱਖਰੇ ਕੁਐਸਚਨ ਨੇ ਕਨਫਿਊਜ਼ ਨਹੀਂ ਕਰਨਾ ਮੂਲ ਸਭਿਧਾਨ ਚ 500 ਸੀ ਨਿਸ਼ਚਿਤ ਕੀਤੀ ਗਈ ਪਰ ਬਾਅਦ ਵਿੱਚ ਉਹ ਵਧਾ ਕੇ 552 ਹੈ ਮੈਕਸਿਮਮ ਜਿਹੜੇ ਲੋਕ ਸਭਾ ਦੇ ਮੈਂਬਰ 552 ਹੋ ਸਕਦੇ ਹਨ बार-बार ਰਿਪੀਟ ਕਰ ਰਹੇ ਹਾਂ 552 ਹੋ ਸਕਦੇ ਹਨ ਤੇ ਮੌਜੂਦਾ ਇਹ ਕਿੰਨੇ ਹਨ 552 ਪੂਰੇ ਨਹੀਂ ਹਨ ਪਰ ਹੁਣ ਮੌਜੂਦਾ ਕਿੰਨੇ ਹਨ 545 ਮੌਜੂਦਾ ਹਨ ਮਤਲਬ ਕਿ ਹੁਣ ਇੰਨੇ ਹੈ ਇਹਨਾਂ ਦੀ ਗਿਣਤੀ 545 ਇਹ ਤੁਹਾਨੂੰ ਕਨਫਿਊਜ਼ ਕਰਕੇ ਕਿਸੇ ਵੀ ਤਰ੍ਹਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਸ ਕਰਕੇ ਮੈਂ ਕੁਐਸਚਨ ਨੂੰ ਪੂਰੀ ਡਿਟੇਲ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਵੀ ਤਾਂ ਕਿ ਤੁਸੀਂ ਕੁਐਸਚਨ ਦੇ ਵਿੱਚ ਕਨਫਿਊਜ਼ ਨਾ ਹੋਵੋ ਕਿਉਂਕਿ ਮੈਂ ਆਪਣੇ ਲਾਈਫ ਦੇ ਵਿੱਚ ਇਹਨਾਂ ਕੁਐਸਚਨਾਂ ਦੇ ਵਿੱਚ ਹੀ ਕਨਫਿਊਜ਼ ਹੁੰਦਾ ਰਿਹਾ ਜਿਸ ਕਰਕੇ ਮੈਨੂੰ ਟੈਸਟ ਪਾਸ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਈ ਤੇ ਮੈਂ ਬਾਰ ਬਾਰ ਪੜਦਾ ਸੀ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਪਰ ਫਿਰ ਮੈਂ ਇਹਨਾਂ ਨੂੰ ਮਤਲਬ ਕਿ ਬਾਕੀ ਬੰਦੇ ਕਨਫਿਊਜ਼ ਨਾ ਹੋਣ ਮੈਂ ਇਹਨਾਂ ਨੂੰ ਡਿਟੇਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਕੁਐਸਚਨ ਬਣਾਏ ਨੇ ਪੂਰੀ ਡਿਟੇਲਿੰਗ ਤਿਆਰ ਕੀਤੀ ਹੈ ਵੀ ਤਾਂ ਕਿ ਇਹ ਕੁਐਸਚਨ ਕੱਲੇ ਕੱਲੇ ਹਰ ਵਿਅਕਤੀ ਦੇ ਕਲੀਅਰ ਹੋ ਸਕਣ ਤੇ ਦੇਖੋ ਮੈਂ ਪੂਰਾ ਬ੍ਰਾਂਡਿੰਗ ਆ ਦੇਖੋ ਇਕਬਾਲ ਮੈਂ ਉਸ ਦਾ ਬਾਅਦ ਆਪਣਾ ਮੋਬਾਈਲ ਨੰਬਰ ਵੀ ਵਿੱਚ ਵਰਨਨ ਕੀਤਾ ਹੈ ਤੇ ਤਾਂ ਕਿ ਇਹਨਾਂ ਨੂੰ ਮੈਂ ਹਰ ਵਿਅਕਤੀ ਤੱਕ ਪਹੁੰਚਾ ਸਕਾਂ ਜਿਨ੍ਹਾਂ ਦਾ ਟੈਸਟ ਬਾਰ-ਬਾਰ ਟੈਸਟ ਦੇਣ ਤੇ ਕਰ ਨਹੀਂ ਕਲੀਅਰ ਹੁੰਦਾ ਠੀਕ ਹੈ ਤੁਸੀਂ ਇੱਥੋਂ ਸਾਰੇ ਜਿਹੜੇ ਹੈਗੇ ਆ ਇਹ ਇਹ ਜਿਹੜੀ ਡਿਟੇਲ ਹੈਗੀ ਹੈ ਲੋਕ ਸਭਾ ਦੀ ਉਹ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਲੋਕ ਸਭਾ ਤੋਂ ਮੈਂ ਕਟੋ ਘਟ 21 ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਦੇਖੋ 21 ਕੁਐਸਚਨ ਇਹਦੇ ਵਿੱਚ ਮੈਂ ਬਣਾਏ ਨੇ 21 ਕੁਐਸਚਨਾਂ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਲੋਕ ਸਭਾ ਦੇ ਵਿੱਚ ਕੋਈ ਹੋਰ ਕੁਐਸਚਨ ਪੁੱਛਿਆ ਜਾ ਸਕਦਾ ਐਦੋ ਸੀ ਇੱਥੋਂ ਨੋਟ ਕਰ ਸਕਦੇ ਹੋ ठीक है इदा जिमें मैं इस रोक हुआ है तुम भी रोक के डिटेल डिटेलिंग जी है और देख सकते हो अगे देखते देख हैं अपना अगे है ਸੰਵਿਧਾਨ ਵਿੱਚ ਕੀਤੇ ਗਏ ਪ੍ਰਮੁੱਖ ਸੰਸ਼ੋਧਨ ਇਹ ਵੀ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਤੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਬਾਰ-ਬਾਰ ਕਹਿ ਚੁੱਕਿਆ ਹਾਂ ਕਿ 101 ਜਿਹੜੀਆਂ ਸੋਧਾਂ ਉਹ ਹੋ ਚੁੱਕੀਆਂ ਨੇ ਪਰ ਆਪਾਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਮੇਨ ਸੰਸ਼ੋਧਨ ਉਹ ਹੀ ਡਿਸਕਸ ਕਰਾਂਗੇ ਜਿਹੜੀਆਂ ਕਿ ਵਕ ਵਕ ਜ਼ੈਮ ਦੇ ਵਿੱਚ ਪੁੱਛੀਆਂ ਜਾਂਦੀਆਂ ਸਾਰੀਆਂ 101 ਦੀਆਂ ਇੱਕ ਸੋਧਾਂ ਕਿਸੇ ਵੀ ਵਿਅਕਤੀ ਦੇ ਨਹੀਂ ਯਾਦ ਹੁੰਦੀਆਂ ਨਈ ਨਿਆ ਸੋਧਾਂ ਯਾਦ ਕਰਨ ਦੀ ਲੋੜ ਹੈ ਕਿਉਂਕਿ ਬਾਕੀ ਕੁਝ ਸੋਧਾਂ ਜੜੀਆਂ ਹੈਗੀਆਂ ਛੋਟੀਆਂ ਮੋਟੀਆਂ ਜੋ ਆਪਣੇ ਜੋ ਆਪਾਂ ਸਟੱਡੀ ਕਰਦੇ ਹਾਂ ਇਹਨਾਂ ਦੇ ਨਾਲ ਲਿੰਕ ਨਹੀਂ ਰੱਖਦੀਆਂ ਤੇ ਸ਼ੁਰੂ ਆਪਾਂ ਕਿੱਥੋਂ ਕਰਦੇ ਹਾਂ ਪਹਿਲੀ ਸੋਧ ਤੋਂ ਕਰਦੇ ਹਾਂ ਦੇਖੋ ਲਾਗੂ ਹੋਇਆ ਸੰਵਿਧਾਨ 1900 50 ਦੇ ਵਿੱਚ 52 ਦੇ ਵਿੱਚ ਪਹਿਲੀ ਸੋਧ ਹੋ ਗਈ ਦੇਖੋ ਠੀਕ ਹੈ ਪਹਿਲੀ ਸੋਧ ਦੇਖੋ ਪਹਿਲੀ ਸੋਧ ਇੰਪੋਰਟੈਂਟ ਹੈ ਉਸ ਤੋਂ ਬਾਅਦ 21ਵੀਂ ਸੋਧ ਇੰਪੋਰਟੈਂਟ ਹੈ 22ਵੀਂ ਇੰਪੋਰਟੈਂਟ ਹੈ ਇਹ ਦੇਖੋ ਨਾਲ ਦੇ ਨਾਲ ਤੁਸੀਂ ਇੱਥੋਂ ਇਹ ਜੀ ਡਿਟੇਲਿੰਗ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਇੰਪੋਰਟੈਂਟ ਸੋਧ ਹੈ ਜਿਹੜੀ ਆਪਣੇ ਵਾਸਤੇ ਸੋਧ ਇੰਪੋਰਟੈਂਟ ਆਉਂਦੀ ਹੈ ਉਹ ਮੈਂ ਸਪੈਸ਼ਲੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਬੋਲਡ ਕੀਤੀ ਹੋਈ ਹੈ ਬੋਲਡ ਕੀਤੀ ਹੋਈ ਹੈ ਦੇਖੋ 42ਵੀਂ ਸੋਧ ਸਭ ਤੋਂ ਵੱਧ ਇੰਪੋਰਟੈਂਟ ਹੈ 1976 ਦੇ ਵਿੱਚ ਹੋਈ बार-बार ਦੇਖੋ ਇਹਦਾ ਜ਼ਿਕਰ ਆਏਗਾ ਠੀਕ ਹੈ ਇਹਦੇ ਵਿੱਚ ਕੀ ਹੈ ਪਹਿਲੀ ਗੱਲ ਤੇਰੇ ਵਿੱਚ ਇਹ ਹੈ ਸਮਾਜਵਾਦੀ ਧਰਮ ਨਿਰਪੱਖਤਾ ਅਤੇ ਏਕਤਾ ਤੇ ਖੰਡਤਾ ਸ਼ਬਦ ਜਿਹੜੇ ਹੈਗੇ ਆ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਜੋੜੇ ਗਏ ਸਭ ਤੋਂ ਇੰਪੋਰਟੈਂਟ ਹੈ ਲੈ ਪਹਿਲਾਂ ਵੀ ਡਿਸਕਸ ਹੋਈ ਸੰਵਿਧਾਨ ਦੇ 10 ਮੌਲਿਕ ਕਰਤਵਾਂ ਨੂੰ ਅਨੁਸ਼ੇਦ 52 A ਠੀਕ ਹੈ ਭਾਗ 4 A ਵਿੱਚ ਜੋੜਿਆ ਗਿਆ ਹੈ ਇਹ ਵੀ ਇਹਦੇ ਚ ਇੰਪੋਰਟੈਂਟ 44ਵੇਂ ਸੋਡ 1978 ਦੇ ਵਿੱਚ ਹੋਈ ਹੈ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦੇ ਭਾਗ ਤੋਂ ਹਟਾਇਆ ਗਿਆ ਤੇ ਫਿਰ ਤੁਹਾਨੂੰ ਇਹਨੂੰ ਦੱਸਿਆ ਸੀ ਇਹਦੇ ਵਿੱਚ ਮੈਂ ਦੇਖੋ ਇੰਨੀ ਡਿਟੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਈ ਵਾਰੀ ਕੁਐਸਚਨ ਇੰਨਾ ਘੁਮਾਇਆ ਜਾਂਦਾ ਕਿ ਬੱਚਾ ਫੇਰ ਵੀ ਉਲਝ ਜਾਂਦਾ ਹੈ ਦੇਖੋ ਕਿਵੇਂ ਘੁਮਾਇਆ ਜਾਂਦਾ ਹੈ ਇਹ ਦੱਸੋ ਜੀ ਸੋਧ ਕਿਹੜੀ ਪਾਰਟੀ ਸੀ ਜੀ ਉਦੋਂ ਜਿਸ ਨੇ ਇਹ ਸੋਧ ਮਤਲਬ ਕਿ ਕੀਤੀ ਸੀ ਮਤਲਬ ਕਿ ਪਾਰਟੀ ਕਿਹੜੀ ਸੀ ਉਸ ਟਾਈਮ ਉਹ ਸੀ ਭਾਰਤੀ ਜਨਤਾ ਪਾਰਟੀ ਉਸ ਦੇ ਸਮੇਂ ਦੇ ਵਿੱਚ ਇਹ ਜਿਹੜੀ ਹੈਗੀ ਸੋਧ ਹੋਈ ਹੈ ਠੀਕ ਹੈ ਹੁਣ ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਠੀਕ ਹੈ ਉਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਵਿਧਾਨ ਵਿਧਾਨ ਸਭਾ ਦੀ ਜਿਹੜੀ ਅਵਧੀ ਹੈ ਸਮਾਂ 6 ਸਾਲ ਤੋਂ ਮਤਲਬ ਕਿ ਜਿਹੜਾ ਇਹਦਾ ਜਿਹੜਾ ਅਵਧੀ ਦਾ ਸਮਾਂ ਉਹ ਵੀ ਘਟਾ ਕੇ 5 ਸਾਲ ਕੀਤਾ ਗਿਆ ਸੀ ਠੀਕ ਹੈ ਅੱਗੇ ਦੇਖੋ ਕਾਂਠਵੀ ਸੋਧ ਠੀਕ ਹੈ ਇਹ ਥੋੜੀ ਤਾਂ ਇੰਪੋਰਟੈਂਟ ਬਣ ਜਾਂਦੀ ਹੈ ਤਾਂ ਮੈਂ ਬੋਲਡ ਕਰਤੀ ਹੈ ਕਿਉਂਕਿ ਇਸ ਦੇ ਵਿੱਚ મતਦਾਨ મતਦਾਨ ਜੋ ਆਪਾਂ ਕਰਦੇ ਵੋਟਾਂ ਪਾਉਂਦੇ ਆ ਇਹ ਹੁਣ ਵੋਟਾਂ ਦਾ ਹੀ ਤੁਹਾਨੂੰ ਪਤਾ ਹੈ ਹੁਣ ਅੱਗੇ ਵੋਟਾਂ ਆਂਦੀਆਂ ਜਾਂਦੀਆਂ ਤੇ ਇਹਦੇ ਵਿੱਚ ਜਿਹੜੀ ਉਮਰ ਪਹਿਲਾਂ 21 ਸਾਲ ਸੀ ਵੋਟ ਦੇਣ ਦੀ ਉਹ ਹੁਣ ਇਸ ਸੋਧ ਰਾਹੀਂ 18 ਸਾਲ ਦੀ 74ਵੀਂ ਸੋਧ ਵੀ ਬੜੀ ਇੰਪੋਰਟੈਂਟ ਹੈ 1993 ਵਿੱਚ ਹੋਈ ਸੀਗੀ ਅ ਦੌਰਾਨ ਕੀ ਹੈ ਸੰਵਿਧਾਨ ਵਿੱਚ 12ਵੀਂ ਅਨੁਸੂਚੀ ਸ਼ਾਮਲ ਕੀਤੀ ਗਈ ਠੀਕ ਹੈ 74ਵੀਂ ਵੀ ਇੰਪੋਰਟੈਂਟ ਹੈ ਤੇ 77ਵੀਂ ਵੀ ਇੰਪੋਰਟੈਂਟ ਹੈ ਇੱਚ 11ਵੀਂ ਅਨੁਸੂਚੀ ਜੋੜੀ ਗਈ ਜੋ ਕਿ ਪੰਚਾਇਤਾਂ ਦੇ ਨਾਲ ਸੰਬੰਧਿਤ ਸੀ ਕੀ ਉਹਨਾਂ ਦੇ ਅਧਿਕਾਰ ਨੇ ਕੀ ਉਹਦੇ ਬਾਰੇ ਜਿਹੜੀ ਪੂਰੀ ਡਿਟੇਲ ਹੈਗੀ ਆ ਉਹਦੇ ਵਿੱਚ ਦਿੱਤੀ ਗਈ 86ਵੀਂ ਸੋਧ 86ਵੀਂ ਸੋਧ ਆਪਣੇ ਵਾਸਤੇ ਇੰਪੋਰਟੈਂਟ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਪਹਿਲਾਂ ਵੀ ਜ਼ਿਕਰ ਹੋਇਆ 86ਵੀਂ ਸੋਧ 6 ਤੋਂ 14 ਸਾਲ ਦੇ ਬੱਚਿਆਂ ਲਈ ਵੀ ਉਹਨਾਂ ਨੂੰ ਜਿਹੜੀ ਫ੍ਰੀ ਐਜੂਕੇਸ਼ਨ ਹੈ ਤੇ ਅਨੁਸ਼ੇਰ ਕਿੰਨਾ ਹੈ 21 ਹੈ ਠੀਕ ਹੈ 92ਵੀਂ ਸੋਧ ਠੀਕ ਹੈ ਇਹਦੇ ਵਿੱਚ ਜੜੀਆਂ ਹੈਗੀਆਂ ਕੁਝ ਭਾਸ਼ਾਵਾਂ ਨੂੰ ਜਿਹੜਾ ਹੈਗਾ ਉਹ ਸੰਵਿਧਾਨ ਦੇ ਵਿੱਚ ਮਤਲਬ ਕਿ ਮਾਨਤਾ ਦਿੱਤੀ ਗਈ ਹੈ ਠੀਕ ਹੈ ਅਨੁਸੂਚੀ ਕਿੰਨੀ ਹੈ 8ਵੀਂ ਅਨੁਸੂਚੀ ਹੈ ਠੀਕ ਹੈ ਕਿਹੜੀ-ਕਿਹੜੀਆਂ ਦੇਖੋ ਬੋਡੋ ਡੋਗਰੀ ਮੈਂਥਲੀ ਤੇ ਸੰਥਾਲੀ ਠੀਕ ਹੈ ਤੁਸੀ ਦੇਖ ਸਕਦੇ ਹੋ ਅਨਸ਼ੇਦ ਇਹ ਹੁਣ ਸੋਧਾਂ ਸੀਗੀਆਂ ਇਹ ਆਰਟੀਕਲ ਨੇ ਦੇਖੋ ਕਿਹੜੇ-ਕਿਹੜੇ ਆ ਆਰਟੀਕਲ ਦੇਖੋ ਇੰਪੋਰਟੈਂਟ ਨੇ ਤੁਮ ਦੱਸਿਓ ਇਹਨਾਂ ਆਰਟੀਕਲ ਤੇ ਉਹ ਆਰਟੀਕਲਸ ਬਾਰੇ ਹੈਗਾ ਜਿਵੇਂ ਸ਼ੁਰੂ ਸ਼ੁਰੂ ਤੋਂ ਤੁਹਾਨੂੰ ਦੱਸਿਆ ਸੀ 395 ਆਰਟੀਕਲ ਸੀਗੇ ਤੇ 250 ਜੜੇ ਗਿਆ 1935 ਦੇ ਜਿਹੜਾ ਐਕਟ ਬਣਿਆ ਸੀਗਾ ਉਹਦੇ ਤੋਂ ਹੀ ਲੈ ਲੈ ਗਏ ਸੀ ਠੀਕ ਹੈ ਪਹਿਲਾਂ ਦੇਖੋ ਇਹ ਇਹ ਕਹੋਸ਼ਣਾ ਕਰਦਾ ਹੈ ਕਿ ਭਾਰਤ ਰਾਜ ਰਾਜਾਂ ਦਾ ਸੰਗ ਹੈ ਸਭ ਤੋਂ ਇੰਪੋਰਟੈਂਟ ਹੈ 86 ਮਾਨੁਛੇਦ ਇੰਪੋਰਟੈਂਟ ਹੈ ਉਹਨ ਛੇਦ 360 ਬੜਾ ਇੰਪੋਰਟੈਂਟ ਹੈ ਦੇਖੋ ਕੀ ਹੈ ਇਹਦੇ ਵਿੱਚ ਜੇਕਰ ਰਾਸ਼ਟਰਪਤੀ ਸਮਝਾਇਕ ਭਾਰਤ ਵਿੱਚ ਕਿਸੇ ਆਗੂ ਵਿਅਕਤੀ ਸਥਿਤੀ ਦੇ ਮਤਲਬ ਕਿ ਸੰਕਟ ਹੈ ਤੇ ਸੰਕਟ ਕਾਲੀਨ ਸਮਾਹੋ ਕੋਸ਼ਿਸ਼ ਕਰ ਸਕਦਾ ਹੈ ਵੀ ਰਾਸ਼ਟਰਪਤੀ ਸਾਰੀ ਪਾਵਰ ਜਿਹੜੀ ਹੈਗੀ ਆਪਣੇ ਉਹ ਲੈ ਸਕਦਾ ਹੈ ਉਨਛੇਦ 355 ਜੇਕਰ ਭਾਰਤ ਦਾ ਸੁਰੱਖਿਆ ਦੇ ਆਧਾਰ ਤੇ ਉਹਨੂੰ ਲੱਗੇ ਵੀ ਕੋਈ ਯੁੱਧ ਦੀ ਸਿਚੁਏਸ਼ਨ ਬਣ ਰਹੀ ਹੈ ਤਾਂ ਤਾਂ ਵੀ ਉਹ ਆਪਣੇ ਕੋਲ ਪਾਵਰ ਜੜੀਆਂ ਲੈ ਸਕਦਾ ਠੀਕ ਹੈ ਫਿਰ ਉਨਛੇਦ 300 ਜੇਕਰ ਹੁਣ ਉਸ ਨੂੰ ਪਤਾ ਲੱਗੇ ਵੀ ਮਤਲਬ ਕੀ ਜਿਹੜਾ ਹੈਗਾ ਰਾਜਪਾਲ ਜਿਹੜਾ ਹੈਗਾ ਆਪਣੇ ਰਾਜ ਦੇ ਵਿੱਚ ਕੰਮਕਾਰ ਨਹੀਂ ਠੀਕ ਤੰਗ ਦਿਨਾ ਚਲਾ ਸਕਦੇ ਆ ਉੱਥੇ ਅਰਥਵਿਵਸਥਾ ਜਾਂ ਮਤਲਬ ਕਿ ਉੱਥੇ ਜੋ ਅਰਥਵਿਵਸਥਾ ਤਾਂ ਨਹੀਂ ਕਹਿ ਸਕਦੇ ਉੱਥੇ ਦੀ ਮਤਲਬ ਕਿ ਜੋ ਹੈਗੀ ਸਥਿਤੀ ਡਾਮਾ ਡੋਲ ਹੈ ਤਾਂ ਤਾਂ ਵੀ ਜਿਹੜਾ ਹੈਗਾ ਉਹ ਮਤਲਬ ਕਿ ਇਸ ਨੂੰ ਜਿਹੜਾ ਹੈਗਾ ਆਪਣੇ ਕੋਲ ਲੈ ਸਕਦਾ ਇਸ ਅਧਿਕਾਰ ਨੂੰ ਮਤਲਬ ਕਿ ਆਪਣੇ ਕੋਲ ਜਿਹੜੀ ਪਾਵਰ ਹੈਗੀ ਆ ਲੈ ਸਕਦਾ ਉੱਥੇ ਰਾਸ਼ਟਰਪਤੀ ਰਾਜ ਜਿਹੜਾ ਹੈਗਾ ਉਹ ਲੱਗ ਜਾਏਗਾ ਅ ਕੁਐਸਚਨ ਪੁੱਛਿਆ ਜਾਂਦਾ ਹੈ ਅਕਸਰ ਹੀ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲਾਂ ਪੰਜਾਬ ਰਾਜ ਵਿੱਚ ਅਨੁਛੇਦ 356 ਦੇ ਤਹਿਤ ਮਤਲਬ ਕਿ ਇਸ ਨੂੰ ਜਿਹੜਾ ਹੈਗਾ ਲਾਗੂ ਕੀਤਾ ਗਿਆ ਸੀਗਾ ਠੀਕ ਹੈ ਅਤੇ ਸਭ ਤੋਂ ਜ਼ਿਆਦਾ ਸਮੇਂ ਤੱਕ ਅਨੁਛੇਦ 355 ਦਾ ਪ੍ਰਯੋਗ ਜੰਮੂ ਕਸ਼ਮੀਰ ਵਿੱਚ ਹੋਇਆ 1990 ਤੋਂ ਲੈ ਕੇ छियानवे तक ये क्वेश्चन ये इस तरह घुमा के पुछे जा सकते हैं ये तीनों निषेध बड़े इंपोर्टेंट ने ता ही इतने आपन जो है वो ठीक है ठीके? अगे देखो ये बड़ी ही इंपोर्टेंट ਇਹ ਟਾਪਿਕ ਵੀ ਹੈ ਦੇਖੋ ਇੱਥੇ ਵੀ ਮੈਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮ ਇਹਦੇ ਵਿੱਚ ਹੈ ਮਹੱਤਵਪੂਰਨ ਸ਼ਬਦਾਵਲੀ ਦੇਖੋ ਨਾਗਰਿਕ ਸ਼ਾਸਤਰ ਦੇ ਵਿੱਚ ਸ਼ਬਦਾਵਲੀ ਬਹੁਤ ਮੁੱਖ ਰੋਲ ਅਦਾ ਕਰਦੀ ਹੈ ਕਈ ਵਾਰੀ ਤੁਹਾਨੂੰ ਪੁੱਛ ਲੈਂਦੇ ਆ ਦੱਸੋ ਜੀ ਸ਼ਬਦਾਵਲੀ ਦੇ ਵਿੱਚ ਪੁੱਛਣ ਪੁੱਛਿਆ ਪ੍ਰਸ਼ੰਨ ਕਾਲ ਕੀ ਹੈ ਠੀਕ ਹੈ ਇਹ ਦੇਖੋ ਪ੍ਰਸ਼ਨ ਕਾਲ ਕੀ ਹੈ ਤੁਸੀਂ ਇੱਥੇ ਜੀ ਡਿਟੇਲ ਦੇਖ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਇਹ ਦੱਸ ਦੇਣਾ ਦੇਖੋ ਪ੍ਰਸ਼ਨ ਕਾਲ ਸੰਸਦ ਸ਼ੁਰੂ ਹੁੰਦੀ ਹੈ ਇਸ ਤੋਂ ਸੰਸਦ ਕਿੱਥੋਂ ਸ਼ੁਰੂ ਹੁੰਦੀ ਹੈ ਪ੍ਰਸ਼ਨ ਕਾਲ ਤੋਂ ਹੀ ਸ਼ੁਰੂ ਹੁੰਦੀ ਹੈ ਮੈਂਬਰਾਂ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ ਬੈਠਕ ਦੇ ਆਰੰਭ ਵਿੱਚ 1 ਘੰਟੇ ਤੱਕ ਪ੍ਰਸ਼ਨ ਕੀਤੇ ਜਾਂਦੇ ਹਨ ਇਹ ਜਿਹੜਾ ਕਾਲ ਆਉਂਦਾ ਹੈ ਜ਼ੀਰੋ ਕਾਲ ਤੋਂ ਪਹਿਲਾਂ ਦਾ ਸਮਾਂ ਅੱਗੇ ਦੇਖੋ ਪ੍ਰਸ਼ਨਾਂ ਦੀ ਸੰਖਿਆ ਵੀ ਕਿਹੜੇ ਪ੍ਰਸ਼ਨ ਪੁੱਛੇ ਜਾਂਦੇ ਹਨ ਜੀ ਪ੍ਰਸ਼ਨਾਂ ਦੀ ਜਿਹੜੀ ਹੈਗੇ ਤਿੰਨ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਤਿੰਨ ਤਰ੍ਹਾਂ ਦੇ ਕੁਐਸਚਨ ਹੁੰਦੇ ਨੇ ਪ੍ਰਸ਼ਨ ਕਾਲ ਹੈ ਕੁਐਸਚਨ ਆਰ ਹੈ ਤਾਂ ਦੇਖੋ 1 1 2 3 ਆ ਤਿੰਨਾਂ ਦੇ ਨਾਮ ਜਿਹੜੇ ਇੰਗਲਿਸ਼ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਉਹਨਾਂ ਨੂੰ ਵਰਣਨ ਕੀਤਾ ਅੱਗੇ ਤੁਸੀਂ ਇੱਥੇ ਨੋਟ ਕਰ ਲੈਣਾ ਇਦਾਂ ਸਟਾਪ ਕਰਕੇ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਆ ਗਏ ਦੇਖੋ ਜ਼ੀਰੋ ਕਾਲ ਠੀਕ ਜ਼ੀਰੋ ਕਾਲ ਠੀਕ ਹੈ ਜ਼ੀਰੋ ਕਾਲ ਕੀ ਹੈ ਦੇਖੋ ਪ੍ਰਸ਼ਨ ਕਾਲ ਤੋਂ ਬਾਅਦ ਫਿਰ ਇਸ ਦਾ ਟਾਈਮ ਹੈ ਨਾ ਦੋਨੇ ਸਦਨਾ ਵਿੱਚ ਪ੍ਰਸ਼ਨ ਕਾਲ ਦੇ ਠੀਕ ਬਾਅਦ ਸ਼ੁਰੂ ਹੁੰਦਾ ਹੈ ਇਹ ਕੁਸ਼ਣ ਮਨੇ ਕਿ ਟਾਈਮ ਕੀ ਹੈ ਇਹ ਹੀ ਦੱਸੋ ਇਹ ਸ਼ੁਰੂ ਹੁੰਦਾ ਜੀ 12 ਵਜੇ ਆਰੰਭ ਹੁੰਦਾ ਠੀਕ ਹੈ 12 ਵਜੇ ਤੋਂ ਆਰੰਭ ਹੁੰਦਾ ਕਿੰਨੇ ਵਜੇ ਤੱਕ ਚੱਲਦਾ 1 ਵਜੇ ਤੱਕ ਚੱਲਦਾ ਹੈ ਘੰਟੇ ਦਾ ਇਹ ਰਹੀ ਡਿਟੇਲ ਹੈ ਇੱਥੇ ਤੁਸੀਂ ਪੜ੍ਹ ਸਕਦੇ ਹੋ ਅੱਗੇ ਹੈ ਉਹ ਸ਼ਿ ਫੰਡ ਇਹਦੇ ਵਿੱਚ ਨਿਸ਼ਚਿਤ ਕੀਤੇ ਜਾਂਦੇ ਹਨ ਉਹ ਫੰਡਾਂ ਦੇ ਵਿੱਚ ਕਿਹਨੂੰ ਤਨਖਾਹ ਮਿਲਦੀ ਹੈ ਕੀ ਉਹ ਫੰਡ ਹੈ ਦੇਖੋ ਸੰਚਿਤ ਨਿਧੀ ਸੰਚਿਤ ਨਿਧੀ ਫੰਡ ਹੈਕ ਆ ਦੇਖੋ ਡਿਟੇਲ ਆਪਾਂ ਕਨਸੋਲੀਡੇਟ ਫੰਡ ਜਿਹਨੂੰ ਆਪਾਂ ਕਹਿ ਦਿੰਨੇ ਆ ਆ ਦੇਖੋ ਇਸ ਨੂੰ ਮੈਂ ਵੱਡਾ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂ ਕਿ ਇਹ ਫੰਡ ਹੈ ਕਿਹੜੇ ਅਨੁਸ਼ੇਦ ਦੇ ਵਿੱਚ ਆਉਂਦਾ ਹੈ ਇਸ ਦੀ ਪੂਰੀ ਡਿਟੇਲ ਇੱਥੇ ਦਿੱਤੀ ਹੋਈ ਹੈ ਅਗਿਆ ਕੰਟੀਨੈਂਸੀ ਫੰਡ ਠੀਕ ਹੈ ਇਹ ਦੇਖੋ ਉੱਪਰ ਵਾਲਾ ਸੀਗਾ 266 ਅਨੁਸ਼ੇਦ ਚ ਇਹ 267 ਅਨੁਸ਼ੇਦ ਹੈ ਇਹ ਤਾਂ ਨਿਰਾਸ਼ਾ ਕਿੱਦਾਂ ਹੁੰਦੀ ਹੈ ਇਕੱਠੀ ਕਿੱਥੇ ਖਰਚੀ ਜਾਂਦੀ ਹੈ ਇਹਦੇ ਬਾਰੇ ਅੱਗੇ ਦੇਖੋ ਵਿਤੀ ਬਿੱਲ ਫਾਈਨੈਂਸ਼ੀਅਲ ਬਿੱਲ ਕੀ ਹੁੰਦਾ ਹੈ ਇਦਾਂ ਪਾਸ ਹੁੰਦਾ ਹੈ ਕਿਹੜੇ ਅਨੁਸ਼ੇਦ ਤੇ ਚੰਦਾ ਹੈ ਕੀ ਉਹਦੀ ਡਿਟੇਲ ਹੈ ਇੱਥੇ ਤੁਸੀਂ ਇਹਦੇ ਚ ਦੇਖ ਸਕਦੇ ਕਿੱਥੋਂ ਦੇ ਖਰਚੇ ਇਹਦੇ ਨਾਲ ਚਲਾਈ ਜਾਂਦੇ ਹਨ ਅੱਗੇ ਦੇਖੋ ਜਿਹੜਾ ਅਗੇ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਧੰਨ ਬਿੱਲ ਆ ਗਿਆ ਠੀਕ ਹੈ ਧੰਨ ਬਿੱਲ ਕਿੰਨੇ ਅਨੁਛੇਦ ਦੇ ਚੰਦਾ ਹੈ ਜਿਵੇਂ 110 ਬ੍ਰੈਕਟ ਦੇ ਵਿੱਚ ਇੱਕ ਪਾਇਆ ਹੋਇਆ ਖੰਡ ਹੋ ਰਿਹਾ ਹੈਗਾ ਇਹ ਮਤਲਬ ਕੀ ਕਿਸ ਦੇ ਵਿੱਚ ਆਉਂਦਾ ਹੈ ਕੌਣ ਇਹਨੂੰ ਪੇਸ਼ ਕਰਦਾ ਹੈ ਕਿੰਨੇ ਟਾਈਮ ਲਈ ਰੋਕਿਆ ਜਾ ਸਕਦਾ ਹੈ ਕਿਸ ਸਭਾ ਦੁਆਰਾ ਤੇ ਫਿਰ ਕਦੋਂ ਇਹਨੂੰ ਪਾਸ ਜਿਹੜਾ ਹੈਗਾ ਮੰਨਿਆ ਜਾਂਦਾ ਹੈ धन बिल पढ़ लेना बहुत ज़्यादा इंपोर्टेंट है बहुत ज़्यादा इंपोर्टेंट ठीक है अगर देखो ये देखो इन्होंने प्रश्नावली देखो अंटे की दे चर्चा की होंगी अंटे की चर्चा ਦਬਾਈ ਸਮੂਹ ਮਤਲਬ ਕਿ ਜਿਹੜੇ ਦਬਾ ਪ੍ਰੈਸ਼ਰ ਗਰੁੱਪਸ ਨੂੰ ਬੋਲਦੇ ਆ ਕੀ ਹੁੰਦੇ ਨੇ ਉਹ ਕੀ ਮਤਵਤਾ ਉਹਨਾਂ ਦੀ ਰਾਜਨੀਤੀ ਦੇ ਵਿੱਚ ਇਹ ਸਾਰੇ ਜਿਹੜੇ ਡਿਟੇਲਿੰਗ ਹੈ ਅੱਗੇ ਹੈਗਾ ਪੰਚਾਇਤੀ ਰਾਜ ਪੰਚਾਇਤੀ ਰਾਜ ਦੇ ਦੇਖੋ ਮੈਂ 10 ਕੁਐਸਚਨਰੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਸਟਾਪ ਕਰਕੇ ਤੁਸੀਂ ਨੋਟ ਕਰ ਸਕਦੇ ਹੋ ਇਵੇਂ ਥੋੜੇ ਕੁਐਸਚਨ ਮੈਂ ਤੁਹਾਡੇ ਨਾਲ ਡਿਸਕਸ ਕਰ ਲੈਣਾ। ਜਿਵੇਂ ਇੱਕ ਪਹਿਲਾ ਕੁਐਸਚਨ ਬੜਾ ਇੰਪੋਰਟੈਂਟ ਹੈ। ਪੰਚਾਇਤੀ ਰਾਜ ਦਾ ਰੰਮ ਜਿਹੜਾ ਸੁਤੰਤਰ ਭਾਰਤ ਵਿੱਚ 2 ਅਕਤੂਬਰ ਨੂੰ 1959 ਦੇ ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ Rajasthan ਦੇ Nagaur ਜ਼ਿਲ੍ਹੇ ਵਿੱਚ ਸ਼ੁਰੂ ਹੋਇਆ ਸੀ। ਪੰਚਾਇਤੀ ਰਾਜ ਉੱਥੋਂ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ। ਮਤਲਬ ਕਿ ਉੱਥੇ ਪਹਿਲਾਂ ਲਾਗੂ ਕੀਤਾ ਗਿਆ ਸੀ। ਠੀਕ ਹੈ। ਦੂਜੀ ਵਾਰੀ ਪੁੱਛ ਲੈਂਦੇ ਆ ਦੂਜੀ ਦੂਜਾ ਕਿਹੜਾ ਰਾਜ ਸੀ ਉੱਥੇ ਉਹ 2 ਅਕਤੂਬਰ ਨੂੰ ਸੀ ਇਹ 11 ਅਕਤੂਬਰ ਨੂੰ ਸੀ ਨਾਲ ਹੀ ਆਂਧਰਾ ਪ੍ਰਦੇਸ਼ ਇਹ ਨਾਲ-ਨਾਲ ਡਾਟਾ ਨੇ ਕਈ ਵਾਰੀ ਵਿਅਕਤੀ ਉਲਝ ਜਾਂਦਾ ਇਸ ਕਰਕੇ ਪੂਰੀ ਡਿਟੇਲ ਇਹਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆ ਦੇਖੋ 73ਵੀਂ ਸੋਧ ਦੇਖੋ ਤੁਹਾਨੂੰ ਦੱਸਿਆ ਸੀ ਪੰਚਾਇਤਾਂ ਬਾਰੇ ਆ ਦੇਖੋ 73ਵੀਂ ਸੋਧ ਬਾਰੇ ਵੀ ਇੱਥੇ ਨਾਲ ਹੀ ਆ ਗਿਆ ਠੀਕ ਹੈ ਕਈ ਵਾਰੀ ਇਹ ਕੁਐਸਚਨ ਪੁੱਛ ਲੈਂਦੇ ਜਿਵੇਂ ਨੌਵੇਂ ਕੁਐਸਚਨ ਚ ਕਵਰ ਕੀਤਾ ਮੈਂ ਵੀ ਨਗਰਪਾਲਿਕਾ ਵਿੱਚ ਮਹਿਲਾਵਾਂ ਦੀ ਜਿਹੜੀ ਹੈਗੀ ਆ ਉਹ ਕਿੰਨੀ ਗਿਣਤੀ ਜਿਹੜੀ ਹੈਗੀ 1/3 ਰੱਖਵਾ ਕਰਨ ਜਿਹੜਾ ਹੈਗਾ ਉਹ ਰਿਪੀਟ ਕੀਤਾ ਗਿਆ ਇਹ ਤੁਸੀਂ ਇੱਧਰ ਡਿਟੇਲ ਨੋਟ ਕਰ ਸਕਦੇ ਹੋ ਜਿਵੇਂ ਮੈਂ ਇਸ ਨੂੰ ਰੋਕਿਆ ਹੋਇਆ ਇਸ ਤਰ੍ਹਾਂ ਤੁਸੀਂ ਰੋਕ ਕੇ ਸਟਾਪ ਕਰਕੇ ਇਸ ਤੋਂ ਮਤਲਬ ਕਿ ਤੁਸੀਂ ਇੱਥੇ ਪੈਨ ਪੈਨਸਲ ਦੇ ਨਾਲ ਤੁਸੀਂ ਇਹਨੂੰ ਨੋਟ ਕਰ ਸਕਦੇ ਆ ਇਹ ਦੇਖੋ ਇਹ ਕੁਐਸਚਨ ਵੀ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਪੰਚਾਇਤੀ ਰਾਜ ਵਿਵਸਥਾ ਦੇ ਸੁਧਾਰ ਲਈ ਗਠਿਤ ਹੋਈਆਂ ਕਮੇਟੀਆਂ ਅਦੋ-ਗਦੋ ਗਠਤ ਹੋਈਆਂ ਤੇ ਕੌਣ-ਕੌਣ ਉਹਨਾਂ ਦੇ ਜਿਹੜੇ ਅਧਿਐਕਸ਼ਿਤ ਸੀ ਜਾਂ ਕਿਹਨਾਂ ਦੇ ਨਾਮ ਤੇ ਜੜੀਆਂ ਆ ਗਈਆਂ ਕਮੇਟੀਆਂ ਚੱਲੀਆਂ ਠੀਕ ਹੈ ਆ ਦੇਖੋ ਬਲਵੰਤਰਾਇ ਮਹਿਤਾ ਕਮੇਟੀ ਕਦੋਂ 1957 ਅਸ਼ੋਕ ਮਹਿਤਾ ਕਮੇਟੀ 1977 ਵੀ ਪੀ ਵੀ ਕੇ ਰਾਏ ਸਮਤੀ 1985 ਐ ਐਲ ਐਮ ਸਿੰਧੂਵੀ ਸਮਰਟੀ ਜਿਹੜੀ ਹੈ 1986 64ਵਾਂ ਸੰਵਿਧਾਨ ਸੋਧ 1999 ਤੇ 73ਵੀਂ ਸੋਧਾ ਨਹੀਂ ਸੋਧ 1999 ਇਹ ਦੇਖੋ ਇਹ ਡਿਟੇਲ ਇਹਦੀ ਦਿੱਤੀ ਗਈ ਹੈ ਅਗੇ ਨਗਰਪਾਲਿਕਾ ਦੇ ਪ੍ਰਕਾਰ ਪ੍ਰਕਾਰ ਕਿਹੜੇ ਨਗਰ ਪੰਚਾਇਤ ਆ ਦੇਖੋ ਸਭ ਤੋਂ ਛੋਟੀ ਗਈ ਨਗਰਪਸ਼ੀਧ ਛੋਟੇ ਨਗਰਾਂ ਖੇਤਰਾਂ ਲਈ ਹੈ ਨਗਰ ਨਿਗਮ ਵੱਡੇ ਨਗਰਾਂ ਲਈ ਹੈ ਠੀਕ ਹੈ ਪਹਿਲਾ ਪੁੱਛ ਲੈਂਦੇ ਪਹਿਲਾ ਨਗਰ ਨਿਗਮ ਦੱਸੋ ਜੀ ਕਦੋਂ ਬਣਿਆ ਫਿਰ ਇਹ ਹੈਗਾ 1687 ਨੂੰ ਕਿਹੜਾ ਨਗਰ ਨਿਗਮ ਬਣਿਆ ਗਿਆ ਮ드ਰਾਸ ਆ ਦੇਖੋ ਡਿਟੇਲ ਇਹਦੀ ਦਿੱਤੀ ਹੋਈ ਹੈ ਇਹ ਦੇਖੋ ਨਾਲ ਹੀ ਕੁਐਸਚਨ ਕਵਰ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ ਵੀ ਤਾਂ ਕਿ ਤੁਹਾਨੂੰ ਕਿਤੇ ਹੋਰੋਂ ਇਹ ਕੁਐਸਚਨ ਨਾ ਲੱਭਣੇ ਪੈਣ ਆ ਦੇਖੋ ਸੰਸਦ ਦੀਆਂ ਸਮਿਤੀਆਂ ਬਾਰੇ ਹੈਗਾ ਅ ਪ੍ਰਿਕਲਰਨ ਸਮਿਤੀ ਹੈਗੀ ਹੈ ਕਿੰਨੇ ਮੈਂਬਰ ਨੇ ਕੀ ਹੈ ਕੀ ਡਿਟੇਲਿੰਗ ਹੈ ਤੁਸੀਂ ਦੇਖੋ ਇੱਥੋਂ ਇੱਥੇ ਜਿਵੇਂ ਮੈਂ ਇੱਥੇ ਇਹਨੂੰ ਰੋਕਿਆ ਹੈ ਤੁਸੀਂ ਇੱਥੇ ਇਦਾਂ ਰੋਕ ਕੇ ਤੁਸੀਂ ਇਹਦੇ ਵਿੱਚ ਡਿਟੇਲ ਜਿਹੜੀ ਹੈਗੀ ਆ ਉਹ ਪ੍ਰਾਪਤ ਕਰ ਸਕਦੇ ਹੋ ਕੰਮ ਦੀ ਚੀਜ਼ ਜੋ ਤੁਹਾਨੂੰ ਲੱਗੇ ਤੁਸੀਂ ਇਹਦੇ ਵਿੱਚ ਉਹ ਨੋਟ ਕਰ ਸਕਦੇ ਹੋ ਕਿਉਂਕਿ ਜੇ ਮੈਂ ਹੁਣ ਕੱਲੀ-ਕੱਲੀ ਡਿਟੇਲ ਤੁਹਾਨੂੰ ਬੋਲ ਕੇ ਦੱਸਿਆ ਤਾਂ ਫਿਰ ਉਹ ਬਹੁਤ ਟਾਈਮ ਲੱਗ ਜਾਏਗਾ ਤੇ ਐਨੀ ਵੀਡੀਓ ਲੰਬੀ ਨਹੀਂ ਤੁਹਾਡੇ ਕੋਲ ਦੇਖੀ ਜਾਣੀ ਜਿਸ ਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਨੂੰ ਸਟਾਪ ਕਰ ਸਕਦੇ ਹੋ ਇੱਥੋਂ ਨੋਟ ਕਰ ਸਕਦੇ ਹੋ ਅੱਗੇ ਦੇਖੋ ਭਾਰਤ ਦੇ ਰਾਸ਼ਟਰੀ ਚਿੰਨ੍ਹ ਬੜਾ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਬਿਨਾ ਨਾਗਰਿਕ ਸ਼ਾਸਤਰ ਕੰਪਲੀਟ ਹੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਭਾਰਤ ਦਾ ਰਾਸ਼ਟਰੀ ਚਿੰਨ੍ਹ ਕਿਹੜਾ ਹੈਗਾ ਦੇਖੋ ਕਿਹੜਾ ਹੈਗਾ ਉਹ ਜਿਸ ਦੇ ਉੱਤੇ ਚਾਰ ਸ਼ੇਰਾਂ ਵਾਲੀ ਮੂਰਤੀ ਹੈ ਤਿੰਨੇ ਸ਼ੇਰ ਆਪਾਂ ਨੂੰ ਸਾਹਮਣੇ ਦਿਖਦੇ ਆ ਇੱਕ ਸ਼ੇਰ ਉਹਦੇ ਪਿੱਛੇ ਹੈ ਆਪਾਂ ਨੂੰ ਨਹੀਂ ਦਿਖਦਾ ਠੀਕ ਹੈ ਤੇ ਉਸ ਤੋਂ ਬਾਅਦ ਕਦੋਂ ਉਸ ਨੂੰ ਲਿਆ ਗਿਆ 26 ਜਨਵਰੀ 1950 ਨੂੰ ਮਤਲਬ ਕਿ ਉਸ ਨੂੰ ਸਥਾਪਿਤ ਕੀਤਾ ਗਿਆ ਕਿੱਥੋਂ ਲਿਆ ਗਿਆ ਅਸ਼ੋਕਾ ਦੇ ਸਤੰਭ ਤੋਂ ਲਿਆ ਗਿਆ ਠੀਕ ਹੈ ਪੂਰੀ ਉਸ ਦੀ ਜਿਹੜੀ ਆ ਦੇਖੋ ਡਿਟੇਲ ਹੈ ਉਸ ਤੋਂ ਬਾਅਦ ਉਸੋ ਜੀ ਮੈਂ ਰਾਸ਼ਟਰੀ ਝੰਡਾ ਠੀਕ ਹੈ ਇਸ ਦੇ ਵਿੱਚ ਕਿੰਨੀਆਂ ਸਪੋਕਸ ਨੇ ਮਤਲਬ ਕਿ ਕਿੰਨੀਆਂ ਤੀਲੀਆਂ ਨੇ ਕਿੰਨੀਆਂ ਵਿੱਚ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਕਿੰਨੀਆਂ ਨੇ ਉਹ ਦੇਖੋ 24 ਨੇਗੀਆਂ ਕਿੱਥੋਂ ਇਹਨੂੰ ਲਿਆ ਗਿਆ ਹੈ ਉਸ ਤੋਂ ਬਾਅਦ ਆ ਦੇਖੋ ਝੰਡੇ ਦੀ ਲੰਬਾਈ ਠੀਕ ਹੈ ਚੌੜਾਈ ਕਿੰਨੀ ਹੁੰਦੀ ਹੈ ਦੇਖੋ ਇਹ ਕੁਐਸਚਨ ਨੋਟ ਕਰਨਾ ਹੈ ਇਹ ਕੁਐਸਚਨ ਬਹੁਤ ਵਾਰੀ ਘੁਮਾ ਕੇ ਵੀ ਪੁੱਛਿਆ ਗਿਆ ਹੈ ਘੁਮਾ ਕੇ ਕਿਵੇਂ ਲੰਬਾਈ ਪਹਿਲਾਂ ਦੱਸ ਦਿੰਦੇ ਚੌੜਾਈ ਬਾਅਦ ਚ ਦੱਸੋ ਜੀ ਚੌੜਾਈ ਪਹਿਲਾਂ ਦੱਸ ਦੋ ਲੰਬਾਈ ਬਾਅਦ ਚ ਦੱਸੋ ਇਹ ਵਸਤੂ ਸੀ ਇਹਦਾ ਅਨੁਪਾਤ ਨੋਟ ਕਰ ਲੈਣਾ ਹੈ ਇਹਦੀ ਜਿਹੜੀ ਲੰਬਾਈ ਹੈ ਲੰਬਾ ਇਹ ਜ਼ਿਆਦਾ ਹੁੰਦਾ ਹੈ ਤੇ ਇਹਦੀ ਜਿਹੜੀ ਚੌੜਾਈ ਆ ਉਹ ਥੋੜੀ ਘੱਟ ਹੁੰਦੀ ਹੈ ਤੇ ਅਨੁਪਾਤ ਇਹਦਾ ਕੀ ਬਣਦਾ 3 ਅਨੁਪਾਤ 2 ਜੇ ਤੁਹਾਨੂੰ ਲੰਬਾਈ ਪਹਿਲਾਂ ਪੁੱਛੀ ਜਾਂਦੀ ਹੈ ਤਾਂ ਤੁਸੀਂ 3 ਅਨੁਪਾਤ 2 ਲਿਖਣਾ ਜੇ ਤੁਹਾਨੂੰ ਪਹਿਲਾਂ ਚੌੜਾਈ ਪੁੱਛੀ ਜਾਂਦੀ ਹੈ ਚੌੜਾਈ 'ਚ ਅਨੁਪਾਤ ਦੱਸੋ ਅਨੁਪਾਤ ਦੇ ਵਿੱਚ ਵੀ ਕਈ ਵਾਰੀ ਕੁਐਸਚਨ ਪੁੱਛ ਲਿਆਇਆ ਜਾਂਦਾ ਤਾਂ ਫਿਰ ਉਹ 2 ਤੁਸੀਂ ਅੱਗੇ ਲਾਣਾ 2 ਅਨੁਪਾਤ 3 ਠੀਕ ਹੈ ਇਹ ਮਤਲਬ ਕਿ ਇਹਦਾ 3:2 ਅਨੁਪਾਤ ਜਿਹੜੀ ਇਹਦੀ ਮਤਲਬ ਕੀ ਹੈਗੀ ਹੈ ਲੰਬਾਈ ਤੇ ਚੌੜਾਈ ਠੀਕ ਹੈ ਉਸ ਤੋਂ ਬਾਅਦ ਇਹ ਕਦੋਂ ਲਿਆ ਗਿਆ 22 ਜੁਲਾਈ 1947 ਨੂੰ ਅਪਣਾਇਆ ਗਿਆ ਹੈ ਰੰਗ ਕਿਹੜੇ-ਕਿਹੜੇ ਨੇ ਕੇਸਰੀ ਰੰਗ ਹੈ ਸਫੇਦ ਰੰਗ ਹੈ ਹਰਾ ਰੰਗ ਹੈ ਕੀ-ਕੀ ਕਿਸ-ਕਿਸ ਨੂੰ ਇਹ ਡਿਪਿਕਟ ਕਰਦੇ ਕਿਸ-ਕਿਸ ਨੂੰ ਦਰਸਾਉਂਦੇ ਆ ਠੀਕ ਹੈ ਉਹ ਤੁਸੀਂ ਇਹਦੇ ਵਿੱਚ ਡਿਟੇਲ ਦੇਖ ਸਕਦੇ ਹੋ ਡਿਜ਼ਾਈਨ ਇਹਰਾ ਕਿਸ ਨੇ ਬਣਾਇਆ ਠੀਕ ਹੈ ਸਭ ਤੋਂ ਪਹਿਲਾਂ ਇਹਨੂੰ ਕਿੱਥੇ ਫੈਰਾਇਆ ਗਿਆ ਠੀਕ ਹੈ ਇਹਦੇ ਵਾਰਿਆ ਦੇਖੋ ਸਾਰੀ ਡਿਟੇਲ ਜਿਹੜੀ ਹੈਗੀ ਆ ਵਰਨਣ ਕੀਤੀ ਗਈ ਹੈ ਫਿਰ ਆਇਆ ਨੂੰ ਦੇਖੋ ਪਹਿਲੀ ਵਾਰ ਪ੍ਰਦਰਸ਼ਿਤ ਇਹਨੂੰ 14 ਅਗਸਤ 1947 ਦੀ ਮੱਧਰਾਤਰੀ ਨੂੰ ਫੈਰਾਇਆ ਗਿਆ ਅੱਗੇ ਦੇਖੋ ਰਾਸ਼ਟਰੀ ਗਾਣ ਬਾਰੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਸ਼ਟਰੀ ਗਾਣ ਨੈਸ਼ਨਲ ਐਂਥਮ ਜਿਹਨੂੰ ਕਹਿੰਦੇ ਕਿੰਨਾ ਟਾਈਮ ਲੱਗਦਾ ਇਸ ਨੂੰ ਜੀ ਠੀਕ ਹੈ 52 ਸਕਿੰਡ ਲੱਗਦੇ ਆ ਛੋਟਾ ਵਰਜਨ ਵੀ ਰਹਿਖੇਗਾ ਜਿਸ ਨੂੰ 20 ਸਕਿੰਡ ਲੱਗਦੇ ਆ ਕਦੋਂ ਇਸ ਨੂੰ ਅਪਣਾਇਆ ਗਿਆ 14 24 ਜਨਵਰੀ 1950 ਨੂੰ ਇਹਨੂੰ ਅਪਣਾਇਆ ਗਿਆ ਇੱਕ ਵਾਰੀ ਆਪਾਂ ਨੇ ਲਿਖ ਦੇਣਾ 26 ਜਨਵਰੀ ਨੂੰ ਜੀ ਗਲਤ ਹੋ ਜਾਣਾ ਕੁਐਸਚਨ ਠੀਕ ਹੈ ਸਾਰੀ ਡਿਟੇਲ ਪੂਰੀ ਡਿਟੇਲ ਇਸ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਗਈ ਅ ਸਭ ਤੋਂ ਪਹਿਲੀ ਵਾਰੀ ਕਦੋਂ ਇਸ ਨੂੰ ਗਾਇਆ ਗਿਆ ਜਨ ਗਨ ਮਨ ਪਹਿਲੀ ਵਾਰੀ 27 ਦਸੰਬਰ 1911 ਨੂੰ ਕਾਂਗਰਸ ਦੇ ਕਲਕੱਤਾ ਡਿਵੀਜ਼ਨ ਵਿੱਚ ਗਾਇਆ ਗਿਆ। ਕੁਐਸਚਨ ਪੁੱਛਦੇ ਨੇ ਉਸ ਟਾਈਮ ਚੇਅਰਮੈਨ ਕੌਣ ਸੀ? ਠੀਕ ਹੈ। ਅੰਦਰ ਦੇ ਵਿਸ਼ਵ ਨਾਰਾਇਣ ਜਿਹੜੇ ਦੱਤ ਸੀਗੇ ਉਸ ਟਾਈਮ ਉਹ ਉਸ ਟਾਈਮ ਉਹ ਅਸੀਂ ਕਾਂਗਰਸ ਦੇ ਜਿਹੜੇ ਹੈਗੇ ਆ ਉਹ ਅਧਿਖਸ਼ ਸੀਗੇ। ਠੀਕ ਹੈ ਕਿੱਥੋਂ ਲਿਆ ਗਿਆ ਇਸ ਨੂੰ? ਈ.ਆਰ. ਨੇ ਜਮਨੇ ਇਹੜੇ ਨਿਯਮਾਂ ਦੇ ਤਹਿਤ ਇਹਨੂੰ ਗਾਇਆ ਜਾਂਦਾ ਹੈ ਤੇ ਡਿਟੇਲ ਦਿੱਤੀ ਹੈ ਉਸ ਤੋਂ ਬਾਅਦ ਜਿਵੇਂ ਹੁਣ ਰਾਸ਼ਟਰੀ ਗਾਣ ਸੀਗਾ ਉਹ ਇਹੋ ਰਾਸ਼ਟਰੀ ਗੀਤ ਹੈ ਨੈਸ਼ਨਲ Song ਇਹਦੇ ਵਿੱਚ ਹੀ ਕਨਫਿਊਜ਼ਨ ਹੋ ਜਾਂਦੀ ਹੈ ਇਹਨੂੰ ਜਦ ਤੁਸੀਂ ਡਿਟੇਲ ਚ ਪੜੋਗੇ ਤੁਹਾਡੀ ਸਾਰੀ ਗੱਲ ਕਲੀਅਰ ਹੋ ਜਾਏਗੀ ਦੇਖੋ ਜਿਹੜਾ ਹੈਗਾ ਗਾਣ ਉਹ ਦੇਖੋ ਰਵਿੰਦਰਨਾਥ ਟੈਗੋਰ ਜੀ ਨੇ ਜਿਹੜਾ ਲਿਖਿਆ ਹੈ ਹੁਣ ਦੇਖੋ ਅੱਗੇ ਆਪਾਂ ਗੀਤ ਤੇ ਆ ਗਏ ਗੀਤ ਦੇਖੋ ਹੁਣ ਆਪਾਂ ਗੀਤ ਤੇ ਆਪਾਂ ਮੈਂ ਤਾਂ ਇਹਨੂੰ ਇਹਦਾ ਕਰ ਰਹੇ ਹਾਂ ਗੀਤ ਦੇਖੋ ਕਿੰਨੇ ਲਿਖਿਆ ਗੀਤ ਲਿਖਿਆ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਠੀਕ ਹੈ ਇਸ ਨੂੰ ਕਰੋ ਬਣਾਇਆ ਗਿਆ ਰਾਸ਼ਟਰੀ ਗੀਤ ਨੂੰ ਦੇਖੋ 26 ਜਨਵਰੀ 1950 ਨੂੰ ਸਵੀਕਾਰ ਕੀਤਾ ਗਿਆ ਉਹ 24 ਜਨਵਰੀ ਸੀ ਇਹ 26 ਜਨਵਰੀ ਆ ਗਿਆ ਇਸ ਕਰਕੇ कंफ्यूजन ਹੋ ਜਾਂਦੀ ਹੈ ਪਰ ਮੈਂ ਇੱਥੇ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਤੁਸੀਂ ਬਿਲਕੁਲ ਇਸ ਨੂੰ ਧਿਆਨ ਦੇ ਨਾਲ ਨੋਟ ਕਰ ਲੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਰਾਸ਼ਟਰੀਏ ਜਿਹੜਾ ਗੀਤ ਹੈ ਕੀ ਹੈ ਠੀਕ ਹੈ ਠੀਕ ਹੈ ਬੰਦੇ ਮਾਤਰਮ ਜੋ ਇਹ ਇਹ ਜਿਹੜਾ ਹੈਗਾ ਗੀਤ ਹੈਗਾ ਉਸ ਤੋਂ ਬਾਅਦ ਜਿਹੜੀ ਆਪਾਂ ਹੋਰ ਡਿਟੇਲਿੰਗ 'ਚ ਜਾਂਦੇ ਆਂ ਕੁਐਸਚਨ ਪੁੱਛ ਲੈਂਦੇ ਹਨ ਮਤਲਬ ਕਿ ਇਸ ਦਾ ਸਮਾਂ ਦੱਸੋ ਜੀ ਕਿੰਨਾ ਟਾਈਮ ਲੱਗਦਾ ਹੈ ਇਸ ਨੂੰ ਇਸ ਦਾ ਸਮਾਂ ਤੁਹਾਨੂੰ ਬਹੁਤ ਘੱਟ ਕਿਸੇ ਕਿਤਾਬਾਂ 'ਚ ਮਿਲੇਗਾ ਪਰ ਇਸ ਦਾ ਡਾਇਰ ਟਾਈਮ ਹੈ 1 ਮਿੰਟ 5 ਸੈਕਿੰਡ ਲੱਗਦੇ ਹਨ ਇਸ ਨੂੰ 52 ਸੈਕਿੰਡ ਲੱਗਦੇ ਨੇ ਇਹਨੂੰ 1 ਮਿੰਟ 5 ਸੈਕਿੰਡ ਲੱਗਦੇ ਨੇ ਠੀਕ ਹੈ ਇਹ ਵੀ ਪੋਸ਼ਨ ਸਭ ਤੋਂ ਪਹਿਲਾਂ ਇਹਨੂੰ ਕਿੱਥੇ ਦਾਇਆ ਗਿਆ ਇਹਨੂੰ 1896 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਦਿবেশਨ ਵਿੱਚ ਦਾਇਆ ਗਿਆ ਠੀਕ ਹੈ ਇਹ ਕੁਐਸਚਨ ਇੱਥੇ ਆਪਾਂ ਨੋਟ ਕੀਤਾ ਹੈ ਅੱਛਾ ਹੁਣ ਕੁਐਸਚਨ ਨੂੰ ਕਈ ਵਾਰੀ ਆਇਆ ਪੁੱਛਦੇ ਆ ਦੇਖੋ ਭਾਰਤੀ ਸੰਸਦ ਦੇ ਅਦਵੇਸ਼ਨਾਂ ਦਾ ਆਰੰਭ ਜਨਗਨ ਮੰਨਣਾ ਹੁੰਦਾ ਜਾਂ ਬੰਦੇ ਮਾਤਰਮ ਨਾ ਹੁੰਦਾ ਜੀ ਸੁਣੋ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਭਾਰਤੀ ਸੰਸਦ ਦੇ ਅਦਵੇਸ਼ਨ ਦਾ ਆਰੰਭ ਜਨਗਨ ਮੰਨ ਦੇ ਨਾਲ ਹੁੰਦਾ ਹੈ ਅਤੇ ਸਮਾਪਤੀ ਬੰਦੇ ਮਾਤਰਮ ਦੇ ਨਾਲ ਹੁੰਦੀ ਹੈ ਇਹ ਨੋਟ ਕਰਨਾ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਰਾਸ਼ਟਰੀ ਕੈਲੰਡਰ ਬਾਰੇ ਆਪਾਂ ਕੁਐਸਚਨ ਦੇਖਦੇ ਹਾਂ ਜੀ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਰਾਸ਼ਟਰੀ ਕੈਲੰਡਰ ਠੀਕ ਹੈ ਗ੍ਰਗਨ ਕੈਲੰਡਰ ਦੇ ਨਾਲ ਦੇਸ਼ ਭਰ ਦੇ ਵਿੱਚ ਸਾਕਾ ਸਮਿਤੀ ਦੇ ਅਧਾਰਿਤ ਰਾਸ਼ਟਰੀ ਪੰਚਾਂਗ ਨੂੰ ਸਰਕਾਰੀ ਪ੍ਰਯੋਗ ਦੇ ਲਈ 22 ਮਾਰਚ 1957 ਨੂੰ ਅਪਣਾਇਆ ਗਿਆ ਮਤਲਬ ਕਿ ਆਪਣਾ ਜਿਹੜਾ ਹੈਗਾ ਆਪਣਾ ਜਿਹੜਾ ਭਾਰਤ ਦਾ ਕੈਲੰਡਰ ਹੈ ਸਾਕਾ ਕਲੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਤੇ ਦੇਖੋ ਇਸਦਾ ਪਹਿਲਾ ਮਹੀਨਾ ਦੇਖੋ ਚੇਤ ਦਾ ਹੈਗਾ ਠੀਕ ਹੈ ਠੀਕ ਹੈ ਅੱਗੇ ਆ ਗਿਆ ਕੁਐਸਚਨ ਆ ਗਿਆ ਰਾਸ਼ਟਰੀ ਫੁੱਲ ਕਮਲ ਦਾ ਫੁੱਲ ਦੇਖੋ ਉਹ ਆਪਣਾ ਰਾਸ਼ਟਰੀ ਫੁੱਲ ਹੈ ਤੇ ਬ੍ਰੈਕਟ ਦੇ ਵਿੱਚ ਮੈਂ ਇਸ ਦਾ ਜਿਹੜਾ ਇੰਗਲਿਸ਼ ਨਾਮ ਹੈ ਉਹ ਵੀ ਵਰਣਨ ਕਰਨ ਦਾ ਕੋਸ਼ਿਸ਼ ਕੀਤੀ ਹੈ ਜਨੂੰ ਆਪਾਂ ਸੈਂਟੀਫਿਕ ਨਾਮ ਬੋਲ ਦਿੰਨੇ ਆ ਰਾਸ਼ਟਰੀ ਪੰਛੀ ਮੋਰ ਹੈ ਇਹਦਾ ਵੀ ਨਾਮ ਵਰਣਨ ਕੀਤਾ ਹੈ ਰਾਸ਼ਟਰੀ ਪਸ਼ੂ ਬਾਗ ਹੈ ਉਸਦਾ ਵੀ ਨਾਮ ਵਰਣਨ ਕੀਤਾ ਹੈ ਰਾਸ਼ਟਰੀ ਫੁੱਲ ਅੰਬ ਹੈ ਠੀਕ ਹੈ ਹੋਰਾਂ ਵੀ ਨਾਮ ਵਰਣਨ ਕੀਤਾ ਹੈ ਰਾਸ਼ਟਰੀ ਦਰਖਤ ਹੈ ਬਰਗਦ ਉਸਦਾ ਵੀ ਨਾਮ ਵਰਣਨ ਕੀਤਾ ਹੈ ਠੀਕ ਹੈ ਤੇ ਇਹ ਸਾਰੇ ਦੇਖੋ ਨਾਮ ਜਿਹੜੇ ਆ ਗਏ ਇਹਦੇ ਵਿੱਚ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੱਗੇ ਹੈ ਰਾਜ ਸਭਾ ਜਿਵੇਂ ਲੋਕ ਸਭਾ ਸੀ ਇਸ ਤਰ੍ਹਾਂ ਦੇਖੋ ਰਾਜ ਸਭਾ ਵੀ ਹੈ ਉਨਛੇਦ 17 ਦੇ ਵਿੱਚ ਅ ਉਹਨਾਂ ਪਾਕਿਸਤਾਨਾਂ ਤੇ ਉਨਛੇਦ 343 ਰਾਜਪਾਸ਼ਾ ਹਿੰਦੀ ਅਤੇ ਦੇਵਨਾਗਰੀ ਹੈ ਠੀਕ ਹੈ ਇਹ ਰਾਜ ਸਭਾ ਦੀ ਜਗ੍ਹਾ ਇਹ ਰਾਜ ਭਾਸ਼ਾ ਦੇ ਬਾਰੇ ਡਿਟੇਲ ਇੱਥੇ ਦਿੱਤੀ ਗਈ ਹੈ ਠੀਕ ਹੈ ਇਹ ਤੁਸੀਂ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇਖੋ ਅਡਾਪਟ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਇੱਥੇ ਡਿਟੇਲ ਦਿੱਤੀ ਗਈ ਹੈ ਇਹ ਰਾਜ ਸਭਾ ਦੀ ਜਗ੍ਹਾ ਰਾਜ ਭਾਸ਼ਾਵਾਂ ਬਾਰੇ ਹੈ ਇਹ ਰਾਜ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ ਤੇ ਕਦੋਂ-ਕਦੋਂ ਉਹਨਾਂ ਨੂੰ ਅਡਾਪਟ ਕੀਤਾ ਗਿਆ ਕਦੋਂ ਹਿੰਦੀ ਨੂੰ ਜਿਹੜੀ ਹੈਗੀ ਹੈ ਰਾਜ ਭਾਸ਼ਾ ਦਾ ਦਰਜਾ ਮਿਲਿਆ ਇਹ ਸਾਰੀ ਰਿਚ ਡਿਟੇਲ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਇਸ ਨੂੰ ਤੁਸੀਂ ਇੱਦਾਂ ਇੱਥੇ ਇਸ ਜਗ੍ਹਾ ਤੇ ਸਟਾਪ ਕਰਕੇ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਨਿਆਇ ਪਾਲਿਕਾ ਨਿਆਇ ਪਾਲਿਕਾ ਵੀ ਟਾਪਿਕ ਬੜਾ ਇੰਪੋਰਟੈਂਟ ਹੈ بڑے ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾਂਦੇ ਹਨ ਦੇਖੋ ਮੈਂ ਇਹਦੇ ਵਿੱਚੋਂ ਅ ਤਕਰੀਬਨ ਤਕਰੀਬਨ ਅ 17 ਕੁਐਸਚਨ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਇਸ ਦੇ ਵਿੱਚ ਹੋਰ ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਨਿਆਇ ਪਾਲਿਕਾ ਬਾਰੇ ਨਿਆਇਪਾਲ ਕਾ ਕੀ ਹੈ ਭਾਰਤੀ ਨਿਆਇਪਾਲ ਕਾ ਦੀ ਬਵਸਤਾ ਦੇਖੇ ਇੱਕ ਹੈਰੀ ਵਿਵਸਤਾ ਹੈ ਸਭ ਤੋਂ ਉੱਪਰ ਭਾਰਤੀ ਸਰਵੋਚ ਅਦਾਲਤ ਆਂਦੀ ਹੈ ਜੋ ਕਿ ਕਿੱਥੇ ਹੈ ਦਿੱਲੀ ਵਿਖੇ ਹੈ ਠੀਕ ਹੈ ਹੋਰ ਬਾਕੀ ਦੇਖੋ ਇਹਦੇ ਬਾਰੇ ਅਨੁਛੇਦ ਜਿਹੜੇ 124 ਦੇ ਤਹਿਤ ਇਸ ਨੂੰ ਦਰਜ ਕੀਤਾ ਗਿਆ ਹੈ ਉੱਥੇ ਹੈਗੇ ਸਰਵੋਚ ਅਦਾਲਤ ਦੇ ਵਿੱਚ ਦੇਖੋ ਮੁੱਖ ਜੱਜ ਅਤੇ 30 ਹੋਰ ਜੱਜ ਹੁੰਦੇ ਹਨ ਠੀਕ ਹੈ 2000 ਦੇਖੋ 19 ਦੇ ਵਿੱਚ ਸਰਵੋਚ ਅਦਾਲਤ ਦੇ ਜੱਜਾਂ ਦੀ ਗਿਣਤੀ 34 ਹੋ ਗਈ ਹੈ ਦੇਖੋ ਇਹ ਬੜੀ ਵਾਰੀ ਕਨਫਿਊਜ਼ਨ ਕੀਤਾ ਜਾਂਦਾ ਹੈ ਕੁਐਸਚਨ ਉੱਥੇ ਜਾਣ ਕੇ ਤੁਹਾਨੂੰ 2-3 ਤਰ੍ਹਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਜੱਜ ਹੁੰਦੇ ਹਨ ਜੇ ਉਹ ਪੁੱਛੇ ਵੀ ਕਿੰਨੇ ਜੱਜ ਹੁੰਦੇ ਹਨ ਤਾਂ ਦੇਖੋ ਇਹ 2019 ਦੇ ਵਿੱਚ ਇਹਨਾਂ ਦੀ ਸੰਖਿਆ ਜਿਹੜੀ ਹੈਗੀ 34 ਹੋ ਹੈਗੀ ਹੈ ਪਹਿਲਾਂ 30 ਜੱਜ ਹੁੰਦੇ ਸੀਗੇ ਠੀਕ ਹੈ ਇੱਕ ਮੁੱਖ ਜੱਜ ਹੁੰਦਾ ਸੀ ਤੇ ਜੇ ਆਪਾਂ ਟੋਟਲ ਮਿਲਾ ਕੇ ਕਹਿ ਦਈਏ ਤਾਂ 31 ਹੁੰਦੇ ਸੀ ਪਹਿਲਾਂ ਠੀਕ ਹੈ ਇਸ ਕਰਕੇ ਇਹਨੂੰ ਬੜੇ ਧਿਆਨ ਦੇ ਨਾਲ ਨੋਟ ਕਰਨਾ ਹੈ ਅਬ ਤਾਂ ਹੀ ਕੁਐਸਚਨ ਹੈ ਚੌਥਾ ਨੰਬਰ ਕੁਐਸਚਨ ਬੋਲਡ ਕੀਤਾ ਹੋਇਆ ਮੈਕਸਿਮਮ ਕਨਫਿਊਜ਼ਨ ਇੱਥੇ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਯੋਗਤਾ ਆ ਗਈ ਜੀ ਕਿੰਨੀ ਕਿੰਨੀ ਹੋਰੀ ਯੋਗਤਾ ਹੋਣੀ ਚਾਹੀਦੀ ਹੈ ਇਹ ਤੁਹਾਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਅੱਗੇ ਦੇਖੋ ਕਿੰਨੀ ਸਮੇ ਤੱਕ ਕਰੋ ਜਿਹੜਾ ਰਹਿ ਸਕਦਾ ਹੈ 65 ਸਾਲ ਦੇਖੋ ਉਹਨਾਂ ਦੀ ਉਮਰ ਦਿੱਤੀ ਹੋਈ ਹੈ ਇਸ ਸਰਵੋਚ ਅਦਾਲਤ ਦੀ ਗੱਲ ਚੱਲ ਰਹੀ ਹੈ ਜੀ ਸਰਵੋਚ ਅਦਾਲਤ ਦੀ ਹਜੇ ਗੱਲ ਚੱਲ ਰਹੀ ਹੈ ਉਸ ਤੋਂ ਬਾਅਦ ਜਿਹੜੀਆਂ ਹੋਰ ਰਾਜਾਂ ਦੀਆਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੀ ਗੱਲ ਆਪਾਂ ਬਾਅਦ ਚੋਂ ਕਰਦੇ ਹਾਂ ਠੀਕ ਹੈ ਰਿਟਾਇਰ ਹੋਣ ਤੋਂ ਬਾਅਦ ਉਹ ਕਿਤੇ ਵੀ ਵਕਾਲਤ ਨਹੀਂ ਕਰ ਸਕਦਾ ਦੇਖ ਲਓ ਇਹ ਸਾਰੀ ਇਹ ਪੂਰੀ ਡਿਟੇਲ ਹੈ 17 ਕੁਐਸਚਨ ਜਿਹੜੇ ਇਹ ਮੈਂ ਬਣਾਏ ਨੇ ਠੀਕ ਹੈ ਤੇ ਲਾਸਟ ਵਿੱਚ ਜਿਹੜਾ ਮੁੱਖ ਚੀਫ ਜਸਟਿਸ ਤੁਹਾਡਾ ਉਸ ਟਾਈਮ ਦਾ ਮੌਜੂਦਾ ਹੈਗਾ ਇਹ ਤੁਸੀਂ ਨੈਟ ਤੋਂ ਸਰਚ ਕਰਕੇ ਇਹ ਨੋਟ ਕਰਕੇ ਲੈ ਕੇ ਜਾਣਾ ਕਿਉਂਕਿ ਕਈ ਵਾਰੀ ਇਹ ਕੁਐਸਚਨ ਮੌਜੂਦਾ ਪੁੱਛ ਲਿਆ ਜਾਂਦਾ ਹੈ ਇਹ ਹੁਣ ਮੈਨੂੰ ਨਹੀਂ ਪਤਾ ਇਹ ਨੋਟਸ ਕਦੋਂ ਕੌਣ ਕਦੋਂ ਪੜ ਰਿਹਾ ਹੈ ਤੇ ਇਹ ਜਿਹੜੇ ਜੱਜ ਹੈਗੇ ਨੇ ਉਹ ਚੀਫ ਜਸਟਿਸ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ ਹੈਗਾ ਇਸ ਕਰਕੇ ਮੈਂ ਜਿੱਥੋਂ ਤੱਕ ਕਰਦੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਲਾਸਟ ਜੱਜ ਤੱਕ ਜਦੋਂ ਮੈਂ ਨੋਟਸ ਇਹ ਤਿਆਰ ਕਰੇ ਸੀ ਉਦੋਂ ਤੱਕਰ ਦਾ ਬਣਾਇਆ ਹੈ ਪਰ ਤੁਸੀਂ ਇਹਨਾਂ ਨੂੰ ਜਿਹੜਾ ਲਾਸਟ ਮੌਜੂਦਾ ਜੱਜ ਹੈ ਉਸ ਨੂੰ ਇੱਕ ਵਾਰੀ ਸਰਚ ਸ਼ੁਰੂ ਕਰਕੇ ਜਾਣਾ ਹੈ ਠੀਕ ਹੈ ਜੀ ਇਹ ਸਾਰੇ ਜੱਜਾਂ ਦੇ ਬਾਰੇ ਹੈ ਆ ਦੇਖੋ ਹਾਈ ਕੋਰਟ ਸ਼ੁਰੂ ਹੋਗੀ ਇਹ ਉਹਨ shear 214 ਦੇ ਤਹਿਤ ਆਂਦੀ ਹੈ ਠੀਕ ਇਹਨਾਂ ਦੀਆਂ ਦੇਖੋ ਯੋਗਤਾਵਾਂ ਕਿੰਨੀ ਉਮਰ ਹੈ ਕੌਣ ਸੋਹ ਚਕੰਦਾ ਹੈ ਸਾਰੀ ਡਿਟੇਲ ਇੱਥੇ ਤੁਸੀਂ ਇਹ ਪੜ ਸਕਦੇ ਹੋ ਪੂਰੀ ਡਿਟੇਲ ਇੱਥੇ ਦੇਖੋ ਜੀ ਦਿੱਤੀ ਹੋਈ ਹੈ ਫੁੱਲ ਡਿਟੇਲ ਇਹਨੂੰ ਮੈਂ ਇੱਥੇ ਰੋਕ ਦਿੱਤਾ ਤੁਸੀਂ ਇਹਦੇ ਵਿੱਚੋਂ ਤੁਸੀਂ ਵੀ ਇੱਥੇ ਇਹਨੂੰ ਰੋਕ ਕੇ ਇਹਦੇ ਵਿੱਚੋਂ ਡਿਟੇਲ ਜਿਹੜੀ ਹੈਗੀ ਆ ਉਹ ਪੜ ਸਕਦੇ ਹੋ ਠੀਕ ਹੈ ਅੱਗੇ ਦੇਖਦੇ ਆਪਾਂ ਵਿਧਾਨ ਪ੍ਰੀਸ਼ਦ ਵਿધાન ਪ੍ਰੀਸ਼ਦਾਂ ਵੀ ਹੈਗੀਆਂ ਨੇ ਤੇ ਉਹਨਾਂ ਦੇ ਬਾਰੇ ਵੀ ਡਿਟੇਲ ਡਿਟੇਲ ਇੱਥੇ ਆਪਾਂ ਦਿੱਤੀ ਹੋਈ ਹੈ ਕਿੰਨੇ ਵਿਧਾਨ ਪ੍ਰੀਸ਼ਦ ਦੇ ਕਿੰਨੇ ਮੈਂਬਰ ਨੇ ਕੀ ਸਾਰੀ ਹੋਰੀ ਡਿਟੇਲ ਜਿਹੜੀ ਹੈਗੀ ਆ ਉਹ ਵਰਣਨ ਦੇ ਇੱਥੇ ਕੀਤੀ ਗਈ ਹੈ ਠੀਕ ਹੈ ਜੀ ਅੱਗੇ ਆ ਗਿਆ ਵਿਧਾਨ ਸਭਾ ਬਾਰੇ ਵਿਧਾਨ ਸਭਾ ਦੇਖੋ ਕਿੰਨਾ ਰਿਹ ਕਾਰਜਕਾਲ ਹੁੰਦਾ ਦੇਖੋ 5 ਸਾਲ ਦਾ ਹੁੰਦਾ ਠੀਕ ਹੈ ਵੱਧ ਤੋਂ ਵੱਧ ਮੈਂਬਰ ਕਿੰਨੇ ਹੋ ਸਕਦੇ ਆ ਘੱਟ ਤੋਂ ਘੱਟ ਕਿੰਨੇ ਹੋ ਸਕਦੇ ਘੱਟ ਤੋਂ ਘੱਟ ਦੇਖੋ 60 ਮੈਂਬਰ ਹੋ ਸਕਦੇ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਠੀਕ ਹੈ ਇਹ ਸਾਰੀ ਇਹ ਡਿਟੇਲ ਇਹਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਇਹਨਾਂ ਨੂੰ ਜਿਵੇਂ ਮੈਂ ਸਟਾਪ ਕੀਤਾ ਸਟਾਪ ਕਰਕੇ ਨੋਟ ਕਰ ਸਕਦੇ ਹੋ ਸਦਨ ਦੇ ਬੈਠਕਾਂ ਦੇ ਕਿੰਨੇ ਨਾਲ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਕੋਰਮ ਕਿਦਾਂ ਹੁੰਦਾ 1/10 ਪ੍ਰਧਾਨਗੀ 1/10 ਨਾਲ ਸ਼ੁਰੂ ਹੋ ਸਕਦੀ ਹੈ ਠੀਕ ਇਹ ਸਾਰੀ ਇਹਦਾ ਕੋਰਮ ਕਿੰਨਾ ਹੁੰਦਾ ਹੈ ਕੋਰਮ ਹੋਣ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ ਹੈ ਸਾਰੀ ਡਿਟੇਲਿੰਗ ਇਹਦੀ ਦਿੱਤੀ ਹੋਈ ਹੈ ਅੱਗੇ ਆ ਗਿਆ ਕੇਂਦਰ ਰਾਜ ਸੰਸਥਾਨ ਮਤਲਬ ਕਿ ਕੇਂਦਰ ਦੇ ਵਿੱਚ ਕਈ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਕਈ ਤਰ੍ਹਾਂ ਦੇ ਇਹਦੇ ਵਿੱਚ ਜਿਵੇਂ ਸੰਘ ਸੂਚੀ ਹੈ ਅ ਮਤਲਬ ਕਿ ਸੰਗ ਸੰਗ ਸੂਚੀ ਆ ਉਹਦੇ ਵਿੱਚ ਕਿੰਨੇ ਵਿਸ਼ੇ ਆਉਂਦੇ ਨੇ ਠੀਕ ਹੈ ਤੇ ਕਿਹੜੇ-ਕਿਹੜੇ ਇੰਪੋਰਟੈਂਟ ਵਿਸ਼ੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਇਹਨਾਂ ਬਾਰੇ ਐਕਸਪਲੇਨ ਕੀਤਾ ਸੀ ਪਹਿਲਾਂ ਕਿੰਨੇ ਵਿਸ਼ੇ ਆਉਂਦੇ ਸੀ ਤਾਂ ਹੁਣ ਕਿੰਨੇ ਆਉਂਦੇ ਆ ਹੁਣ ਜਿਵੇਂ ਮੈਂ ਤੁਹਾਨੂੰ ਦੱਸਦਾ 100 ਵਿਸ਼ੇ ਆਉਂਦੇ ਆ ਉਹ ਕਿਹੜੇ-ਕਿਹੜੇ 100 ਵਿਸ਼ੇ ਆ ਰੱਖਿਆ ਦਾ ਵਿਦੇਸ਼ੀ ਮਾਮਲਿਆਂ ਦਾ ਯੁੱਧ ਦਾ ਮਾਮਲਾ ਹੋ ਗਿਆ ਜੇ ਕੋਈ ਠੀਕ ਹੈ ਇਹ ਦੇਖੋ ਆਪਾਂ ਡਾਕ ਤਾਰ ਦਾ ਮਾਮਲਾ ਹੈਗਾ ਟੈਲੀਫੋਨ ਵਿਭਾਗ ਹੈ ਇਹ ਸਾਰੇ ਜਿਹੜੇ ਇਹਦੇ ਵਿੱਚ ਆਉਂਦੇ ਆ ਰਾਜਿਆਂ ਕੋਲ ਕੀ ਕੀ ਪਾਵਰ ਰਾਜਾਂ ਕਿਦਾਂ ਕਿਹਨਾ ਤੇ ਕਾਨੂੰਨ ਬਣਾ ਸਕਦੀਆਂ ਦੇਖੋ 66 ਵਿਸ਼ੇ ਦੇ ਵਿੱਚ ਆਉਂਦੇ ਠੀਕ ਹੈ ਟੂਨ ਲਗਾਨ ਇਕੱਠਾ ਕਰਨਾ ਲੋਕ ਵਿਵਸਥਾ ਕਰਨਾ ਪੁਲਿਸ ਵਾਰੇ ਜੋ ਹੈ ਉਹਨਾਂ ਦੇ ਕੋਲ ਲੋਕ ਲੋਕਾਂ ਦੀ ਸਿਹਤ ਬਾਰੇ ਜੋ ਹੈ ਇਸ ਤਰ੍ਹਾਂ ਦੇ ਜਿਹੜੇ ਹੈਗਾ ਸਿੰਚਾਈ ਦੀ ਵਿਵਸਥਾ ਕਰਨਾ ਇਹ ਰਾਜ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਹੁਣ ਅੱਗੇ ਆ ਗਿਆ ਸੰਵੱਤੀ ਸੂਚੀ ਸੰਵੱਤੀ ਸੂਚੀ ਚ ਦੇਖੋ 52 ਵਿਸ਼ੇ ਆਉਂਦੇ ਆ ਜੀ ਠੀਕ ਹੈ ਤੇ ਇਹ ਕਿਹੜੇ ਕਿਹੜੇ ਵਿਸ਼ੇ ਆ ਦੇਖੋ کارਖਾਨਾ ਸਿੱਖਿਆ ਠੀਕ ਹੈ ਤੇ ਜਨਸੰਖਿਆ ਨਿਰਧਾਰਨ ਕਰਨਾ ਠੀਕ ਹੈ ਸਮਾਚਾਰ ਪੱਤਰ ਇਹ ਵਿਸ਼ੇ ਹੁੰਦੇ ਆ ਇਸ ਸੰਵਰਤੀ ਸੂਚੀ ਉਹ ਹੁੰਦੀ ਹੈ ਜਿਹਦੇ ਵਿੱਚ ਦੋਨੇ ਕਾਨੂੰਨ ਬਣਾ ਸਕਦੇ ਆ ਰਾਜ ਵੀ ਬਣਾ ਸਕਦਾ ਤੇ ਕੇਂਦਰ ਵੀ ਬਣਾ ਸਕਦਾ ਪਰ ਜੇ ਮਤਲਬ ਕਿ ਜਿਹੜੀ ਜ਼ਿਆਦਾ ਪਾਵਰ ਹੈ ਉਹ ਦੇਖੋ ਰਾਜ ਦੀ ਰਾਜ ਦੇ ਇਲਾਵਾ ਮਤਲਬ ਕਿ ਕੇਂਦਰ ਦੀ ਹੋਈ ਜ਼ਿਆਦਾ ਪਾਵਰ ਠੀਕ ਹੈ ਜੇ ਹੁਣ ਅੰਦਰ ਕੋਈ ਵਾਦ-ਵਿਵਾਦ ਹੋ ਜਵੇ ਆਮਦਨ ਕਰ ਅਗਲਾ ਦੇਖੋ ਸੰਵਿਧਾਨ ਦੇ 42ਵੇਂ ਸੋਧ ਦੁਆਰਾ ਵਰਣ ਸਿੱਖਿਆ ਜਨਸੰਖਿਆ ਕੰਟਰੋਲ ਤੇ ਆ ਦੇਖੋ ਇਹ ਜਿਹੜੇ ਹੈਗੇ ਸੰਘ ਦੇ ਆਮਦਨ ਦੇ ਕਰਨ ਨਿਧਾਰਤ ਬਾਜ਼ਾਰ ਆ ਦੇਖੋ ਇਹ ਸੋਧ ਕੀਤੀ ਗਈ ਹੈ ਇਸ ਦੇ ਵਿੱਚ ਇਹ ਵਿਸ਼ੇ ਜਿਹੜੇ ਹੈਗੇ ਤੁਹਾਨੂੰ ਦੱਸਿਆ ਵੀ ਇੰਟਰਚੇਂਜ ਕਰ ਦਿੱਤੇ ਗਏ ਕੁਝ ਵਿਸ਼ੇ ਠੀਕ ਹੈ ਡਿਟੇਲ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਅੰਤਰਰਾਜ ਪ੍ਰਦੇਸ਼ ਪ੍ਰੀਸ਼ਦ ਹੈ ਇਸ ਵਾਰੇ ਦੇਖੋ ਬੁਰੀ ਡਿਟੇਲ ਦੇਖੋ ਇਹਦੀ ਬਾਰੇ ਦਿੱਤੀ ਹੋਈ ਹੈ ਇੱਥੋਂ ਤੁਸੀਂ ਇਹਰਾ ਇੱਥੇ ਇਸ ਜਗ੍ਹਾ ਤੇ ਇਸ ਨੂੰ ਸਟਾਪ ਕਰਕੇ ਤੁਸੀਂ ਨੋਟ ਕਰ ਸਕਦੇ ਹੋ ਉਸ ਤੋਂ ਆ ਆ ਗਿਆ ਯੋਜਨਾ ਯੋਗ ਠੀਕ ਜਿਵੇਂ ਯੋਜਨਾ ਯੋਗ ਕਦੋਂ ਸਥਾਪਿਤ ਹੋਇਆ ਠੀਕ ਹੈ ਪਲੈਨਿੰਗ ਕਮਿਸ਼ਨ ਜਿਹਨੂੰ ਆਪਾਂ ਬੋਲਦੇ ਆ ਠੀਕ ਹੈ 15 ਮਾਰਚ 1950 ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ਯੋਜਨਾ ਆਯੋਗ ਦੀ ਸਥਾਪਨਾ ਕੀਤੀ ਗਈ। ਕਈ ਵਾਰੀ ਇਹ ਪੁੱਛਣ ਪੁੱਛ ਰਹੇ ਹੁੰਦੇ ਆ ਕਿ ਯੋਜਨਾ ਆਯੋਗ ਦਾ ਵਰਣਨ ਸੰਵਿਧਾਨ ਵਿੱਚ ਹੈ ਤਾਂ ਤੁਸੀਂ ਆਨਸਰ ਦੇਣਾ ਨਹੀਂ। ਕਿਉਂ ਨਹੀਂ? ਕਿਉਂਕਿ ਦੇਖੋ ਸੰਵਿਧਾਨ ਬਣਿਆ ਲਾਗੂ ਹੋਇਆ 26 ਜਨਵਰੀ 1950 ਨੂੰ ਇਹ ਦੇਖੋ ਬਣ ਕਦੋਂ ਰਿਹਾ ਇਹ ਇਹ 15 ਮਾਰਚ 1952 ਨੂੰ ਬੰਦ ਹੋ ਗਿਆ। ਤਾਂ ਫਿਰ ਨੈਚੁਰਲੀ ਗੱਲਾਂ ਨਹੀਂ ਹੋਏਗਾ। ਦੇਖੋ ਯੋਜਨਾ ਆਯੋਗ ਦੇ ਪਹਿਲੇ ਚੇਅਰਮੈਨ ਪੁੱਛ ਲੈਂਦੇ ਨੇ ਜੀ। ਮੰਡਲ ਜਵਾਲਾ ਨਹਿਰੂ ਹੀ ਸਨ। ਵਰਤਮਾਨ ਨਰਿੰਦਰ ਮੋਦੀ ਜੀ ਨੇ। ਠੀਕ ਹੈ ਪਰ ਹੁਣ ਇਹ ਜਿਹੜਾ ਯੋਜਨਾ ਆਯੋਗ ਇਹ ਬਦਲ ਗਿਆ ਜੀ। ਹੁਣ ਇੱਥੇ ਗੱਲ ਨੂੰ ਓਟ ਰ ਯਾਦ ਕਰਨੀ ਹੈ ਯੋਜਨਾ ਆਯੋਗ ਬਦਲ ਗਿਆ ਹੈ। ਹੁਣ ਇਸ ਦਾ ਨਾਮ ਨੀਤੀ ਆਯੋਗ ਹੋ ਗਿਆ ਹੈ ਨੀਤੀ ਉਦਯੋਗ ਉਹਨ ਯੋਜਨਾ ਆਯੋਗ ਨੂੰ ਤੁਸੀਂ ਭੁੱਲ ਜਾਣਾ ਹੈ ਨੀਤੀ ਦਿਓ ਆਯੋਗ ਜਦਗੀ ਯਾਦ ਰੱਖਣਾ ਹੈ ਤੇ ਨੀਤੀ ਯੋਗ ਬਾਰੇ ਕੀ ਹੈ ਨੀਤੀ ਯੋਗ ਦੀ ਪਹਿਲੀ ਮੀਟਿੰਗ ਜਿਹੜੀ ਹੈਗੀ ਹੈ 6 ਫਰਵਰੀ 2015 ਵਿੱਚ ਹੋਈ ਠੀਕ ਹੈ ਇਹਦੀ ਡਿਟੇਲਿੰਗ ਹੈਗੀ ਹੈ फिर इतों नीति योग बारे भी पढ़ सकते हो लिखा हुआ, हुआ नीति योग बारे उस तो बार, अगे है राष्ट्रीय विधान परिषद एन डी सी नैशनल डिवेलपमेंट कौंसल राष्ट्रीय विकास परिषद राष्ट्रीय विकास परिषद एन डी सी नैशनल डिवैलपमेंट कौंसल ये बारे देखो की डिटेल है कदों इसकी जीड़ी हैगी स्थापना हुई छे ਅਗਸਤ 1952 ਨੂੰ ਰਾਸ਼ਟਰੀ ਵਿਕਾਸ ਪਰਿਸ਼ਦ ਦਾ ਗਠਨ ਕੀਤਾ ਗਿਆ ਠੀਕ ਹੈ ਇਹ ਵਿਕਾਸ ਪਰਿਸ਼ਦ ਕੀ ਹੈ ਇਹ ਮਤਲਬ ਕਿ ਆਪਣੀਆਂ ਯੋਜਨਾਵਾਂ ਜੋ ਦਿੰਦੇ ਹਨ ਕਿ ਕਿਸ ਤਰ੍ਹਾਂ ਵਿਕਾਸ ਹੋਣਾ ਚਾਹੀਦਾ ਹੈ ਉਸ ਬਾਰੇ ਜਿਹੜਾ ਹੈਗਾ ਡਿਟੇਲ ਦੇਖੋ ਇਹਦੀ ਗੱਲ ਕੀਤੀ ਹੋਈ ਹੈ ਅੱਗੇ ਹੈ ਇਸ ਤੋਂ ਇੰਪੋਰਟੈਂਟ ਹੈ ਹੋਰ ਵੀ ਉਹ ਹੈ ਲੋਕ ਸੇਵਾ ਆਯੋਗ ਪਬਲਿਕ ਸਰਵਿਸ ਕਮਿਸ਼ਨ ਦੇਖੋ ਇਹ ਵੀ ਬੜਾ ਇੰਪੋਰਟੈਂਟ ਹੈ ਇਹ ਜਿਹੜਾ 1926 ਨੂੰ ਲੋਕ ਸੇਵਾ ਯੋਗ ਦੀ ਸਥਾਪਨਾ ਕੀਤੀ ਗਈ। ਪਹਿਲੀ ਵਾਰ ਹੀ ਠੀਕ ਹੈ ਉਸ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਜਿਹੜਾ ਹੈਗਾ ਕੌਣ ਕਰਦਾ ਹੈ ਇਹ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਡਿਟੇਲਿੰਗ ਹੈ ਕਿੰਦਾ ਜਿਹੜਾ ਇਹਦਾ ਚੇਅਰਮੈਨ ਆ ਉਸ ਦੀ ਨਿਯੁਕਤੀ ਦਾ ਕਿੰਨੇ ਸਾਲ ਤੱਕ ਹੋ ਰਹਿ ਸਕਦਾ ਹੈ ਠੀਕ ਹੈ ਕਿੰਨੇ ਉਹਦੇ ਵਿੱਚ ਮੈਂਬਰ ਹੁੰਦੇ ਨੇ 10 ਮੈਂਬਰ ਹੁੰਦੇ ਨੇ ਦੇਖੋ 6 ਸਾਲ ਤੱਕ ਕਰ ਮਤਲਬ ਕਿ ਜਿਹੜਾ ਉਹਦਾ ਚੇਅਰਮੈਨ ਆ ਉਹ ਆਪਣੇ ਪਦ ਤੇ ਰਹਿ ਸਕਦਾ ਠੀਕ ਹੈ ਇਹਦੇ ਬਾਰੇ ਹੋਰ ਜੋ ਤੁਸੀਂ ਡਿਟੇਲ ਜਿੰਨੀ ਵੀ ਦੇਖਣੀ ਚਾਹੋ ਦੇਖ ਸਕਦੇ ਹੋ ਕਿੰਨੀ ਤਨਖਾਹ ਮਿਲਦੀ ਹੈ ਇਹਨਾਂ ਦੀ ਤਨਖਾਹ ਸਰਵੋੱਚ ਅਦਾਲਤ ਜਾਂ ਉੱਚ ਅਦਾਲਤ ਦੇ ਜੱਜ ਜਿੰਨੀ ਹੁੰਦੀ ਹੈ ਦੇਖੋ ਠੀਕ ਹੈ ਜਗਾ ਸੈਂਟਰ ਦੇ ਵਿੱਚ ਉਹ ਹੈਗਾ ਚੇਅਰਮੈਨ ਤਾਂ ਉਸ ਦੀ ਰਿਟਾਇਰਮੈਂਟ ਏਜ 65 ਹੈ ਜੇ ਉਹ ਰਾਜਾਂ ਦੇ ਵਿੱਚ ਹੈਗਾ ਉਹ ਚੇਅਰਮੈਨ ਤਾਂ ਉਸ ਦੀ 6 ਸਾਲ ਦੀ 6 ਸਾਲ ਦੀ ਹੈ ਭਾਤੇ ਮਤਲਬ ਕੀ ਹੋਰੀ ਜਿਹੜੀ ਲਾਸਟ ਉਮਰ ਹੈ ਮਤਲਬ ਕਿ ਵੱਧ ਤੋਂ ਵੱਧ ਪਦਵੀ ਤੇ ਉਹ 62 ਸਾਲ ਤੱਕ ਜਿਹੜਾ ਰਹਿ ਸਕਦਾ ਠੀਕ ਹੈ ਰਹਿ ਦੋਨੇ 66 ਸਾਲ ਸਕਦੇ ਆ ਤੇ ਮਤਲਬ ਕੀ ਜਿਹੜੀ ਹੈਗੀ ਉਮਰ ਦੀ ਹੱਦ ਦੱਸੀ ਹੋਈ ਹੈ ਉਹਨੇ ਦੀ 65 ਸੈਂਟਰ ਵਾਲਾ ਜੋ ਹੈ ਚੇਅਰਮੈਨ ਤੇ ਜਿਹੜਾ ਮਤਲਬ ਕੀ ਰਾਜਾਂ ਦਾ ਚੇਅਰਮੈਨ ਹੈਗਾ ਉਸ ਦੀ 68 ਸਾਲ ਜਰੀ ਹੈਗੀ ਉਮਰ ਬੰਦੀ ਹੈ ਅਗੇ ਹੈ ਚੀਫ ਇਲੈਕਸ਼ਨ ਕਮਿਸ਼ਨਰ ਬਾਰੇ ਹੈ ਸੁਖਮਾਰ ਸੇਨ ਜਿਹੜੇ ਸੀ 21 ਮਾਰਚ 1950 ਤੋਂ 19 ਦਸੰਬਰ 1958 ਤੱਕ ਜਿਹੜੇ ਹੈਗੇ ਪਹਿਲੇ ਜਿਹੜੇ ਹੈਗੇ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਹਨ ਇਹ ਵੀ ਤੁਸੀਂ ਨੋਟ ਕਰ ਲੈਣਾ ਚੀਫ ਇਲੈਕਸ਼ਨ ਕਮਿਸ਼ਨਰ ਹਰ ਵਾਰੀ ਬਦਲਦੇ ਰਹਿੰਦੇ ਨੇ ਇਹ ਜਦੋਂ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਨਾਲ ਦੇ ਨਾਲ ਇਸ ਨੂੰ ਕਰਕੇ ਤੁਸੀਂ ਨੋਟ ਕਰਕੇ ਜਦੋਂ ਮੈਂ ਨੋਟਸ ਤਿਆਰ ਕਰੇ ਸੀ ਉਸ ਟਾਈਮ ਵਰਤਮਾਨ ਤਹੀਵੇਂ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਨ ਸੁਨੀਲ अरोड़ा ਜੀ ਸਨ ਠੀਕ ਹੈ ਨਾ ਤੇ ਜਿਹੜੇ ਹੁਣ ਨਵੇਂ ਹੁਣ ਆਂਦੇ ਜਾਂਦੇ ਨੇ ਅੱਗੇ ਕੋਈ ਹੋਰ ਆ ਗਿਆ ਤਾਂ ਤੁਸੀਂ ਉਹਨਾਂ ਮੌਕੇ ਤੇ ਤੁਸੀਂ ਨੋਟ ਕਰ ਲੈਣੇ ਆ। ਹੁਣ ਇੱਥੇ ਵੀ ਖੁਰ ਇੰਪੋਰਟੈਂਟ ਚੀਜ਼ ਹੈ ਰਾਸ਼ਟਰੀ ਜਿਹੜੇ ਆਪਣੇ ਰਾਜਨੀਤਿਕ ਦਲ ਨੇ ਉਹਨਾਂ ਦੇ ਚਿੰਨ੍ਹ ਦੱਸੋ ਜੀ ਕੀ ਕੀ ਨੇ। ਇਹ ਵੀ ਬੜੀ ਵੱਡੀ ਵਾਰੀ ਕੁਐਸਚਨ ਪੁੱਛਿਆ ਲਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਦੇ ਕੋਲ ਕਮਲ ਫੁੱਲ ਕਮਲ ਦਾ ਨਿਸ਼ਾਨ ਆ ਉਹਨਾਂ ਦਾ ਭਾਰਤੀ ਰਾਸ਼ਟਰੀ ਕਾਂਗਰਸ ਪੰਜਾਏ ਰਾਸ਼ਟਰੀ ਸਮਾਜਵਾਦੀ ਦਲ ਦਾਤੀ ਬੱਲੀ ਹੈ। ਰਾਸ਼ਟਰੀ ਕਾਂਗਰਸ ਪਾਰਟੀ ਘੜੀ ਦਾ ਹੈਗਾ। ਉਸ ਤੋਂ ਬਾਅਦ ਹੈਗਾ ਭੌਜਨ ਸਮਾਜ ਪਾਰਟੀ ਹਾਥੀ ਹੈ ਮਾਰਕਸਵਾਦੀ ਸਮਾਜਵਾਦੀ ਪਾਰਟੀ ਦਾਤੀ ਥੋੜਾ ਟਾਰ ਠੀਕ ਹੈ ਇਹ ਤੁਸੀਂ ਨੋਟ ਕਰ ਲੈਣੇ ਇਹਨਾਂ ਦੇ ਦੇਖੋ ਈਵੀਐਮ ਇਲੈਕਟ੍ਰੋ ਇਲੈਕਟ੍ਰੋਨਿਕ voting machine ਬਾਰੇ ਵੀ ਕੁਐਸਚਨ ਚੁਲਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਜੀ ਇਹਦਾ ਪ੍ਰਯੋਗ ਕਿੱਥੇ ਹੋਇਆ ਠੀਕ ਹੈ machine ਦਾ ਪ੍ਰਯੋਗ ਕਰਨ ਵਾਲਾ ਰਾਜ ਕੇਰਲ ਸੀ ਜਿੱਥੇ ਵਿਧਾਨ ਸਭਾ ਉਪ ਚੋਣ ਅਪ੍ਰੈਲ 1900 ਜਿਹੜੇ ਹੈਗੇ 82 ਦੇ ਵਿੱਚ ਕੋਈ ਸਨ ਠੀਕ ਹੈ ਇਸ ਮਸ਼ੀਨ ਦਾ ਪ੍ਰਯੋਗ ਕਰਕੇ ਆ ਪੂਰਾ ਚੋਣ ਆਬ ਕਰਵਾਉਣ ਵਾਲਾ ਪਹਿਲਾ ਰਾਜ ਗੋਆ ਸੀ ਜੇ ਪਹਿਲਾ ਰਾਜ ਪੁੱਛ ਲਵੇ ਪੂਰਾ ਜਿਹ ਪੂਰਾ ਚੋਣ ਹੋਇਆ ਜਿੱਥੇ ਪੂਰਾ ਠੀਕ ਹੈ ਉਹ ਗੋਆ ਲਿਖਣਾ ਜੇ ਤੁਸੀਂ ਲਿਖਣਾ ਆ ਦੇਖੋ ਕੇਰਲਾ ਦੇ ਵਿੱਚ ਵੈਸੇ ਪਹਿਲੀ ਵਾਰੀ ਕੇਰਲਾ ਦੇ ਵਿੱਚ ਹੋਇਆ ਵਿਧਾਨ ਸਭਾ ਦੇ ਉਪ ਚੋਣ ਹੋਏ ਸੀ ਉੱਥੇ ਉਪ ਚੋਣ ਉਪ ਚੋਣ ਤੇ ਪੂਰੇ ਚੋਣ ਆਬ ਦੇ ਵਿੱਚ ਫਰਕ ਹੈ ਠੀਕ ਹੈ ਨੋਟ ਕਰ ਲੈਣਾ ਇਸ ਨੂੰ ਰਾਜਪਾਲ ਜਾਂ ਗਵਰਨਰ ਬਾਰੇ ਆ ਦੇਖੋ ਰਾਜਪਾਲ ਗਵਰਨਰ ਕਿਦਾਂ ਕਿਹੜੇ ਐਕਟ ਦੇ ਤਹਿਤ ਆਉਂਦੇ ਨੇ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਧਾਰਾ 370 ਲੱਗੀ ਹੋਈ ਹੈ ਮਤਲਬ ਕਿ ਹੁਣ ਚਲੋ ਖਤਮ ਕਰ ਦਿੱਤੀ ਗਈ ਹੈ ਮਤਲਬ ਕਿ ਨੋਟਸ ਥੋੜੇ ਜਿਹਾ ਪਹਿਲਾਂ ਦੇ ਲਿਖੇ ਹੋਏ ਆ ਉਸ ਬਾਰੇ ਉਸ ਤਰ੍ਹਾਂ ਦਾ ਤਾਂ ਉਸ ਤਰ੍ਹਾਂ ਲਿਖਿਆ ਹੋਇਆ ਹੈ ਅੱਗੇ ਦੇਖੋ ਵਰਤਮਾਨ ਸਮੇਂ ਹੁਣ 2019 ਵਿੱਚ ਜੰਮੂ ਕਸ਼ਮੀਰ ਤੇ ਲਦਾਖ ਖਾ ਨੂੰ ਕੇਂਦਰ शासित प्रदेश घोषित ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਅਤੇ ਲਦਾਖ ਦੀ ਰਾਜਧਾਨੀ ਲੇਹ ਆ ਦੇਖੋ ਨਾਲ ਦੇ ਨਾਲ ਦੇਖੋ ਇਹ ਮੈਂ ਡਿਟੇਲ ਇਹਦੇ ਵਿੱਚ ਲਿਖਣ ਦੀ ਦੇਖੋ ਕੋਸ਼ਿਸ਼ ਕੀਤੀ ਹੈ ਠੀਕ ਹੈ ਜਿਹੜੀ ਇਹ ਧਾਰਾ हटाई ਗਈ ਹੈ 370 ਇਹਦੀ ਵੀ ਡਿਟੇਲ ਲਿਖੀ ਹੈ ਇਹ ਅਨੁਸ਼ੇਦ ਹੁਣ 35ਏ ਤੇ ਤਹਿਤ हटाई ਗਈ ਹੈ ਇਸ ਐਕਟ ਦੇ ਤਹਿਤ हटाई ਗਈ ਹੈ 35ਏ ਦੇ ਤਹਿਤ हटाई ਗਈ ਹੈ ਇਸ ਵਾਰ ਵੀ ਡਿਟੇਲ ਤੁਸੀਂ ਇੱਥੋਂ ਜਿਹੜੀ ਹੈਗੀ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ ਅਟਾਰਨੀ ਜਰਨਲ ਆਫ ਇੰਡੀਆ ਆ ਗਿਆ ਜੀ ਠੀਕ ਹੈ ਪਹਿਲਾ ਅਟਾਰਨੀ ਜਰਨਲ ਨੋਟ ਕਰ ਲੋ ਹੂਣ ਵਾਲਾ ਅਟਾਰਨੀ ਜਰਨਲ ਕਰ ਲੋ ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਕਾਰਜਕਾਲ ਹੈਗਾ ਉਹ ਨੋਟ ਕਰ ਲੋ ਤੇ ਅ ਦੇਖੋ ਇਹ ਜਿਹੜੀ ਸਾਰੀ ਡਿਟੇਲਿੰਗ ਜਿਹੜੀ ਹੈਗੀ ਹੈ ਤੁਸੀਂ ਇਹਦੇ ਵਿੱਚ ਨੋਟ ਕਰ ਸਕਦੇ ਹੋ ਠੀਕ ਹੈ ਅੱਗੇ ਦੇਖੋ ਇਹ 컨트롤ਰ ਆਰ ਐਡੀਟਰ ਜਰਨਲ ਆਫ ਇੰਡੀਆ ਅਨੁਛੇਦ 148 ਦੇ ਵਿੱਚ ਆਂਦਾ ਹੈ ਇਸ ਨੂੰ ਸੀ ਏ ਜੀ ਕੈਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ 6 ਸਾਲ ਦੀ ਏਰੀਆ ਅਵਧੀ ਹੁੰਦੀ ਹੈ ਜੀ ਤੇ ਵੱਧ ਤੋਂ ਵੱਧ 65 ਸਾਲ ਤੱਕ ਆਪਣੇ ਅਹੁਦੇ ਤੇ ਜੜਾ ਹੈਗਾ ਰਹਿ ਸਕਦਾ ਪਹਿਲਾ ਕੌਣ ਸੀ ਤੇ ਹੁਣ ਵਾਲਾ ਵਰਤਮਾਨ ਵਾਲਾ ਵੀ ਤੁਸੀਂ ਨੋਟ ਕਰਕੇ ਲੈ ਕੇ ਜਾਣਾ ਹੈ ਠੀਕ ਹੈ ਅੱਗੇ ਦੇਖੋ ਲੋਕ ਅਦਾਲਤਾਂ ਲੋਕ ਅਦਾਲਤਾਂ ਬਾਰੇ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਫੈਸਲਾ ਤੁਰੰਤ ਸੁਣਾਇਆ ਜਾਂਦਾ ਦੇਖੋ ਇਹਨਾਂ ਦੇ ਤਹਿਤ ਪਹਿਲੀ ਲੋਕ ਅਦਾਲਤ ਕਦੋਂ ਲੱਗੀ ਠੀਕ ਹੈ ਪਹਿਲੀ ਲੋਕ ਅਦਾਲਤ ਦੇਖੋ ਦਿੱਲੀ ਵਿਖੇ 14 ਮਾਰਚ 1982 ਦੇ ਵਿੱਚ ਲਗਾਈ ਗਈ ਸੀ ਹੋਰ ਲੋਕ ਅਦਾਲਤਾਂ ਬਾਰੇ ਦੇਖੋ ਕਨਸੈਪਟ ਕਿੰਨੇ ਦਿੱਤਾ ਹੈ ਇਹਦੇ ਬਾਰੇ ਸਾਰੀ ਦੇਖੋ ਇਹ ਵਿੱਚ ਜਿਹੜੀ ਡਿਟੇਲ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈ 5ਵੇਂ ਨੰਬਰ ਤੇ ਹੈ ਮੰਡਲ ਕਮਿਸ਼ਨ ਮੰਡਲ ਕਮਿਸ਼ਨ ਬਾਰੇ ਵੀ ਕੁਐਸਚਨ ਕਾਫੀ ਪੁੱਛਿਆ ਜਾਂਦਾ ਹੈ ਠੀਕ ਹੈ 1 ਜਨਵਰੀ 1979 ਇਸ ਵਿੱਚ ਬਣਿਆ ਸੀਗਾ ਠੀਕ ਹੈ ਭਾਰਤੀ ਜਨਤਾ ਪਾਰਟੀ ਦਾ ਸਰਕਾਰ ਸੀਗੀ ਉਦੋਂ ਠੀਕ ਹੈ ਪ੍ਰਧਾਨ ਮੰਤਰੀ ਸਨ ਮੋਰਾਜੀ ਦੇਸਾਈ ਇਹਨਾਂ ਦੇ ਬੀ ਐਨ ਮੰਡਲ ਜਿਹੜੇ ਚ ਚੇਅਰਮੈਨ ਸੀਗੇ ਠੀਕ ਹੈ ਇਸ ਵਾਸਤੇ ਮੰਡਲ ਕਮਿਸ਼ਨ ਬਣਿਆ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਇਹ ਬਣਿਆ ਸੀ ਜਿਹੜਾ ਸਮਾਜ ਦੇ ਵਿੱਚ ਜਿਹੜੀਆਂ ਪਛੜੀਆਂ ਪਛੜੇ ਲੋਕ ਕਹਿੰ ਉਹਨਾਂ ਦੀ ਪਛਾਣ ਕਰਨ ਲਈ ਇਸ ਕਮਿਸ਼ਨ ਨੂੰ ਬਣਾਇਆ ਗਿਆ ਸੀ। ਉਹਨਾਂ ਬਾਰੇ ਉਹਨਾਂ ਨੇ ਰეკਮੈਂਡੇਸ਼ਨ ਦਿੱਤੀਆਂ ਸੀਗੀਆਂ। ਅੱਗੇ ਦੇਖੋ ਸਭ ਤੋਂ ਇੰਪੋਰਟੈਂਟ ਕੁਐਸਚਨ ਜੋ ਹੈ ਇਹਦੇ ਵਿੱਚ ਆਪਾਂ ਹੁਣ ਕਵਰ ਕਰਨ ਲੱਗੇ ਆਂ ਜਿਸ ਦੇ ਨਾਲ ਇਹ ਤੁਹਾਡਾ ਨਾਗਰਿਕ ਸਿਆਸਤ ਦਾ ਸਾਰੇ ਕੁਐਸਚਨ ਕਵਰ ਹੁੰਦੇ ਆ ਉਹ ਹੈ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਇਹਦੇ ਬਾਰੇ ਮੈਂ ਦੇਖੋ ਇਹ ਚ 5 ਕੁਐਸਚਨ 5 ਲਾਈਨਾਂ ਦੇ ਵਿੱਚ ਹੀ ਪੰਜ ਮੁੱਖ ਕੁਐਸਚਨ ਬਣਾ ਕੇ ਸਾਰੇ ਕੁਐਸਚਨ ਇਹ ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਕਿ ਇਹ ਪੰਜ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆ ਜਾਣਾ ਹੈ ਯੂਐਨਓ ਦਾ ਫੁੱਲ ਫਾਰਮ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਪਹਿਲੀ ਗੱਲ ਸਥਾਪਨਾ 24 ਅਕਤੂਬਰ 1945 ਨੂੰ ਹੋਈ ਹੈੱਡ ਕੁਆਰਟਰ ਕਿੱਥੇ ਹੈ ਨਿਊਯਾਰਕ ਵਿਖੇ ਹੈ ਉਸ ਸਮੇਂ ਇਹਦੇ ਵਿੱਚ ਕਿੰਨੇ ਮੈਂਬਰ ਸਨ 51 ਮੈਂਬਰ ਸਨ ਸ਼ੁਰੂ ਦੇ ਵਿੱਚ ਨੋਟ ਕਰਨਾ ਸ਼ੁਰੂ ਦੇ ਵਿੱਚ ਕਹਿ ਰਿਹਾ ਮੈਂ ਠੀਕ ਹੈ ਹੁਣ ਕਿੰਨੇ ਮੈਂਬਰ ਨੇ 193 ਮੈਂਬਰ ਨੇ ਹੁਣ ਠੀਕ ਹੈ ਇਸ ਦੇ ਅੰਗ ਪੁੱਛ ਲੈਂਦੇ ਨੇ ਦੇਖੋ ਇਸ ਦੇ 6 ਅੰਗ ਨੇ ਠੀਕ ਹੈ 6 ਅੰਗ ਨੇ ਦੇਖੋ ਜਨਰਲ ਅਸੈਂਬਲੀ ਹੋਗੀ ਜਨਰਲ ਅਸੈਂਬਲੀ ਦੇ ਮੈਂਬਰ ਪੁੱਛ ਲੈਂਦੇ ਨੇ 193 ਮੈਂਬਰ ਹੁੰਦੇ ਹਨ ਠੀਕ ਹੈ 6 ਕਮੇਟੀਆਂ ਹੁੰਦੀਆਂ ਨੇ ਇਸ ਵਿੱਚ 10 ਜਨਵਰੀ 1946 ਨੂੰ ਲੰਡਨ ਵਿਖੇ ਇਹ ਪਹਿਲੀ ਜਿਹੜਾ ਸੈਸ਼ਨ ਉਹ ਯਾ ਸਕਿਉਰਿਟੀ ਕੌਂਸਲ ਇਸ ਦਾ ਮੁੱਖ ਕੰਮ ਦੇਖੋ ਸ਼ਾਂਤੀ ਬਣਾ ਕੇ ਰੱਖਣਾ ਹੈਗਾ ਸਕਿਉਰਿਟੀ ਤੋਂ ਪਤਾ ਲੱਗ ਗਿਆ ਤੁਹਾਨੂੰ ਕੁੱਲ ਮੈਂਬਰ 15 ਨੇ ਪੰਜ ਮੈਂਬਰ ਸਥਾਈ ਨੇ ਠੀਕ ਹੈ ਉਹਨਾਂ ਸਥਾਈ ਮੈਂਬਰਾਂ ਦਾ ਜਿਨ੍ਹਾਂ ਕੋਲ ਵੀਟੋ ਪਾਵਰ ਹੈ ਵੀਟੋ ਪਾਵਰ ਕੀ ਹੁੰਦੀ ਹੈ ਇਹਦੇ ਬਾਰੇ ਡਿਟੇਲਿੰਗ ਹੈ ਤੇ ਉਹ ਵੀਟੋ ਪਾਵਰ ਜਿਹੜੀ ਹੈਗੀ ਆ ਕਿਹੜੇ-ਕਿਹੜੇ ਵਿਅਕਤੀਆਂ ਕੋਲ ਹੈ ਕਿਹੜੇ-ਕਿਹੜੇ ਵਿਅਕਤੀ ਮਤਲਬ ਕਿ ਕਿਹੜੇ-ਕਿਹੜੇ ਨੇਸ਼ਨਸ ਕੋਲ ਹੈ ਕਿਹੜੇ-ਕਿਹੜੇ ਰਾਸ਼ਟਰਾਂ ਕੋਲ ਹੈ ਦੇਖੋ ਚੀਨ ਫਰਾਂਸ ਰੂਸ ਇੰਗਲੈਂਡ ਤੇ ਅਮਰੀਕਾ ਦੇਖੋ ਇਹਦੇ ਵਿੱਚ ਆ ਜਾਂਦੇ ਨੇ ਠੀਕ ਹੈ ਅਸਥਾਈ ਮੈਂਬਰ ਦੇਖੋ ਪੁੱਛ ਲੈਂਦੇ ਨੇ ਸਥਾਈ ਤਾਂ ਤੁਹਾਨੂੰ ਮੈਂ ਦੱਸ ਤੇ ਪੰਜ ਨੇ ਅਸਥਾਈ ਮੈਂਬਰ ਆ ਦੇਖੋ ਅੰਗੋਲਾ ਚਾੜ ਚਿੱਲੀ ਜਾਰਡਨ ਠੀਕ ਹੈ ਇਹ ਦੇਖੋ ਆ ਸਾਰੇ ਇਹਨਾਂ ਦੇ ਨਾਮ ਵੈਨਜ਼ੂਏਲਾ ਤੱਕ ਲਿਖੇ ਹੋਏ ਨੇ ਠੀਕ ਹੈ ਇਹ ਤੁਸੀਂ ਇੱਥੋਂ ਇਹਨਾਂ ਦੀ ਡਿਟੇਲਿੰਗ ਦੇਖ ਲੈਣੀ ਹੈ ਉਸ ਤੋਂ ਬਾਅਦ ਸੈਕਟਰੀਏਟ ਆ ਜਾਂਦਾ ਇਹਦਾ ਸਿਕੱਤਰ ਜੀ ਨੂੰ ਪਾ ਸ਼ਬਦ ਦੰਨੇ ਇੱਕ ਹੀ ਕੰਮ ਕਰਦਾ ਜੀ ਇਹ ਜਿਹੜੇ ਆ ਬਾਕੀ ਅੰਗ ਨੇ ਇਹਨਾਂ ਸਾਰਿਆਂ ਨੂੰ ਕੰਮ ਦਿੰਦਾ ਏ ਕਿੰਨੇ ਕੀ ਕਰਨਾ ਹੈ ਕਿੰਨੇ ਕੀ ਕਰਨਾ ਹੈ ਕਿੰਨੇ ਕੀ ਕਰਨਾ ਉਸ ਤੋਂ ਬਾਅਦ ਦੇਖੋ ਅੱਗੇ ਆ ਗਿਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਬੜਾ ਇੰਪੋਰਟੈਂਟ ਹੈ 1945 ਦੇ ਵਿੱਚ ਬਣਾਇਆ ਗਿਆ 1946 ਚ ਕੰਮ ਸ਼ੁਰੂ ਕੀਤਾ ਇਹਨੇ ਕਿਉਂਕਿ ਕੁਐਸਚਨ ਪੁੱਛਣ ਦੇ ਕੰਮ ਕਦੋਂ ਸ਼ੁਰੂ ਕੀਤਾ ਉਲਝਾ ਲੈਂਦੇ ਜੀ ਕੁਐਸਚਨ ਦੇ ਵਿੱਚ ਤਾਂ ਉਹ ਤਾਂ ਤਾਂ ਕੰਮ ਨੇ 1946 ਸ਼ੁਰੂ ਕੀਤਾ ਬਣਿਆ 1945 ਇਸ ਦੇ ਵਿੱਚ ਦੇਖੋ 15 ਜੱਜ ਹੁੰਦੇ ਨੇ ਇੱਕ ਮੁੱਖ ਜੱਜ ਹੁੰਦਾ ਹੈ ਇਹ ਜੱਜ 9 ਸਾਲ ਲਈ ਨਿਯੁਕਤ ਕੀਤੇ ਜਾਂਦੇ ਹੁਣ ਤੁਸੀਂ ਵੀ ਉੱਥੇ ਕਹਿ ਦੋਗੇ ਜੀ ਇਹ ਇਹ ਜੀ ਇਹ ਤਾਂ ਕਈ ਵਾਰੀ ਆਪਣੇ ਮਨ ਦੇ ਵਿੱਚ ਕਨਸੈਪਟ ਚੱਲੀ ਜਾਂਦਾ ਹੈ 5 ਸਾਲ 5 ਸਾਲ اچھا 5 ਸਾਲ ਹੀ ਆਪਾਂ ਲਾ ਦਿੰਦੇ ਹਾਂ ਪਰ 9 ਸਾਲ ਲਈ ਜਿਹੜੇ ਹੈਗੇ ਨੇ ਨਿਯੁਕਤ ਕੀਤੇ ਜਾਂਦੇ ਕੌਣ ਇਹਨਾਂ ਨੂੰ ਨਿਯੁਕਤ ਕਰਦਾ ਹੈ ਜਨਰਲ ਅਸੈਂਬਲੀ ਇਹਨਾਂ ਨੂੰ ਨਿਯੁਕਤ ਕਰਦੀ ਹੈ ਉੱਥੇ ਕਈ ਵਾਰੀ ਆਪਾਂ ਨੂੰ ਉਹ ਰਾਸ਼ਟਰਪਤੀ ਦਾ ਦਿਮਾਗ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਰਾਸ਼ਟਰਪਤੀ ਇਹ ਆਪਾਂ ਲਾ ਦਾਂਗੇ ਨਾ ਜਨਰਲ ਅਸੈਂਬਲੀ ਠੀਕ ਹੈ ਅਗਲੀ ਹੈ ਦੇਖੋ ਕੁਐਸਚਨ ਇਹ ਇਕਨੋਮਿਕ ਐਂਡ ਸੋਸ਼ਲ ਕਾਨਫਰੰਸ ਇਹ ਕੀ ਕਰਦੀ ਹੈ ਇਹ ਮਤਲਬ ਕੀ ਜਿਹੜੀ ਹੈਗੀ ਜਨਰਲ ਅਸੈਂਬਲੀ ਦੀ ਮਦਦ ਕਰਦੀ ਹੈ ਇੱਕ ਸਾਲ ਵਿੱਚ ਇਹਨਾਂ ਦੀ ਜਿਹੜੀ ਮੀਟਿੰਗ ਹੈ ਜਰੂਰ ਹੁੰਦੀ ਹੁੰਦੀ ਹੈ ਠੀਕ ਹੈ ਤੇ ਨਿਊਯਾਰਕ ਜਾਂ ਜਨੇਵਾ ਵਿੱਚ ਹੁੰਦੀ ਹੈ ਠੀਕ ਹੈ ਮੀਟਿੰਗ ਇਸ ਦੇ ਦੇਖੋ 54 ਮੈਂਬਰ ਹਨ ਠੀਕ ਹੈ ਤੇ ਇਹ ਜਿਹੜੇ ਜਨਰਲ ਅਸੈਂਬਲੀ ਵੱਲੋਂ 3 ਸਾਲ ਬਾਅਦ ਚੁਣੇ ਜਾਂਦੇ ਨੇ ਹਰ ਸਾਲ ਅਗ ਹੈ ਹਿਊਮਨ ਰਾਈਟਸ ਇਹ ਮਤਲਬ ਕਿ ਇੱਕ ਵੱਖਰਾ ਕੁਐਸਚਨ ਹੈ ਹਿਊਮਨ ਰਾਈਟਸ ਇਹ ਦਿਨ 1900 ਮਤਲਬ ਕਿ ਇਹ ਜਿਹੜਾ ਹੈਗਾ 10 ਜਿਹੜਾ ਦਸੰਬਰ ਐ ਉਸ ਨੂੰ ਮਨਾਇਆ ਜਾਂਦਾ ਹਿਊਮਨ ਰਾਈਟਸ ਦੇ ਤੇ ਇਹ ਜਿਹੜਾ ਮਨਾਣਾ ਦੇਖੋ 1948 ਨੂੰ ਸ਼ੁਰੂ ਕੀਤਾ ਗਿਆ ਸੀ ਯੂਨੋ ਨੇ ਇਸ ਦੇ ਬਾਰੇ 1993 ਵਿੱਚ ਇੱਕ ਕਮਿਸ਼ਨ ਬਣਾਇਆ ਸੀ ਤੇ ਉਸ ਤੋਂ ਬਾਅਦ ਇਹ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਜਿਹੜਾ ਹੈਗਾ ਠੀਕ ਹੈ ਇਹ ਜਿਹੜੀ ਇਹਦੀ ਸਾਰੇ ਆਪਣੇ ਨੋਟਸਾਂ ਦੀ ਡਿਟੇਲ ਹੈ ਤੁਸੀਂ ਕੋਈ ਵੀ ਕੋਈ ਜ਼ਿਆਦਾ ਡਿਟੇਲ ਲੈਣੀ ਹੈ ਤੇ ਜਿਵੇਂ ਮੰਨ ਲਓ ਮੈਂ ਇਹ ਛੇ ਅੰਕਾਂ ਦੀ ਡਿਟੇਲ ਜ਼ਿਆਦਾ ਲੈਣੀ ਚਾਹਾਂ ਤਾਂ ਇੱਥੇ ਮੈਂ ਸਟਾਪ ਕਰ ਲਾਂਗਾ ਇੱਥੇ ਸਟਾਪ ਕਰਕੇ ਮੈਂ ਉਹੀ ਡਿਟੇਲ ਇਹਦੇ ਵਿੱਚੋਂ ਨੋਟ ਕਰ ਲਾਂਗਾ ਇਹਦਾ ਸਕਰੀਨਸ਼ਾਟ ਵੀ ਲੈ ਸਕਦਾ ਤਾਂ ਇੱਥੋਂ ਮੈਂ ਕਾਪੀ ਪੇਨਾਂ ਨੋਟ ਕਰ ਲਾਂਗਾ ਆ ਦੇਖੋ ਇੱਥੇ ਕਿਸੇ ਵੀ ਚੀਜ਼ ਬਾਰੇ ਦੇਖੋ ਤੁਸੀਂ ਡਿਟੇਲ ਲੈਣੀ ਚਾਹੁੰਦੇ ਹੋ ਦੇਖੋ ਰਾਜਨੀਤਿਕ ਜਿਹੜੇ ਦਲ ਹੈਗੇ ਉਹਨਾਂ ਦੇ ਜਿਹੜੇ ਚੋਣ ਨਿਸ਼ਾਨ ਕੀ ਨੇ ਨਿਸ਼ਾਨ ਕੀ ਨੇ ਉਹਨਾਂ ਦੇ ਪੱਕੇ ਉਹ ਦੇਖੋ ਜੇ ਤੁਸੀਂ ਉੱਥੇ ਡਿਟੇਲਾਂ ਜਾਂ ਇੱਥੇ ਸਟਾਪ ਕਰ ਲਓ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹ ਕੁਐਸਚਨ ਜਿਹੜੇ ਹੈਗੇ ਆ ਉਹ ਤੁਸੀਂ ਕਰ ਲੈਣੇ ਹਨ ਜੇ ਤੁਹਾਨੂੰ ਫਿਰ ਵੀ ਕੋਈ ਦਿੱਕਤ ਆndi ਹੈ ਤਾਂ ਮੈਂ ਨੰਬਰ ਇਹਦੇ ਵਿੱਚ ਦਿੱਤਾ ਗਿਆ ਹੈ ਤੁਸੀਂ ਉੱਥੇ ਕਦੇ ਵੀ ਫੋਨ ਕਰਕੇ ਕੋਈ ਵੀ ਡਿਟੇਲ ਜਿਹੜੀ ਹੈਗੀ ਉਹ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਤੁਹਾਡਾ ਇਹਨਾਂ ਲੰਬਾ ਵੀਡੀਓ ਦੇਖਣ ਲਈ ਤੇ ਉਮੀਦ ਹੈ ਕਿ ਇਸ ਤੋਂ ਬਾਅਦ ਕੋਈ ਕੁਐਸਚਨ ਹੋਰ ਨਹੀਂ ਆਵੇਗਾ ਧੰਨਵਾਦ ਤੁਹਾਡਾ